ਗੁਰਦਿਆਲ ਸਿੰਘ ਦਾ ਨੋਵਲ ਹੈ ਅਦ ਚਾਨਣੀ ਰਾਤ ਚੌਥਾ ਅੰਗ ਟੜਦਾ ਪੈਰ ਘਰ ਘਰ ਫਿਰ ਚਰਚਾ ਛਿੜੀ ਲੋਕਾਂ ਖੰਬਾਂ ਦੀਆਂ ਡਾਰਾਂ ਬਣਾਈਆਂ ਸੱਤ ਜਿ ਬੈਠੇ ਮਿਰਾਬ ਦੇ ਮੁੰਡਿਆਂ ਨੇ ਚੱਬ ਕੇ ਗੱਲ ਕੀਤੀ ਪਰ ਮੱਗਰ ਵਰਗਿਆਂ ਨੇ ਸਭ ਸੱਤ ਮੰਨਣ ਦਾ ਯਤਨ ਕੀਤਾ ਇਹਨੂੰ ਜਗਤ ਰਵੀਰਾ ਦੱਸਿਆ ਪਰ ਜੋ ਹੋ ਗਿਆ ਸੀ ਉਹਨੂੰ ਹੁਣ ਟਾਲੇ ਕੌਣ ਸਭ ਜੰਝ ਚਰਚਾ ਸੀ ਲੋਕ ਕਰਦੇ ਰਹੇ ਤੇ ਆਪੇ ਕੁਝ ਦਿਨਾਂ ਮਗਰੋਂ ਚੁੱਪ ਕਰ ਗਏ। ਛੋਟਾ ਇੱਕ ਦਿਨ ਢੱਲਾ ਜੈ ਮੂੰਹ ਕਰੀ ਮੋਦਨ ਕੋਲ ਖੇਤ ਆਇਆ। ਖਾਲ ਦੀ ਵੱਟ ਤੇ ਬਹਿ ਕੇ ਉਦਾਸੀ ਬਾਚ ਉਸ ਸੱਜਣ ਬਾਈ ਦਾ ਨਾਮ ਲੈ ਕੇ ਕਿਹਾ ਹੂੰ ਤਾਂ ਬਾਈ ਜੋ ਹੋ ਗਿਆ ਠੀਕ ਹੈ ਪਰ ਉਹ ਕਹਿੰਦਾ ਸੀ ਵੀ ਜੇ ਗੱਲ ਦਾ ਪਹਿਲਾਂ ਪਤਾ ਲੱਗ ਜਾਂਦਾ ਤਾਂ ਕਿਤੇ ਕੋਈ ਚੰਗਾ ਬਨਸੂਬੀ ਕਰ ਲੈਂਦੇ। ਮੋਦਨ ਨੂੰ ਰੋਹ ਚੜ ਗਿਆ। ਤਾੜਵੀਂ ਨਿਗਾ ਉਸ ਵੱਲ ਝਾਕਦਿਆਂ ਬੋਲਿਆ ਉਹਨੂੰ ਆਖੀ ਵੀ ਇਹਦੇ ਸੁੱਕੇ ਪੋਚੇ ਮਾਰਨ ਦੀ ਕੋਈ ਲੋੜ ਨਹੀਂ ਮੈਂ ਅੱਧੀ ਉਮਰ ਉਸ ਥਾਂ ਕੱਟ ਕੇ ਆਇਆ ਜਿੱਥੇ ਬੰਦਾ ਜੇ 4 ਦਿਨ ਕੱਟ ਆਵੇ ਤਾਂ ਉੱਡਣਾ ਸੱਪ ਬਣ ਜਾਂਦਾ ਤੁਸੀਂ ਮੈਨੂੰ ਸਮਝ ਕੀ ਛੱਡਿਆ ਮਰਦੇ ਦੇ ਮੂੰਹ 'ਚ ਤਾਂ ਤੁਸੀਂ ਕਿਸੇ ਦੇ ਪਾਣੀ ਪਾਉਣ ਜੋਗੇ ਨਹੀਂ ਰਹੇ ਹੋਰ ਤੁਸੀਂ ਕਿਸੇ ਦਾ ਘਰ ਕੀ ਦਿਓਂਗੇ ਓਏ ਜੇ ਤੁਹਾਨੂੰ ਸਾਲਾਂ ਮਗਰੋਂ ਆੜਦੀਆਂ ਉਹ ਉਹ ਮੇਰੇ ਨੋਹਾਂ 'ਚ ਪਈਆਂ ਆਈ ਸਮਝ ਛੋਟਾ ਕੁਝ ਸਹਿਮ ਗਿਆ ਗੱਲ ਆਪਣੇ ਉੱਤੇ ਹੀ ਆਉਂਦੀ ਵੇਖ ਕੇ ਉਸ ਰਤਾ ਘਬਰੀਵਾਚ ਗਿਆ ਨਹੀਂ ਬਾਈ ਮੈਂ ਤਾਂ ਉਹਨੂੰ ਬਥੇਰਾ ਕਿਹਾ ਵਿਦੋ ਹੋ ਗਿਆ ਠੀਕ ਹੈ ਪਰ ਉਹਨੇ ਤਾਂ ਮੈਨੂੰ ਮੱਲੂ ਮੱਲੀ ਕੱਲੇ ਆਇਆ ਕਿ ਭੁੱਲਿਆ ਮੈਂ ਉਹਨੂੰ ਭੇਜਣ ਵਾਲੇ ਨੂੰ ਨਾਲੇ ਤੈਨੂੰ ਆਉਣ ਵਾਲੇ ਨੂੰ ਮੋਦਨ ਹੋਰ ਹਰਖ ਗਿਆ ਜਿਹੜੀਆਂ ਤੁਸੀਂ ਉਹ ਨਾ ਸਾਰੇ ਢਿੱਡਾਂ ਤੋਂ ਸਿੱਖ ਕੇ ਆਉਨੇ ਹੋ ਉਹ ਮੈਨੂੰ ਭੋਰਾ ਭੋਰਾ ਪਤਾ ਹੈ ਤੁਹਾਡੇ ਚਿੱਤ 'ਚ ਇਹ ਸੀ ਵੀ ਆਪੇ ਰੁਲ ਖੁੜ ਕੇ ਮਰ ਜੇ ਮਗਰੋਂ ਢੇਰੀ ਅਸੀਂ ਸੰਭਲ ਲਈਏ ਐਵੇਂ ਹੀ ਆ ਨਾ ਪਰ ਖੁਸ਼ੀ ਆਸ ਰੱਖਿਓ ਜੀ ਨੂੰ ਜੀ ਆ ਸਰਦਾਰੋ ਮੈਨੂੰ ਤੁਹਾਡਾ ਕੁਝ ਨਹੀਂ ਲੱਗਦਾ ਤਾਂ ਲੱਗਦੇ ਮੇਰੇ ਵੀ ਤੁਸੀਂ ਕੁਝ ਨਹੀਂ ਮੈਂ ਤੁਹਾਡੇ ਘਰੇ ਦਾਣੇ ਨਹੀਂ ਮੰਗਣ ਜਾਣੇ ਆਗੀ ਸਮਝ ਛੋਟਾ ਹੋਰ ਘਬਰਾ ਗਿਆ ਸਮਝ ਨਹੀਂ ਆਈ ਕਿ ਚੰਨ ਚੱਕ ਕੇ ਮੋਦਨ ਬਾਈ ਨੂੰ ਹੋ ਕੇ ਗਿਆ ਜਿਸ ਦਿਨ ਉਹ ਆਇਆ ਸੀ ਛੋਟੇ ਨੂੰ ਨਾਲ ਰੱਖ ਕੇ ਤੁਸੀਂ ਕਹਿ ਕੇ ਕਦੇ ਇੰਨੀਆਂ ਕਰੜੀਆਂ ਗੱਲਾਂ ਨਹੀਂ ਸੀ ਆਖੀਆਂ ਛੋਟੇ ਦਾ ਮਨ ਐਸੇ ਕਰਕੇ ਕੁਝ ਉਦਾਸ ਵੀ ਹੋ ਗਿਆ ਤੂੰ ਤਾਂ ਬਈ ਸਾਨੂੰ ਵੀ ਨਾਲ ਹੀ ਧੂਈ ਜਾਣਾ ਬੜੀ ਨਿੰਮਕੀ ਨਾਲ ਉਹਨੇ ਕਿਹਾ ਮੇਰਾ ਤੈਨੂੰ ਪਤਾ ਨਹੀਂ ਮੋਦਨ ਚੁੱਪ ਕਰ ਗਿਆ ਪਰ ਪਲਕੋ ਪਿੱਛੋਂ ਫੇਰ ਝੜਕ ਪਿਆ ਉਹ ਤੂੰ ਕਿਹੜਾ ਉਤਾਰ ਉਤਰਿਆ ਹੋ ਉਸੇ ਦਾ ਭਰਾ ਐ ਤੂੰ ਜਦੋਂ ਸਾਰੀ ਦੁਨੀਆ ਹੈ ਝੁਕਦੇ ਪੱਲੜੇ ਦੀਆ ਤਾਂ ਤੂੰ ਇਹਨਾਂ ਨਾਲ ਰਲ ਕੇ ਕਿਹੜਾ ਕੋਈ ਅਲੋਕਾਰ ਗੱਲ ਕੀਤੀ ਐ ਪਰ ਇਹ ਬੰਦਿਆਂ ਦੇ ਕੰਮ ਨਹੀਂ ਛੋਟੇ ਤੋਂ ਇਹ ਬਰਦਾਸ਼ਤ ਨਹੀਂ ਹੋਇਆ ਤਾਂ ਉੱਠ ਕੇ ਖੜਾ ਹੋਇਆ ਹੁੰਦਿਆ ਰੋਸ ਭਰੀ ਆਵਾਜ਼ ਚ ਬੋਲਿਆ ਤੂੰ ਬਾਈ ਐ ਨਹੀਂ ਸੀ ਆਖਣਾ ਮੇਰਾ ਤੈਨੂੰ ਪਤਾ ਹੈ ਤੂੰ ਮੈਨੂੰ ਪਿਓ ਵਾਂਗੂ ਪਾਲਿਆ ਕਦੇ ਮੌਕਾ ਪਿਆ ਤਾਂ ਹੁਣ ਦੇਖ ਲੈ ਛੋਟਾ ਕੀ ਐ ਪਰ ਤੂੰ ਐ ਨਹੀਂ ਸੀ ਕਹਿਣਾ ਉਪਰਿਆ ਪਿਤਾ ਤੁਰ ਗਿਆ ਮੋਦਰ ਨੇ ਸਰਸਰੀ ਨਿਗਾ ਉਹਦੇ ਵੱਲ ਵੇਖਿਆ ਤੇ ਫਿਰ ਪਿੱਛੋਂ ਜਾਂਦੇ ਦੀ ਪੇਟੂ ਵੱਲ ਵੇਖਦਿਆਂ ਉਹਨੂੰ ਜਾਪਿਆ ਜਿਵੇਂ ਦੂਜੇ ਜਨਮ ਦੀ ਕੋਈ ਘਟਨਾ ਦੁਹਾਈ ਗਈ ਹੋਵੇ ਇਸ ਗੱਲ ਦਾ ਉਹਨੂੰ ਧੁੰਦਲਾ ਜਿਹਾ ਅਹਿਸਾਸ ਸੀ ਇੱਕ ਵਾਰੀ ਏਸੇ ਖੇਤੋਂ ਪੱਠੇ ਵੱਢ ਕੇ ਲਜਾਣ ਲਈ ਉਹਨੇ ਕਿਹਾ ਸੀ ਤਾਂ ਛੋਟਾ ਨਿਆਣਾ ਹੋਣ ਕਰਕੇ ਬਿੱਟਰ ਗਿਆ ਸੀ ਉਦੋਂ ਮਸਨ ਦਸਾਂ 11 ਸਾਲਾਂ ਦਾ ਖੁਣਾ ਮੋਦਰ ਨੇ ਹਰਖ ਚੌਧ ਦੇ ਇੱਕ ਚਪੇੜ ਮਾਰੀ ਸੀ ਉਹ ਡਾਡਾ ਮਾਰਨ ਲੱਗ ਪਿਆ ਸੀ ਸੋਲ ਚੋ ਰਹੇ ਹਨ ਡਡਿਆਉਂਦਾ ਉਹ ਤਾਂ ਚੱਲਿਆ ਨਹੀਂ ਸੀ ਗਿਆ ਚਪੇੜ ਦੀਆਂ ਵੀ ਤਾਂ ਪੰਜੇ ਉਂਗਲਾਂ ਦੀਆਂ ਲਾਸਾਂ ਪਰਤਖ ਖੜੋਤੀਆਂ ਹੋਈਆਂ ਸਨ ਉਹਦਾ ਮਨ ਬੜਾ ਦੁਖੀ ਹੋਇਆ ਸੀ ਜਦੋਂ ਛੋਟਾ ਡਰ ਨਾਲ ਕੰਬਦਾ ਹੋਰ ਤੇਜ਼ ਭੱਜਣ ਲੱਗ ਪਿਆ ਸੀ ਤੇ ਅੱਜ ਵੀ ਉਹ ਮੋਦਰਨ ਨੂੰ ਉਂਜੀ ਭੱਜਿਆ ਜਾਂਦਾ ਜਾਪਦਾ ਸੀ ਪਰ ਅੱਜ ਉਹਨੇ ਆਵਾਜ਼ ਨਹੀਂ ਸੀ ਮਾਰੀ ਨਾ ਹੀ ਮੋਦਰਨ ਨੂੰ ਜੀ ਕਰਦਾ ਸੀ ਫਿਰ ਵੀ ਮਨ ਦੀ ਦੁਬਿਧਾ ਆਪਣੇ ਉੱਪਰ ਹੀ ਵੱਧਦੀ ਜਾਂਦੀ ਸੀ ਬਿੰਦ ਦਾ ਬਿੰਦ ਕਸੌਲੀ ਦੇ ਦਸਤੇ ਦਾ ਆਸਰਾ ਲੈ ਕੇ ਖੜੋਤਾ ਰਿਹਾ ਫਿਰ ਮਨ ਹੋਰ ਵਹਿਣਾ ਚ ਪੈ ਗਿਆ ਮੁੱਲੋ ਮੁੱਲੇ ਘਰ ਦਾ ਖਿਆਲ ਆ ਗਿਆ ਹੁਣ ਅਕਸਰ ਆਈ ਜਾਂਦਾ ਸੀ ਪੰਜਾਂ ਸੱਤਾਂ ਦਿਨਾਂ ਵਿੱਚ ਹੀ ਦਾਨੀ ਨੇ ਘਰ ਦਾ ਰੰਗ ਰੂਪ ਬਦਲਦਾ ਸੀ ਅੰਦਰੋਂ ਬਾਹਰੋਂ ਲੇਪ ਪੋਚ ਕੇ ਜਿਵੇਂ ਘਰ ਟੈਕਣ ਲਾਤਾ ਘਰ ਦੇ ਸਾਰੇ ਖੇਸ ਤਲਾਈਆਂ ਛੱਪੜ ਤੇ ਧੋ ਲਈ ਚੁੱਲ੍ਹੇ ਹਾਰੇ ਨਵੇਂ ਬਣਾ ਲੇ ਘਰ ਦਾ ਲੋੜੀਂਦਾ ਸਮਾਨ ਬਣਾਉਣ ਲਈ ਮੋਦਨ ਨੂੰ ਮੁਰਮੁਰ ਚੇਤਾ ਕਰਾਉਣ ਲੱਗ ਪਈ ਆਨਸਾਰ ਬੇਬੇ ਨੂੰ ਉਹਨੇ ਜਿਵੇਂ ਵਹਿਲੀ ਕਰਕੇ ਪਲੰਘ ਤੇ ਬਿਠਾਤਾ ਪਹਿਲੀ ਰੋਟੀ ਉਹਨੂੰ ਦਿੰਦੀ ਤੜਕੇ ਉੱਠਣਸਾਰ ਮੱਥਾ ਟੇਕ ਕੇ ਪੈਰੀ ਹੱਥ ਲਾਉਂਦੀ ਪਰ ਹਰਕੁਰ ਦਾ ਮਨ ਕਿਵੇਂ ਵੀ ਨਹੀਂ ਸੀ ਪਸੀਜ ਦਾ ਦਾਨੀ ਦੇ ਪਿੱਛੇ ਲੱਗ ਮੁੰਡਾ ਜਿਹੜਾ ਅਜੇ ਚੌਂ ਵਰਿਆਂ ਦਾ ਪੂਰਾ ਨਹੀਂ ਸੀ ਹੋਇਆ ਉਹਨੂੰ ਵਿਅਵਰਗਾ ਲੱਗਦਾ ਸੀ ਮੋਦਰ ਨੂੰ ਸਭ ਕਾਸੀ ਦਾ ਖਿਆਲ ਆਉਂਦਾ ਪਰ ਫਿਰ ਸੋਚਦਾ ਜਿਵੇਂ ਦਾਨੀ ਨੇ ਆ ਕੇ ਘਰ ਸੰਭਾਲਿਆ ਸੀ ਓਵੇਂ ਹੋਰ ਚਾਹੁੰਦੇ ਨਾਲ ਨੂੰ ਸਭ ਕੁਝ ਆਪੇ ਰਾਜ਼ ਕਰ ਲਊਗੀ ਪਰ ਜਦੋਂ ਪਰਸੋਂ ਵਾਲੀ ਗੱਲ ਯਾਦ ਕਰਦਾ ਸੀ ਤਾਂ ਉਹਨੂੰ ਸ਼ੱਕ ਪੈਣ ਲੱਗ ਪੈਂਦਾ ਪਰਸੋਂ ਰਾਤ ਪਿਆਂ ਪਿਆਂ ਦਾਨੀ ਚਾਂਚਾ ਕੀ ਮਨ ਪਰ ਆਈ ਸੀ ਦੁੱਧ ਲਈ ਮੁਰਮੁਰ ਅਕਾਉਂਦੇ ਗੇਲੂ ਨੂੰ ਉਹਨੇ ਥੌਲ ਕੱਢ ਮਾਰੀ ਸੀ ਤੇ ਦੋ ਚਾਰ ਮੰਦੀਆਂ ਗੱਲਾਂ ਵੀ ਕਹਿ ਗਈ ਮੋਦਨ ਹੈਰਾਨ ਜਿਆ ਹੋਇਆ ਉਸੇ ਵੱਲ ਵੇਂਦਾ ਰਿਹਾ ਤੇ ਦੋ ਤਿੰਨ ਵਾਰੀ ਪੁੱਛਣ ਤੇ ਉਹ ਫਿਸਪੀ ਸੀ ਖਬਰੇ ਕੀ ਮੰਦਲ ਖਾ ਕੇ ਆਈ ਹੈ ਮੇਰਾ ਤੇ ਕੋਈ ਇਤਬਾਰ ਹੀ ਨਹੀਂ ਕਰਦਾ ਦੂਡਵਾਰਾ ਪੇਕੀ ਪਰ ਜਾਈ ਨੇ ਫੰਗਾ ਦੀਆਂ ਡਾਰਾਂ ਬਣਾਵਣਾ ਸਾਰੇ ਪਿੰਡ ਚ ਖੱਜਲ ਕਰੀ ਰੱਖਿਆ ਅਖੇ ਇਹ ਤਾਂ ਫਲਾਣੇ ਨਾਲ ਨਿਕਲ ਕੇ ਜਾਊਗੀ ਇੱਥੇ hmC ਦੇ ਵਸੂਗੀ ਮੁੜ ਕੇ ਸੌਰੀ ਜਾ ਕੇ ਜੇਠ ਨੂੰ ਕਰੂਗੀ ਇੱਥੇ ਹੁਣ ਬੇਬੇ ਜੀ ਉਹੀ ਕਰਨ ਲੱਗ ਪਈ ਚਾਰ ਦਿਨ ਬੰਦਾ ਪਰਖ ਕੇ ਤਾਂ ਦੇਖ ਲੈ ਕੋਈ ਪੰਜੇ ਉਂਗਲਾ ਇੱਕ ਸਾਰ ਤਾਂ ਨਹੀਂ ਹੁੰਦੀਆਂ ਕੀ ਹੋ ਗਿਆ ਜੇ ਮੇਰੇ ਤੇ ਰੱਬ ਨੇ ਬਿਪਤਾ ਪਾਈ ਹੈ ਕੋਈ ਇੰਨੇ ਨਾਲ ਬੰਦਾ ਮਾੜਾ ਤਾਂ ਨਹੀਂ ਹੋ ਜਾਂਦਾ ਮੁਸੀਬਤਾਂ ਦਾ ਸਗੋ ਕਠਾਲੀ ਵਾਂਗੂ ਖੋਟ ਵੀ ਕੱਢ ਕੇ ਆਦਮੀ ਨੂੰ ਨਤਾਰ ਦਿੰਦੀ ਹੈ ਤੇ ਉਹਨੂੰ ਮੋੜ ਮੋੜ ਅੱਖਾਂ ਪੁੰਜਦੇ ਆ ਵੇਖ ਕੇ ਮੋਦਰ ਨੂੰ ਬਿੰਦਾ ਬਿੰਦੋ ਫਫੜਕ ਕਰਦੀ ਲੱਗੀ ਸੀ ਧੀਮਿਆਂ ਦੇ ਵਸੂਜੇ ਵੇਖੇ ਨਹੀਂ ਤਾਂ ਸੁਣੇ ਜ਼ਰੂਰ ਸੀ ਰੂਲਦੂ ਵੀ ਕਿੰਨੀ ਵਾਰੀ ਚਤਾਰ ਚੁੱਕਿਆ ਸੀ ਵਸਾ ਨਾ ਖਾਈਏ ਇਸ ਜਾਤ ਦਾ ਕੋਈ ਇਤਬਾਰ ਨਹੀਂ ਕੋਤਰ ਸੋਚ ਲੱਤਰ ਇੱਕ ਦਿਨ ਚ ਖੇਡ ਜਾਂਦੀ ਹੈ ਪਰਦਾਨੀ ਦੇ ਨਿਰਛਲ ਨੈਣ ਨਕਸ਼ੋ ਦੀ ਅਧੀਨਗੀ ਤੇ ਮੂੰਹ ਵੇਖ ਕੇ ਉਹਨੂੰ ਆਪਣੇ ਆਪ ਉੱਤੇ ਉਦੋਂ ਹੀ ਗੁੱਸਾ ਵੀ ਆ ਗਿਆ ਸੀ ਦਲਾਸਾ ਦੇ ਕੇ ਚੁੱਪ ਕਰਾਇਆ ਸੀ ਬੇਬੇ ਦੇ ਸੁਭਾਅ ਬਾਰੇ ਸਮਝਾ ਕੇ ਉਹਨੂੰ ਗੱਲਾਂ ਲਾ ਲਿਆ ਸੀ ਤੇਦੀ ਨੂੰ ਹੋਰ ਵੀ ਹੈਰਾਨੀ ਹੋਈ ਕਿ ਨਿਆਣਿਆਂ ਵਾਂਗ ਕੜੀ ਪਲ ਪਿੱਛੋਂ ਹੀ ਪਰਚ ਕੇ ਆਪਣੇ ਪਹਿਲੇ ਸਹੁਰਿਆਂ ਦੀਆਂ ਗੱਲਾਂ ਏ ਉਹ ਸੁਣਾਉਣ ਲੱਗ ਪਈ ਸੀ ਜਿਵੇਂ ਮੁਕਲਾਵੇਂ ਮੁਰਕ ਕੇ ਆਈ ਕੁੜੀ ਸਹੇਲੀਆਂ ਨੂੰ ਸਾਰਾ ਹਾਲ ਸੁਣਾ ਰਹੀ ਹੋਵੇ ਉਹਨੂੰ ਜਿਵੇਂ ਖਿਆਲ ਹੀ ਨਹੀਂ ਸੀ ਰਿਹਾ ਕਿ ਉਹ ਕੀ ਗੱਲਾਂ ਕਿਸ ਕੋਲ ਕਰ ਰਹੀ ਸੀ ਤੇ ਮੋਦਨ ਦੁਬਦਾ ਚ ਪਿਆਦੇ ਰਾਤਾਂ ਹੀ ਉਸ ਬਾਰੇ ਸੋਚਦਾ ਰਿਹਾ ਪਰ ਹੁਣ ਉਹਨੇ ਸਾਰੇ ਖਿਆਲ ਫੇਰ ਟਾਲੀ ਦੇ ਸੁੱਕੇ ਪੱਤੇ ਵਾਂਗ ਝਾੜ ਛੱਡੇ ਦਿਨ ਭਾਵੇਂ ਅਜੇ ਤਕੜਾ ਖੜੋਤਾ ਸੀ ਪਰ ਮੋਦਨ ਦੇ ਅੰਦਰ ਉਹ ਖੋਪਈ ਜਿਵੇਂ ਬਹੁਤ ਹੀ ਭੁੱਖ ਲੱਗੀ ਹੋਵੇ ਰੰਧਾ ਕੰਮ ਵਿੱਚੇ ਛੱਡ ਕੇ ਘਰ ਨੂੰ ਮੁੜ ਪਿਆ। ਮਾਗ ਦਾ ਖੇਰਲਾ ਪੱਖ ਨਿੱਗੀ ਤੋਂ ਪਟੜਦਾ ਸੂਰਜ ਬੜਾ ਹੀ ਸੋਹਣਾ ਲੱਗਦਾ ਸੀ। ਚੜਦੇ ਮਾਗ ਦੇ ਇਸ ਨਰੋਏ ਮੀ ਨਾਲਟਾਵੇਂ-ਟਾਵੇਂ ਰੁੱਕ ਤੇ ਪਹਿਲੀਆਂ ਨਿੱਖਰ ਕੇ ਰੰਗ ਕਾਢ ਆਏ ਸੀ। ਧੋੜੇ ਵਾਲਾ ਬੁੱਢਾ ਬਣਦੂਨ ਸਵਾਇਆ ਹੋ ਕੇ ਫੈਲ ਰਿਹਾ ਦਿਸਦਾ ਸੀ। ਸੱਜੇ ਪਾਸੇ ਮਾਨਾਂ ਦੇ ਖੇਤਾਂ 'ਚ ਸਰੋਂ ਦੇ 2-3 ਕਹਿਰਿਆਂ ਨੂੰ ਇੰਨੇ ਭਰਵੇਂ ਫੁੱਲ ਪਏ ਸੀ ਕਿ ਸਾਰੀ ਧਰਤੀ ਬਸੰਤੀ ਹੋਈ ਲੱਗਦੀ ਸੀ। ਇਸ ਰੰਗ ਦੀ ਭਾਰ ਨਾਲ ਨਾਲ ਦੀਆਂ ਕਣਕਾਂ ਤੇ ਛੋਲੇ ਵੀ ਪੀਲੇ ਸਾਵੇ ਦਿਸਦੇ ਮਾੜੀ ਮਾੜੀ ਨਮਕ ਦੀ ਹਵਾ ਨਾਲ ਜਦੋਂ ਸਰੋਂ ਝੂਲਦੀ ਸੀ ਤਾਂ ਇਹਦਾ ਰੰਗ ਅਸਮਾਨ ਨਾਲੋਂ ਊਂ ਕੁਲਦਾ ਲੱਗਦਾ ਸੀ ਜਿਵੇਂ ਨੀਲੇ ਅਥਾ ਸਾਗਰ ਚ ਕੋਈ ਸਰੋਂ ਫੁੱਲੇ ਰੰਗ ਦੀ ਨਦੀ ਸਮਾਰੀ ਹੋਵੇ ਪਰ ਇਹ ਗੱਲ ਮੋਦਨ ਨੇ ਸਿਰਫ ਸੁਣੀ ਹੋਈ ਹੋਣ ਕਰਕੇ ਕਲਪ ਨਹੀਂ ਸਕਿਆ ਇਸ ਕਰਕੇ ਅਜਿਹੇ ਉਪਮਾ ਨੂੰ ਛੱਡ ਕੇ ਮੋਢੇ ਤੇ ਕਸੀਆਂ ਤੇ ਗੰਡਾਸੀ ਧਰ ਕੇ ਤੁਰਿਆ ਆਉਂਦਾ ਉੰਜ ਹੀ ਹਰੀ ਕਚੂਰ ਹੋਈ ਧਰਤੀ ਨੂੰ ਅੱਖਾਂ ਨਾਲ ਜਿਵੇਂ ਪਲੋਸਦਾ ਆਇਆ ਇਹ ਅਹਿਸਾਸ ਵੀ ਬੜਾ ਉਪਰ ਆਸੀ ਚਿੱਤ ਖੜ ਉੱਠਿਆ ਸੀ ਫਲ ਦਾ ਪਲ ਉਹਨੂੰ ਜੱਪਿਆ ਕਿ ਜ਼ਿੰਦਗੀ ਬੜੀ ਸਕਾਰਤ ਹੈ ਇਹਨੂੰ ਇਉਂ ਜਿਉਣਾ ਬੰਦੇ ਦੇ ਜਨਮ ਸਫਲਾ ਹੋਣ ਵਾਲੀ ਗੱਲ ਸੀ ਕਿੰਨੇ ਵਾਰੀ دیਵਾਨਾਂ ਚ ਸੁਣਿਆ ਸੀ ਪ੍ਰਾਣੀ ਤੂੰ ਆਇਓ ਲਾਹਾ ਲੈਣ ਤੇ ਅੱਜ ਮੋੜ ਮੋੜ ਇਹੋ ਗੱਲ ਚੇਤੇ ਆਈ ਜਾਂਦੀ ਸੀ ਜਿਵੇਂ ਸਾਰਾ ਲਾਹਾ ਉਸੇ ਨੇ ਖੱਟ ਲਿਆ ਹੋਵੇ ਉਹ ਮੱਠੀ ਤੌਰ ਝੂਲਵੀਂ ਚਾਲ ਤੁਰਿਆ ਜਾ ਰਿਹਾ ਸੀ ਗਿਣ ਗਿਣ ਪੈਰ ਪੁੱਟ ਰਿਹਾ ਸੀ ਆਪਣੇ ਖੇਤਾਂ ਵਾਲੀ ਡੰਡੀ ਦਾ ਰੇਤਾ ਉਹਦੀ ਨਵੀਂ ਨਕੋਰ ਤਿੱਲੇ ਵਾਲੀ ਜੁੱਤੀ ਦੇ ਪਤਲੇ ਤਲੇ ਵਿੱਚੋਂ ਦੀ ਪਤਲੀਆਂ ਨੂੰ ਛੋਂਦਾ ਜਾਂਦਾ ਸੀ ਇਸ ਛੋਹ ਨਾਲ ਸਾਰੇ ਸਰੀਰ 'ਚ ਨਿਘ ਜਿਆ ਸਿੰਜਰ ਦਾ ਮਹਿਸੂਸ ਹੁੰਦਾ ਸੀ ਮੋੜ-ਮੋੜੋ ਆਪਣੀ ਜੁੱਤੀ ਦੀਆਂ ਖੜਵੀਆਂ ਤੇ ਮੁੜਵੀਆਂ ਨੋਕਾਂ ਸੁਨਹਿਰੇ ਤਿੱਲੇ ਦੀਆਂ ਮੋਰਨੀਆਂ ਤੇ ਬੂਟੀਆਂ ਵੱਲ ਨਿਗਾ ਮਾਰ ਲੈਂਦਾ ਇਉਂ ਵੀ ਲੱਗਦਾ ਜਿਵੇਂ ਉਹ ਬੱਦਲਾਂ ਉੱਤੇ ਉੱਡ ਰਿਹਾ ਹੋਵੇ ਕੱਪੜੇ ਲੀੜੇ ਵੀ ਖੰਭਾਂ ਵਾਂਗ ਹੀ ਹੌਲੇ ਤੋਤੇ ਸਵਾਰੇ ਤੇ ਕੂਲੇ ਮਹਿਸੂਸ ਹੋ ਰਹੇ ਸੀ ਜਿਹੜੇ ਹੱਡ ਜੇਲ੍ਹ ਦੀਆਂ ਥੜੀਆਂ ਉੱਤੇ ਪੈਣ ਕਰਕੇ ਕਲਕੜ ਹੋ ਗਏ ਸੀ ਉਹਨਾਂ ਲਈ ਏਡੇ ਹੌਲੇ ਨਵੇਂ ਬੋਸਕੀ ਦੇ ਚਾਦਰੇ ਤੇ ਡੱਬੀਆਂ ਵਾਲੀ ਪਾਪਲੀਨ ਦੇ ਕੁੜਤੇ ਦੀ ਛੋਹ ਦਾ ਅਹਿਸਾਸ ਇਹਨਾਂ ਕੁੜਾ-ਕੁੜਾ ਤੇ ਨਵਾਂ ਸੀ ਕਿ ਨਸਾਂ 'ਚ ਮੁੜ-ਮੁੜ ਚਰਨਾਟ ਛਿੜਦੀ ਜਾਪਦੀ ਪੱਗ ਦੇ ਸਜਰੇ ਮਾਵੇ ਤੇ ਖੱਟੀ ਲੱਸੀ ਨਾਲ ਤੋਤੇ ਕੇਸਾਂ ਦੀ ਰਲਵੀਂ ਖੁਸ਼ਬੂ ਏਡੀ ਸੁਖਾਵੀ ਸੀ ਕਿ ਹੋਰ ਡੂੰਘੇ ਸਾਲ ਲੈਣ ਨੂੰ ਜੀ ਕਰਦਾ ਸੀ ਪਹੀ ਕੋਲ ਆ ਕੇ ਡੰਡੀ ਖੇਤੇ ਕੇ ਉੱਚੇ ਬਾਣਾ ਉੱਤੋਂ ਦੀ ਆਉਂਦੀ ਸੀ ਉੱਥੇ ਕੱਪੜੇ ਮੋਦਨ ਨੇ ਰਤਾ ਪੈਰ ਮਲਿਆ ਤਾਂ ਧਰਤੀ ਸਰੋਂ ਫੁੱਲੀ ਚੁੰਨੀ ਨਾਲ ਹਰਾਗਾ ਗਰਾ ਪਾਈ ਗਿੱਧੇ 'ਚ ਨੱਚਦੀ ਕਿਸੇ ਪੱਕੀ ਉਮਰ ਦੀ ਤੀਵੀ ਵਰਗੀ ਲੱਗੀ ਨੈਣ ਨਕਸ਼ ਤੇ ਖੇ ਰੰਗ ਕਣਕ ਬੰਨਾ ਛਾ ਕਾਲੀਆਂ ਮੋਟੀਆਂ ਮੋਟੀਆਂ ਅੱਖਾਂ ਲੰਮੇ ਲੰਮੇ ਪਤਲੇ ਹੱਥ ਪੈਰ ਛਾਂਟ ਵਾਂ ਸਰੀਰ ਲੰਮੀ ਵੇਲ ਚਿਹਰੇ ਉੱਤੇ ਉਗੜਦੇ ਪ੍ਰਭਾਵਾਂ ਵਿੱਚੋਂ ਭੋਗੀ ਜਿਉਂਦੇ ਸਭ ਕੋੜੇ ਮਿੱਠੇ ਰਸਾਂ ਦਾ ਕੁਲਿਆ ਸ਼ਹਿਦ ਤੇ ਤੁਪਕੀਆਂ ਵਾਂਗ ਚੋ-ਚੋ ਪੈਂਦਾ ਸੀ ਉਹਨੂੰ ਛੋਣ ਨੂੰ ਵੀ ਜੀ ਨਹੀਂ ਸੀ ਕਰਦਾ ਬਸ ਵੇਖੀ ਜਾਣ ਨੂੰ ਚਿਤ ਕਰਦਾ ਸੀ ਕਿੰਨੀ ਅਲੋਕਾਰ ਗੱਲ ਸੀ ਕਿ ਅੱਜ ਉਹਨੂੰ ਇਹੋ ਧਰਤੀ ਕਿਹੋ ਜੀ ਦਿੱਸੀ ਸੀ ਇਹਨਾਂ ਹੀ ਬਾਹਾਂ ਵਿੱਚ ਫਿਰਦਿਆਂ ਉਹ ਉਮਰ ਦੇ 20 22 ਵਰੇ ਬਤਾ ਕੇ ਗਿਆ ਸੀ ਪਰ ਧਰਤੀ ਕਦੇ ਵੀ ਇੰਨੀ ਤੀਵੀਂ ਵਰਗੀ ਨਹੀਂ ਸੀ ਲੱਗੀ ਫਿਰ ਕੋਈ ਖਾ ਨਹੀਂ ਪਰ ਤੱਕ ਹੋ ਗਿਆ ਕਿ ਜਿਹੜਾ ਧਰਤੀ ਦਾ ਉਹ ਰੂਪ ਉਹਨੇ ਮਨ ਨੇ ਚਿਤਵਿਆ ਸੀ ਇਨ ਬਿਨ ਦਾਨੀ ਦਾ ਸੀ ਤੇ ਗੱਲ ਔੜਦੀ ਆਂ ਪਤਾ ਨਹੀਂ ਕਿਸ ਕਾਰਨ ਉਹ ਤੋਂ ਇੱਕ ਹੋਕਾ ਲਿਆ ਗਿਆ ਫਿਰ ਗਾਂ ਤੁਰਨ ਲੱਗਿਆ ਮੋਦਨ ਨੇ ਹੌਲੀ ਦੇਣੇ ਪੈਰ ਫੁੱਟਦੇ ਆ ਉੱਚੀ ਨਿਗਾਹ ਕਰਕੇ ਪਿੰਡ ਵੱਲ ਤੱਕਿਆ ਸਾਰੇ ਪਿੰਡ ਦੇ ਕੰਧਾਂ ਕੋਲੇ ਨਿਖਰੇ ਧੋਤੇ ਧੋਤੇ ਜੇ ਲੱਗੇ ਟੋਬੇ ਵਾਲੇ ਬੁੱਢੇ ਬੋੜ ਦੇ ਸੰਘਣੇ ਪਰਿਵਾਰ ਤੋਂ ਲੈਂਦਾ ਸੂਰਜ ਹਰ ਬਨੇਰੇ ਉੱਤੇ ਧੁੱਪ ਦੀਆਂ ਟੇਡੀਆਂ ਕਿਰਨਾਂ ਸੁੱਟ ਰਿਹਾ ਸੀ ਪਰ ਕਿਰਨਾਂ ਪੱਕੀਆਂ ਕਲੀ ਕੀਤੀਆਂ ਬਨੇਰਿਆਂ ਨੂੰ ਹੋਰ ਤਰ੍ਹਾਂ ਲਿਸ਼ਕਾ ਰਹੀਆਂ ਸਨ ਤੇ ਕੱਚੀਆਂ ਕਾਲੀ ਮਿੱਟੀ ਨਾਲ ਲਿਪਿਆਂ ਨੂੰ ਹੋਰ ਤਰ੍ਹਾਂ ਇਹ ਮੋਦਨ ਲਈ ਇੱਕ ਹੋਰ ਉੱਕਾ ਨਵਾਂ ਅਹਿਸਾਸ ਸੀ ਇੰਜ ਕੋ ਵੇਲੇ ਸੂਰਜ ਦੀ ਧੁੱਪ ਵਿੱਚ ਬッコ ਵਖਰੀ ਤਰ੍ਹਾਂ ਲਿਸ਼ਕਦੇ ਬਨੇਰੇ ਉਸ ਕਦੇ ਇੰਜ ਨਾ ਵੇਖੇ ਸਨ ਨਾ ਨਿਰਖੇ ਸਨ ਪੁਰਸੇ ਵੇਲੇ ਇਹਨਾਂ ਬਨੇਰਿਆਂ ਦਾ ਖਿਆਲ ਛੱਡ ਕੇ ਉਹ ਆਪਣੇ ਘਰ ਵੱਲ ੱਟਣ ਲੱਗ ਪਿਆ ਟਿੱਬੀ ਵਾਲੀ ਕਿਕਰ ਦਾ ਪਰਛਾਵਾਂ ਲੰਮਾ ਹੁੰਦਿਆਂ ਉਹਦੇ ਪੈਰਾਂ ਤਾਈਂ ਵੱਧਦਾ ਤੁਰਦਾ ਆਉਂਦਾ ਸੀ ਉਹਨਾਂ ਦੀਆਂ ਪਿਛਲੀਆਂ ਦੋ ਸਵਾਤਾਂ ਤੇ ਬਨੇਰੇ ਕਿਕਰ ਦੇ ਪਰਛਾਵੇਂ ਹੇਠੋਂ ਦੀ ਹੋਰ ਵਧੇਰੇ ਲਿਸ਼ਕਦੇ ਦਿਸਦੇ ਸੀ ਪਛੂਆ ਲਈ ਨਵਾਂ ਛੱਤਿਆ ਕੋਠੜਾ ਤੇ ਬਲਗਣ ਦੀਆਂ ਚਾਰੇ ਕਪਕੰਧਾਂ ਧੁੱਪੇ ਪੁੱਠੇ ਪਾਸਿਓਂ ਪੈਣ ਕਰਕੇ ਰਤਕ ਸਮਹਿੜੀਆਂ ਦਿਸਦੀਆਂ ਸੀ ਪਰ ਬੂਆ ਖੁੱਲਾ ਸੀ ਵਸਤੇ ਘਰਾਂ ਦੇ ਬੂਏ ਹੀ ਖੁੱਲੇ ਹੁੰਦੇ ਆ ਮੋਦਨਾ ਉਹ ਰਤ ਹੱਸ ਕੇ ਆਪਣੇ ਆਪ ਨੂੰ ਉੱਚੀ ਬਾਤ ਚ ਗਿਆ ਤੇ ਇਸ ਨਾਲ ਘਰ ਆਉਣ ਦਾ ਅਹਿਸਾਸ ਹੋਰ ਵੀ ਤੀਬਰ ਹੋ ਗਿਆ ਬੂਏ ਵੜਦਿਆਂ ਹੀ ਉਹਨੇ ਸਾਰੇ ਘਰ ਨੂੰ ਪਰਵੀ ਨਜ਼ਰ ਨਾਲ ਤੱਕਿਆ ਤਾਂ ਸਾਰਾ ਅੰਦਰਬਾਰ ਪਰਿਆ ਪਰਿਆ ਲੱਗਿਆ ਵੇੜੇ 'ਚ ਰੱਸੀ ਉੱਤੇ 5-7 ਨਿਖਰੇ ਨਿਖਰੇ ਕੱਪੜੇ ਸੁੱਕਣੇ ਪਏ ਸੀ ਚੌਂਕੇ 'ਚ ਹੁਣੇ ਮਾਂਜ ਕੇ ਰੱਖੇ ਭਾਂਡੇ ਅਸਾਧਾਰਨ ਚਮਕੀਲੇ ਦਿਸਦੇ ਸੀ ਤੇ ਮਿੱਟੀ ਦੀਆਂ ਮੋਰਰੀਆਂ ਵਾਲੇ ਵੱਟਿਆਂ ਵਾਲੇ ਚੁੱਲ੍ਹੇ 'ਚ ਮੱਛ ਦੀ ਅੱਗ ਦੀਆਂ ਲਾਟਾਂ ਨੇ ਚਿਲਕ ਦੇ ਭਾਂਡਿਆਂ ਦਾ ਰੰਗ ਤਾਂਬੇ ਵਰਗਾ ਦਿਸਣ ਲੱਗਾ ਸੀ ਦੋਹਾਂ ਸਬਾਤਾਂ ਦੇ ਖੁੱਲੇ ਭੁਇਆਂ 'ਚ ਅੰਦਰ ਪਿਆ ਨਿੱਕ ਸੁੱਕ ਤੇ ਤੂੜੀ ਤੰਦਰ ਜੇ ਪੁੱਜੇ ਘਰ ਦਾ ਅਹਿਸਾਸ ਕਰਾਉਂਦਾ ਸੀ ਵੇੜੇ 'ਚ ਡੱਠੇ ਮੰਜੇ ਤੇ ਖੇਡਦਾ ਗੇਲੂ ਪਰ ਗੇਲੂ ਵੱਲ ਝਾਕਦਿਆਂ ਮੋਦਨ ਦੇ ਸਿਰ ਨੂੰ ਇੱਕ ਝਟਕਾ ਵੱਜਿਆ। ਉਹਦੇ ਨਵਾਂ ਝੱਗਾ ਪਾਇਆ ਵੇਖ ਕੇ ਉਹ ਮੋਦਨ ਨੂੰ ਆਪਣਾ ਸ਼ਰੀਕ ਝਾਪਿਆ ਤੇ ਜਦੋਂ ਮੁੰਡਾ ਉਸ ਵੱਲ ਝਾਕ ਕੇ ਮੁਸਕਰਾਇਆ ਤਾਂ ਚਿੱਤੋਂ ਖੁਸ਼ ਹੁੰਦਿਆਂ ਵੀਰਾ ਤਾਂ ਰੁੱਖੀ ਆਵਾਜ਼ ਚ ਉਹਨੂੰ ਇਉਂ ਬੁਲਾਇਆ ਜਿਵੇਂ ਝਿੜਕ ਰਿਹਾ ਹੋਵੇ ਤੇਰੀ ਮਾਂ ਕਿੱਥੇ ਐ ਓਏ ਮਾਂ ਗੇਲੂ ਨੇ ਉਸੇ ਵੇਲੇ ਗੰਭੀਰ ਜਿਹਾ ਹੋ ਕੇ ਇੱਧਰ ਉੱਧਰ ਝਾਕਦਿਆਂ ਕਿਹਾ ਉਹ ਤਾਂ ਬਾਹਰ ਗਈ ਐ ਬਾਹਰ ਕਿੱਥੇ ਉਧਰ ਕਿੱਕਰ ਬੰਨੀ ਮੋਦਨ ਨੇ ਟਿੱਬੀ ਵਾਲੀ ਕਿੱਕਰ ਵੱਲ ਨਿਗਾ ਮਾਰੀ ਕੋਈ ਨਹੀਂ ਦੱਸਿਆ ਮੁੰਡਾ ਸੁੱਤੇ ਸੁਭਾਈ ਕਲੀਰ ਦਾ ਕੋਟਲਾ ਵੱਟਦਿਆਂ ਫੇਰ ਆਪਣੀ ਖੇਤ ਚ ਰੁੱਝ ਗਿਆ ਸੀ ਮੋਦ ਨੂੰ ਚਾਂਦ ਚੱਕੀ ਘਰ ਫੇਰ ਸੁਣਾ ਸੁਣਾ ਲੱਗਣ ਲੱਗ ਪਿਆ ਬੇਬੇ ਕਿੱਧਰ ਗਈ ਉਹ ਹੈਰਾਨ ਹੋਇਆ ਤੇ ਪਹਿਲਾਂ ਨਾਲ ਵੀ ਵਧੇਰੇ ਔਖੀ ਬਾਤ ਚ ਮੁੰਡੇ ਨੂੰ ਪੁੱਛਿਆ ਤੇ ਬੇਬੇ 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 ਤਾਂ ਪਤਾ ਨਹੀਂ ਪਰ ਜਦੋਂ ਫੇਰ ਕਿਕਰ ਵੱਲ ਨਿਗਾਹ ਮਾਰੀ ਤਾਂ ਹੱਥ ਚ ਗੜਵੀ ਫੜੀ ਆਉਂਦੀ ਦਾਨੀ ਦਿਸ ਪਈ ਕਈ ਉਤਰਾ ਚੜਾ ਮਨ ਚ ਆਏ ਪਰ ਜਿਉਂ ਜਿਉਂ ਨੇੜੇ ਆਉਂਦੀ ਗਈ ਚਿੱਤ ਟਿਕਾਣੇ ਆਉਂਦਾ ਗਿਆ ਉਦੇ ਅੰਦਰ ਪੈਰ ਪਾਉਂਦੇ ਪੁੱਛਿਆ ਮੇਮ ਸਾਹਿਬ ਕਿੱਧਰ ਗਏ ਸੀ ਸੈਲੇ ਕਰਨ ਐਸ ਵੇਲੇ ਭਾਂਡੇ ਮਾਂਜਣ ਨੂੰ ਕੱਕਾ ਰੇਤਾ ਲੈਣ ਮੁਸਕਰਾ ਕੇ ਚਿੱਟੇ-ਚਿੱਟੇ ਦੰਦਾਂ ਦੀ ਪਾਲਿਸ਼ ਕਰਨਿਆਂ ਦਾਨੀ ਨੇ ਚੁੰਨੀ ਸੂਤ ਕਰਦਿਆਂ ਟਰਮੀਨਲ ਕਿਹਾ ਤੇ ਮੋਦਰ ਨੂੰ ਜਿਵੇਂ ਉਹ ਘਰ ਮੁੜ ਆਇਆ ਉਸੇ ਵੇਲੇ ਭਰਿਆ-ਭਰਿਆ ਲੱਗਣ ਲੱਗਾ ਤਾਂ ਐ ਘਰ ਸੁਣਨਾ ਨਾ ਛੱਡ ਕੇ ਜਾਇਆ ਕਰ ਉਹਨੇ ਕਸੌਲੀ ਚੱਕ ਕੇ ਅੰਦਰ ਲੈ ਜਾਂਦੇ ਆ ਕਿਹਾ ਬੇਬੇ ਜੀ ਤਾਂ ਘਰੇ ਹੀ ਸੀ ਦਾਨੀ ਨੇ ਆਸੇ-ਪਾਸੇ ਝਾਕੇ ਰਤਾ ਹੈਰਾਨੀ ਨਾਲ ਕਿਹਾ ਪਰ ਬੇਬੇ ਕਿੱਧਰੇ ਨਹੀਂ ਦਿਸੀ ਬੇਬੇ ਕਿੱਥੇ ਪੁੱਤ ਉਹਨੇ ਮੁੰਡੇ ਨੂੰ ਪੁੱਛਿਆ ਪਤਾ ਨਹੀਂ ਚਾਚੀ ਪਰ ਸਿੰਨੀ ਕੋਲ ਜਾਂਦੀ ਰਹੀ ਹੋਣੀ ਐ ਮਦਨ ਕਸੌਲੇ ਰੱਖ ਕੇ ਬਾਹਰ ਆਇਆ ਤਾਂ ਉਹਦਾ ਮੁੰਡੇ ਨਾਲ ਖੇਡਣ ਨੂੰ ਜੀ ਕੀਤਾ ਪਰ ਕੋਈ ਗੁੱਝਾ ਝਾਕਾ ਸੀ ਜਿਹੜਾ ਉਹਦੇ ਕੋਲ ਵੀ ਨਹੀਂ ਸੀ ਜਾਣ ਦਿੰਦਾ ਕਿੰਨੇ ਦਿਨ ਹੋ ਚੱਲੇ ਸੀ ਦਾਨੀ ਮੁੰਡੇ ਤੋਂ ਵੀ ਉਹਨੂੰ ਬਾਪੂ ਜੀ ਅਖਵਾਉਣ ਦਾ ਯਤਨ ਕਰ ਲ ਲੱਥੀ ਸੀ ਉਹ ਵੀ ਨਹੀਂ ਸੀ ਆਖਦਾ ਹੋਰ ਵੀ ਅਜੀਬ ਗੱਲ ਇਹ ਸੀ ਕਿ ਜਦੋਂ ਅਜਿਹੀ ਗੱਲ ਕਹਿੰਦੀ ਗੈਲੂ ਹੱਸ ਕੇ ਬਾਰ ਖੇਡਣ ਪਾ ਜਾਂਦਾ ਇਹ ਝਾਕਾ ਵੀ ਨਹੀਂ ਸੀ ਕੋਈ ਅੰਦਰਲੀ ਖਾਰ ਜਾਂਦੀ ਸੀ ਪਰ ਖਾਰ ਏਡੇ ਨਿਆਣੇ ਨਾਲ ਕਾਦੀ ਗੈਲੂ ਪੁੱਤ ਆਪਣੇ ਬਾਪੂ ਜੀ ਕੋਲ ਜਾ ਦਾਨੀ ਨੇ ਚੁੱਲ੍ਹੇ ਮੂਰੇ ਬੈਠਣ ਲੱਗਿਆ ਛੀਟ ਦੀ ਸਲਵਾਰ ਨੂੰ ਖੜਕੜਾਉਂਦੇ ਆ ਫਿਰ ਮੁਸਕਰਾ ਕੇ ਆਖਿਆ ਤੇ ਉਵੇਂ ਕਾਲੀਆਂ ਹਸੂ ਹਸੂ ਕਰਦੀਆਂ ਅੱਖਾਂ ਨਾਲ ਮੋਦਨ ਦੇ ਰਤਾ ਭਰੇ ਚਿਹਰੇ ਵੱਲ ਤੱਕਦੇ ਆ ਅੰਦਰਲਾ ਸਾਰਾ ਮੋਹ ਅੱਖਾਂ ਚੋਂ ਚਲਕਾਤਾ ਤੇ ਨੇਰੀ ਮੋਦੀ ਮੂਰਤ ਬਣ ਬੈਠੇ ਮੁੰਡਾ ਮੋਦਨ ਵੱਲ ਮੂੰਹ ਕਰਕੇ ਉੰਜ ਹੀ ਸੁੰਣਾ ਜਾ ਵਿੰਦਾ ਰਿਹਾ ਫਿਰ ਜਿਵੇਂ ਕਿਸੇ ਉੱਪਰੇ ਬੰਦੇ ਦੀ ਪਛਾਣ ਕੱਢ ਰਿਹਾ ਹੋਵੇ ਮੋਦਰ ਨੇ ਪਹਿਲਾਂ ਉਸ ਵੱਲ ਤੇ ਫਿਰ ਦਾਨੀ ਦੀਆਂ ਅੱਖਾਂ 'ਚ ਵੇਖਿਆ ਤਾਂ ਚਿੱਤ ਫਿਰ ਦੁਰਦਅ 'ਚ ਪੈ ਗਿਆ ਬਿਲਕੁਲ ਇੰਜ ਜਿਵੇਂ ਉਹਨੂੰ ਕਿਸੇ ਨੇ ਕਾਟ 'ਚ ਦੇ ਦਿੱਤਾ ਹੋਵੇ ਦੂਜੇ ਪਾਲੀ ਪਤਾ ਨਹੀਂ ਕਿੰਜ ਉਹਦੇ ਮਨ ਨੇ ਦੋ ਟੁਕ ਫੈਸਲਾ ਕਰ ਲਿਆ ਤੇ ਉਦੋਂ ਹੀ ਬਰਾਚਾਂਖ ਲਾਰ ਕੇ ਮੁਸਕਰਾਉਂਦਿਆਂ ਉਹਨੇ ਪਲੰਘ ਪੁੱਟੇ ਤੇ ਮੁੰਡੇ ਨੂੰ ਕੱਛਾਂ 'ਚ ਹੱਥ ਦੇ ਕੇ ਸਿਰੋਂ ਉੱਤਾਂ ਉਛਾਲਣ ਲੱਗ ਪਿਆ ਗੇਲੂ ਦਾ ਹੇਠਲਾ ਸਾ ਹੇਠ ਉਤਲਾ ਤਾਂ ਰਹਿ ਗਿਆ ਉਸੇ ਵੇਲੇ ਜਦੋਂ ਉਹਨੇ ਬਾਹਾਂ ਨੀਵੀਆਂ ਕਰਕੇ ਢਿੱਡ ਆਪਣੇ ਸਿਰ ਉੱਤੇ ਧਰਦਿਆਂ ਮੂੰਹ ਨਾਲ ਕੁਤਕੁਤ ਕੀਤੀ ਤਾਂ ਗੇਲੂ ਮੱਕੀ ਦੀਆਂ ਥਿੱਲਾਂ ਵਾਂਗ ਖਿਦਖਿਦ ਕਰਕੇ ਏਨੀ ਉੱਚੀ ਹੱਸਿਆ ਕਿ ਮੋਦਰ ਨੇ ਫਿਰ ਤਿੰਨ ਚਾਰ ਵਾਰੀ ਉਹਨੂੰ ਉਵੇਂ ਉਤਾ ਪੁਲਾਰ-ਪੁਲਾਰ ਮੋਢਾ ਢਿੱਡ ਸਿਰ ਉੱਤੇ ਧਰ ਕੇ ਕੁਤਕੁਤਾੜੀਆਂ ਕੱਢੀਆਂ ਹੁਣ ਮੋਦਰ ਨੇ ਦਾਨੇ ਦੀਆਂ ਅੱਖਾਂ ਨਹੀਂ ਸੀ ਵੇਖੀਆਂ ਉਹਦੀ ਛਣਕ ਦੀ ਹਾਸੀ ਸੁਣ ਸਕਿਆ ਸੀ ਕਿੰਜੂ ਦੀਆਂ ਅੱਖਾਂ ਦੀਆਂ ਸ਼ਾ ਕਾਲੀਆਂ ਚੰਗਿਆੜੀਆਂ ਵਾਂਗ ਜਣਗਾਂ ਛੜਦੀਆਂ ਅੰਦਰਲੀ ਸਾਰੀ ਲਿਸ਼ਕ ਆਪਣੇ ਚ ਸਮੋ ਲਈਆਂ ਸੀ ਤੇ ਕਿੰਜ ਸਾਰਾ ਅੰਦਰ ਸੁੱਖ ਦੇ ਹੰਝੂ ਬਣ ਬਣਾਪੇ ਬਾਹਰ ਡੁੱਲਣ ਲੱਗ ਪਿਆ ਸੀ ਕਿੰਜ ਇਸ ਖਾਰੇ ਅਮਰਤ ਦੀਆਂ ਬੂੰਦਾ ਸੌਣ ਦੇ ਮੀਂਹ ਪਿੱਛੋਂ ਸਰਕੜੇ ਦੀਆਂ ਲੰਮੀਆਂ ਭਲੂਮਣਾ ਉੱਤੇ ਟਿਕੀਆਂ ਕਣੀਆਂ ਵਾਂਗ ਕੰਬ ਰਹੀਆਂ ਸਨ ਇੱਕ ਕਿਹੜੀ ਅੱਖ ਵੇਖੇ ਮੋਦਨ ਦੀ ਅੱਖ ਵਿੱਚ ਤਾਂ ਜਿਵੇਂ ਇਸ ਦ੍ਰਿਸ਼ ਦੀ ਝਾਲ ਝੱਲਣ ਦੀ ਸਮਰੱਥਾ ਹੀ ਨਹੀਂ ਸੀ ਐਸੇ ਕਰਕੇ ਉਹ ਗੇਲੂ ਨਾਲ ਖੇਡਦੇ ਹਾਂ ਸਿਰਫ ਚੋਰ ਆਖੀ ਦੋ ਵਾਰੀ ਧੌਣ ਟੇਢੀ ਕਰਕੇ ਝਾਕਿਆ ਸੀ ਸਿੱਧਾ ਨਹੀਂ ਸੀ ਤੱਕ ਸਕਿਆ ਕੁਵੇਲੇ ਹੋਏ ਬੇਬੇ ਪਰਸਿੰਨੀ ਕੇ ਘਰੋਂ ਮੁੜੀ ਤਾਂ ਚਾਰੋਂ ਤਾਂ ਮੱਠਾ ਪੈ ਗਿਆ ਬੇਬੇ ਦਾ ਉਦਾਸਿਆ ਚਿਹਰਾ ਵੇਖ ਕੇ ਕੁਝ ਰੋਸ ਜਿਹਾ ਤਾਂ ਹੋਇਆ ਪਰ ਆਪਣੇ ਚਾਰ ਨੂੰ ਮੱਠਾ ਉਹ ਕਿਵੇਂ ਵੀ ਨਾ ਪਾ ਸਕਿਆ ਰੋਟੀ ਫੜਾਉਣ ਗਏ ਨੇ ਮੰਜੇ ਦੇ ਪੰਨ ਦੀ ਬੈਠ ਕੇ ਰਤਾ ਹੱਸਦੇ ਆ ਬੇਬੇ ਤੋਂ ਪੁੱਛੇ ਬੇਬੇ ਜੀ ਅਜੇ ਵੀ ਤੇਰਾ ਘਰੇ ਜੀ ਨਹੀਂ ਲੱਗਦਾ ਕੀ ਆਖਿਆ ਪੁੱਤ ਬੇਬੇ ਰਤਾ ਕਾ ਬ੍ਰਿਵਾਚ ਬੋਲੀ ਨਾ ਮੈਂ ਤਾਂ ਉਈ ਉੱਠ ਗਈ ਸੀ ਪੁੱਤ ਸਾਰਾ ਦਿਨ ਵਿਹਲੀ ਬੈਠ ਬੈਠ ਵੀ ਅੱਕ ਜਾਂਦੇ ਆ ਕੰਮ ਤਾਂ ਸਾਰਾ ਬਹੂ ਕਰ ਲੈਂਦੀ ਐ ਮੈਂ ਕਿਹ ਬਿੰਦ ਜਾਵਾਂ ਬਾਹਰ ਅੰਦਰ ਉਹਦੋਂ ਨੂੰ ਬੇਬੇ ਝੂਠ ਬੋਲਦੀ ਲੱਗੀ ਪਰ ਫੇਰ ਆਪੇ ਮਨ ਨੂੰ ਸਮਝਾਇਆ ਉਹਨੂੰ ਝੂਠ ਬੋਲਣ ਦੀ ਕੀ ਲੋੜ ਨਾਲੇ ਇਦੋਂ ਚੰਗਾ ਉਹਨੂੰ ਹੋਰ ਸੁੱਖ ਮਿਲ ਵੀ ਕੀ ਸਕਦਾ ਉਹਦੀ ਤੇ ਆਪਣੀ ਗੱਲ ਦੀ ਗੰਭੀਰਤਾ ਨੂੰ ਹਾਸੇ ਪਾਉਂਦੇ ਬੋਲਿਆ ਨੂੰ ਸੱਸੂ ਦੀ ਤਾਂ ਅੱਜ ਤਾਈਂ ਕਦੇ ਕਿਸੇ ਨੇ ਬਣੀ ਦੁਨੀਆ ਦੇ ਤਖਤੇ ਤੇ ਸੁਣੇ ਨਹੀਂ ਹੁਣ ਥੋੜਾ ਪਤਾ ਨਹੀਂ ਨਾ ਪੁੱਤਾਈ ਕੀ ਗੱਲ ਆਖੀ ਤੋਂ ਹਰਕੁਰ ਨੇ ਕਿਹਾ ਮੈਂ ਤਾਂ ਉਹਨਾਂ ਰਾਖਸ਼ਣੀਆਂ ਨਾਲ ਜੂਨ ਪੂਰੀ ਕਰ ਲਈ ਇਹ ਤਾਂ ਸੁਖ ਨਾਲ ਵਿਚਾਰੀ ਹੈਈ ਗਊ ਦੀ ਜਾਈ ਬੇਬੇ ਦੇ ਮੂੰਹੋਂ ਗਊ ਦੀ ਜਾਈ ਸ਼ਬਦ ਸੁਣ ਕੇ ਮੋਦਰ ਨੂੰ ਕੁਝ ਹੁਰੂ ਲੱਗਿਆ ਤੇ ਦਾਨੀ ਦੀ ਸ਼ਕਲ ਸੁਰਤ ਉੱਪਰ ਉੱਪਰੀ ਜਾਪੀ ਪਰ ਆਪਣੀ ਇਸ ਨਿਰਿਕਲਪਨਾ ਉੱਤੇ ਫੇਰ ਹਾਸੇ ਆ ਗਏ ਫਿਰ ਜਦੋਂ ਰੋਟੀ ਖਾਂਦੇ ਆਂ ਵੀ ਬੇਬੇ ਆਪਣੀਆਂ ਦੋਏ ਛੋਟੀਆਂ ਨੂਹਾਂ ਦੀ ਬਦਖੋਈ ਤੇ ਇਸ ਲਿਆਂਦੀ ਵੀ ਦੀਆਂ ਸਿਫਤਾਂ ਕਰਦੀ ਰਹੀ ਤਾਂ ਮੋਦਰ ਨੂੰ ਤਸੱਲੀ ਹੋ ਗਈ ਵੀ ਇਹ ਝੂਠ ਨਹੀਂ ਸੀ ਬੋਲ ਰਹੀ ਮੈਂ ਹੁਣ ਤੈਨੂੰ ਕਿਹੜਾ ਪਤਾ ਨਹੀਂ ਮੁਦਿਆ ਇੰਨੇ ਦਿਨ ਹੋ ਗਏ ਇੱਕ ਜੱਗ ਦਾ ਮੂੰਹ ਰੱਖਣ ਨੂੰ ਸੱਤ ਬਗਾਨੇ ਵਾਂਗੂ ਆ ਕੇ ਠੂਠੀ ਰੁਪਈਆਂ ਦੇ ਗਈਆਂ ਮੁੜ ਕੇ ਕਦੇ ਸ਼ਕਲ ਵਿਖਾਈਏ ਆ ਕੇ ਦੋਹਾਂ ਚੋਂ ਕਿਸੇ ਨੇ ਦਾਨੂ ਪੁੱਤ ਇੱਕ ਖਲਨੇ ਦੀ ਇਹੋ ਜੇ ਦੀਆਂ ਨੱਕ ਹੀਟ ਕਿਹੜਾ ਹੁੰਦਾ ਕਿਸ ਕੁਛ ਇਹਨਾਂ ਦੇ ਖਬਰੇ ਆਪਦੇ ਆਪ ਨੂੰ ਕੀ ਸਮਝਦੀ ਐ ਵੇਖ ਲੈ ਹੁਣ ਛੋਟੇ ਦੇ ਪਤਾ ਨਹੀਂ ਕੀ ਸਵਾਦੀ ਚੁੰਡੀ ਸਿਰ 'ਚ ਪਾਈ ਐ ਉਹਨੂੰ ਵੀ ਅਦਰ ਮੂੰਹ ਨਹੀਂ ਕਰਨ ਦਿੰਦੀਆਂ ਅਜੇ ਛੋਟੀ ਤਾਂ ਫੇਰ ਕੁਛ ਹੈ ਅਸਲ 'ਚ ਉਹ ਵੱਡੀ ਨੇ ਸਾਰੇ ਪੱਟ ਪਾਏ ਜਿੰਨੇ ਪਾਏ ਹੁਣ ਤੈਨੂੰ ਕਿਹੜਾ ਪਤਾ ਨਹੀਂ ਖਬਰ ਨਹੀਂ ਕਿਹੜੇ ਚੰਦਰੀ ਵੇਲੇ ਪੁੱਠੇ ਪੈਰਾਂ ਵਾਲੀ ਨੇ ਵੇਲੇ ਚ ਪੈਰ ਧਰਿਆ ਸੀ ਮੇਰੇ ਹੀਰੀਆਰਗੇ ਪੁੱਤ ਹੈ ਐ ਐਡੋ ਵੱਡੀ ਪਾੜ ਕੇ ਬਹਾਤੇ ਚੰਦਰੀ ਨੇ ਬੇਬੇ ਅੱਖਾਂ ਭਾਰਾਈ ਮੋਦਨ ਨੂੰ ਜਿਵੇਂ ਪਹਿਲਾਂ ਤੋਂ ਕੋਈ ਅੰਤਰੀਵ ਤਸੱਲੀ ਹੋਈ ਪਰ ਦੂਜੇ ਪਾਲੀ ਮਨ ਉਦਾਸ ਹੋ ਗਿਆ ਛੋਟੇ ਨੂੰ ਕੁਝ ਘੜੀਆਂ ਪਹਿਲਾਂ ਖੇਤ ਆਕੀਆਂ ਗੱਲਾਂ ਚੇਤੇ ਆਉਣ ਲੱਗ ਪਈਆਂ ਤੇ ਉਹ ਤੇ ਤਰਸ ਵੀ ਆਇਆ ਫਿਰ ਸੱਜਣ ਦੀ ਸ਼ਕਲ ਸੂਰਤ ਸਾਹਮਣੇ ਆਈ ਤਾਂ ਮਨ ਕਰੋਧ ਪ੍ਰਬਲ ਹੋ ਉੱਠਿਆ ਉਸੇ ਵੇਲੇ ਉੱਠ ਕੇ 베ੜੇ ਚ ਆ ਗਿਆ ਪਹਿਲਾ ਬਾਹਰਲੇ ਬੂਏ ਵਾਲੇ ਹੋ ਗਿਆ ਜਿਹੜੇ ਅੰਦਰਲੇ ਘਰ ਚੱਲਿਆ ਹੋਵੇ ਪਰ ਪਸ਼ੂ ਵਾਲੇ ਕੋਠੜੇ ਕੋਲ ਜਾ ਕੇ ਫੌੜੇ ਨਾਲ ਗੋਹਾ ਹਟਾਉਣ ਲੱਗ ਪਿਆ ਉਦੋਂ ਰਾਤ ਨੂੰ ਮੋਦਨ ਨੇ ਦਾਨੀ ਤੋਂ ਉਹਦੇ ਪੇਕਿਆਂ ਬਾਰੇ ਸਾਖ ਸਬੰਧੀਆਂ ਬਾਰੇ ਜਿੰਨੀਆਂ ਗੱਲਾਂ ਪੁੱਛੀਆਂ ਪਹਿਲਾਂ ਕਦੇ ਨਹੀਂ ਸੀ ਪੁੱਛੀਆਂ ਦਾਨ ਨੇ ਵੀ ਜਿਉ ਉਧੜਨ ਲੱਗੀ ਫਿਰ ਕੋਈ ਲਕੋ ਦਾ ਲੋਕੋ ਨਾਉ ਨੇ ਪੇਕਿਆਂ ਦਾ ਨਮਗਰਲੇ ਸ਼ਹਿਰੀਆਂ ਸੋਹਰਿਆਂ ਦਾ ਹੀ ਰੱਖਿਆ ਮੋਦਨ ਫਿਰ ਵੀ ਇੱਕ ਗੱਲ ਤੇ ਬੜਾ ਹੈਰਾਨ ਸੀ ਕਿ ਦਾਨੀ ਨੇ ਗੇਲੂ ਦੇ ਪਿਓ ਬਾਰੇ ਕੁਝ ਨਹੀਂ ਸੀ ਦੱਸਿਆ ਜਦੋਂ ਸੁੱਤੇ ਸੁਭਾ ਉਹਦਾ ਜ਼ਿਕਰ ਕਿਤੇ ਵੀ ਆ ਜਾਂਦਾ ਉਸੇ ਵੇਲੇ ਗੱਲ ਟਾਲ ਜਾਂਦੀ ਤੇ ਉਹਦੀ ਬਦਲੀ ਹੋਈ ਆਵਾਜ਼ ਦਾ ਫਰਕ ਉਤਾਰ ਜਾਂਦਾ ਅਖੀਰ ਜਦੋਂ ਉਹਦੇ ਮਨ 'ਚ ਸ਼ੱਕ ਦੀ ਹੱਦ ਤਾਈ ਕੋਈ ਵਿਅਮ ਕਰ ਕਰ ਗਿਆ ਤਾਂ ਉਹਨੇ ਸਿੱਧਾ ਜੱਟ ਸੋਟਾ ਕੱਢ ਮਾਰਿਆ ਤੂੰ ਉਹਦੀ ਕੋਈ ਗੱਲ ਖੁੱਲ ਕੇ ਦੱਸਦੀ ਕਿਉਂ ਨਹੀਂ ਹੁਣ ਭਲਾ ਮੇਰਾ ਉਹ ਵਿਚਾਰਾ ਕੋਈ ਸ਼ਰੀਕ ਬਣਨ ਲੱਗਿਆ ਦਾਨੀ ਚੁੱਪ ਕਰ ਗਈ ਮੋਦਨ ਨੂੰ ਜਾਪਿਆ ਅੱਖਾਂ ਭਰ ਆਈ ਸੀ ਫਿਰ ਮਨ ਕਾਬੂ ਕਰਕੇ ਮੂੰਹ ਕੰਧਵਾਲ ਕਰਦੇ ਆਂ ਧੀਮੀ ਆਵਾਜ਼ ਚ ਤਰਦਦ ਨਾਲ ਬੋਲੀ ਹੁਣ ਉਹਦੇ ਸਿਵੇ ਨੂੰ ਫਰੋਲ ਕੇ ਆਪਾਂ ਨੂੰ ਇਥੇ ਆ ਵੀ ਕੀ ਜਾਣਾ ਕਾਨੂੰ ਐਵੇਂ ਮੋਦਨ ਦਾ ਰੋਸ ਗੁੱਸਾ ਬਣਦਾ ਜਾ ਰਿਹਾ ਸੀ ਸ਼ੱਕ ਪੱਕਾ ਹੋ ਰਿਹਾ ਸੀ ਉਸ ਰਤਾ ਰੱਖੀ ਰੁੱਖੀ ਆਵਾਜ਼ ਚ ਗਿਆ ਤੇ ਮੈਂ ਉਹ ਤੋਂ ਕਿ ਜਮੀਨ ਵੰਡੋਣੀ ਹੈ ਨਹੀਂ ਦੱਸਣਾ ਨਾ ਦੱਸ ਦਾਨੀ ਤਰਹਿ ਕੇ ਗੇਲੂ ਨੂੰ ਸੋਤ ਕਰਕੇ ਪਾਉਣ ਦੇ ਬਹਾਨੇ ਉੱਠ ਕੇ ਬਹਿ ਗਈ ਉਨੇ ਸਾਰੇ ਵਿਚਲੇ ਗੱਲ ਤਾੜ ਲਈ ਸੀ ਬਿੰਦ ਦਾ ਬਿੰਦ ਫਿਰ ਚੁੱਪ ਕਰੀ ਰਹੀ ਤੇ ਆਪਣੇ ਅੰਦਰਲਾ ਸਭ ਕੁਝ ਦਬਾ ਕੇ ਮੁਸਕਰਾਉਂਦਿਆਂ ਬੋਲੀ ਤਾਂ ਤੂੰ ਤਾਂ ਜੀ ਨਿਆਣਿਆਂ ਵਾਂਗੂ ਐਵੇਂ ਮੂੰਹ ਹੋਰੂ ਕਰ ਲੈਣਾ ਦੱਸਣ ਨੂੰ ਹੁਣ ਭਲਾ ਮੈਂ ਕੋਈ ਗੱਲ ਘੋਕੇ ਕੀ ਲੈਣਾ ਨਾਲੇ ਲੁਕੋ ਕਿੰਨਾ ਕਿਚੇ ਰੱਖੋ ਇੱਥੇ ਹੁਣ ਲੁਕੋ ਰਾਤ ਦੇ ਦਿਨ ਕੱਟੇ ਜਾਣਗੇ ਤੇ ਐ ਗੱਲਾਂ ਕਦੇ ਗੁੱਝੀਆਂ ਵੀ ਨਹੀਂ ਰਹਿਣੀਆਂ ਹੁੰਦੀਆਂ ਮੈਂ ਤਾਂ ਉਹੀ ਕਹਿੰਦੀ ਸੀ ਵੀ ਆਪਾਂ ਕਾਹਨੂੰ ਹੁਣ ਇਹੋ ਜਿਹੀਆਂ ਗੱਲਾਂ ਕਰਨੀਆਂ ਉਹਦੋਂ ਦਾ ਮਨ ਟਿਕਾਣੇ ਤਾਂ ਆ ਗਿਆ ਪਰ ਸ਼ੱਕ ਜਿਤੋਂ ਨਹੀਂ ਗਿਆ ਗਲਦਾਨੀ ਨੇ ਅਜੇ ਵੀ ਕੋਈ ਨਹੀਂ ਸੀ ਦੱਸੀ ਉਹ ਜਿਵੇਂ ਚਲਤਰ ਖੇਡ ਗਈ ਸੀ ਉਹ ਰਾਤ ਵੀ ਫਿਰ ਪਹਿਲੀਆਂ ਰਾਤਾਂ ਵਾਂਗ ਕਾਲੀ ਕਾਲੀ ਹੋ ਗਈ ਅਥਰੰਦੀਆਂ ਸਭ ਲਿਸ਼ਕਦੀਆਂ ਕਲਪਨਾਵਾਂ ਲੋਪ ਹੁੰਦੀਆਂ ਲੱਗੀਆਂ ਦਾਨੀ ਵੀ ਮੰਜੇ ਦੀ ਪਰਲੇ ਬਾਹੀ ਨਾਲ ਲੱਗ ਕੇ ਕੰਧ ਵੱਨੀ ਮੂੰਹ ਕਰੀ ਪਈ ਰਹੀ ਮਿੱਟੀ ਦੇ ਤੇਲ ਦਾ ਦੀਵਾ ਦੀ ਰਾਤ ਤਾਈਂ ਜਗਦਾ ਰਿਹਾ ਦੋਆ ਚੋਂ ਕਿਸੇ ਨੇ ਉੱਠ ਕੇ ਨਹੀਂ ਬੁਝਾਇਆ ਤੜਕੇ ਮੋਦਨ ਥੱਕਿਆ ਥੱਕਿਆ ਉੱਠਿਆ ਤਾਂ ਦਾਨੀ ਕੋਹੇ ਕੋਡੇ ਦਾ ਸਾਰਾ ਕੰਮ ਨਿਬੇੜ ਚੁੱਕੀ ਸੀ ਸੰਭਰੇ ਸੂਰੇ ਵੇੜੇ ਵਿਚਾਲੇ ਚੜਦੀ ਧੁੱਪ ਚ ਡੱਠੇ ਮੰਜੇ ਤੇ ਬਹਿ ਕੇ ਜਦੋਂ ਚਾਹ ਦਾ ਚਿਲਕ ਦਾ ਗਲਾਸ ਉਹਨੇ ਮੂੰਹ ਨੂੰ ਲਾਇਆ ਤੇ ਦਾਨੀ ਦੇ ਤੋਤੇ ਨਿਖਰੇ ਚਿਹਰੇ ਵੱਲ ਤੱਕਿਆ ਤਾਂ ਇਹ ਰਾਤ ਹਨੇਰੀ ਸਮਝ ਕੇ ਗਵਾ ਦੇਣ ਦਾ ਵੀ ਰਤਾ ਅਫਸੋਸ ਹੋਇਆ ਕਿ ਹੋਜਿਆ ਹੁਵੇ ਸਾਲਾ ਮਲੰਗ ਆਪਾਂ ਕੀ ਲੈਣਾ ਉਹਨੇ ਚਿੱਤ ਨੂੰ ਆਪੇ ਹੀ ਸਮਝਾਉਂਦਿਆਂ ਜਿਵੇਂ ਫਟਕਾਰ ਪਾਈ ਦਾਨੀ ਵੀ ਉਹਦਾ ਬਦਲਿਆ ਰੋਂ ਵੇਖ ਕੇ ਹੁਣ ਸਜਰੇ ਖਿੜੇ ਸਰੋਂ ਦੇ ਫੁੱਲ ਵਾਂਗ ਟੈਕੀ ਫਿਰਦੀ ਸੀ ਉਹਦੇ ਹੱਥਾਂ ਪੈਰਾਂ ਦੀ ਫੁਰਤੀ ਨੂੰ ਵੇਖ-ਵੇਖ ਮੋਦਨ ਦੀ ਸਾਰੀ ਦੁਬਿਧਾ ਮਿਟਦੀ ਗਈ ਉਹਨੂੰ ਜਾਪਿਆ ਸੀ ਕਿ ਉਹ ਜਾੜ ਪੈ ਘਰ ਨੂੰ ਵਸਾਉਣ ਬਦਲੇ ਉਹਦੀਆਂ ਸਾਰੀਆਂ ਖਾਮੀਆਂ ਉਹ ਮਾਫ਼ ਕਰ ਸਕਦਾ ਸੀ ਕਿਸੇ ਵੀ ਤਰ੍ਹਾਂ ਉਹਦੇ ਮਨ ਵਿੱਚੋਂ ਆਪਣੇ ਬਾਰੇ ਨਿੱਕਾ ਮੋਟਾ ਡਰ ਵੀ ਕੱਢਣਾ ਚਾਹੁੰਦਾ ਸੀ ਉਹ ਇਸ ਡਰ ਦਾ ਪਰਛਾਵਾਂ ਕਿੰਨੀ ਵਾਰੀ ਦਾਨੀ ਦੇ ਚਿਹਰੇ ਤੇ ਪ੍ਰਤੱਖ ਵੇਖਿਆ ਸੀ ਤੇ ਇਸ ਨਾਲ ਪਲਾਂ ਵਿੱਚ ਹੀ ਉਹਦੀਆਂ ਚਮਕੀਲੀਆਂ ਅੱਖਾਂ ਦੁਆਲੇ ਤੇ ਅੰਦਰੋਂ-ਬਾਰ ਤੋਂ ਅੱਖੀਂ ਉਦਾਸੀ ਛਾਈ ਵੇਖੀ ਸੀ ਜੇ ਜੋ ਦੇ ਸਾਰੇ ਰੂਪ ਰੰਗ ਨੂੰ ਗ੍ਰਹਿਣ ਕਰ ਦਿੰਦੀ ਸੀ ਉਹਨੂੰ ਬੜੀ ਦੁਖੀ ਕਰਦੀ ਸੀ ਇਹਦੇ ਨਾਲ ਹੀ ਜਿਹੜੀ ਸਭ ਤੋਂ ਭਿਆਨਕ ਗੱਲ ਵਾਪਰਦੀ ਉਹ ਇਹ ਕਿ ਉਹਨੂੰ ਆਪਣੇ ਖਾਮੀ ਹੋਣ ਦਾ ਅਹਿਸਾਸ ਮੱਲੋ-ਮੱਲੀ ਹੋਣ ਲੱਗ ਪੈਂਦਾ ਤੇ ਪਿੰਡੇ 'ਚ ਸੱਪ ਵਾਂਗ ਜ਼ਹਿਰ ਪਿੰਡੇ ਵਿੱਚ ਸੱਪ ਵਾਂਗ ਜ਼ਹਿਰ ਜੈਕੋਣ ਲੱਗ ਪੈਂਦਾ ਉਹਨੂੰ ਜਾਪਦਾ ਉਹਦੇ ਅੰਦਰ ਅਜੇ ਤੱਕ ਵੀ ਕੋਈ ਗੰਢ ਵੱਜੀ ਹੋਈ ਸੀ ਜੋ ਨਾ ਖੁਰਦੀ ਸੀ ਨਾ ਖੁੱਲਦੀ ਸੀ ਪਰ ਉਹ ਇਹ ਸਭ ਕਾਸੇ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਸੀ ਪਿੰਡ ਵਿੱਚ ਬੜੀਆਂ ਅਜੀਬ ਗੱਲਾਂ ਹੋ ਰਹੀਆਂ ਸਨ ਇੱਕੇ ਗੱਲ ਲੋਕਾਂ ਨੇ ਬਣਾ ਕੇ ਪੈਰੀ ਤੋਰੀ ਸੀ ਕਿ ਮੋਦਨ ਨੇ ਮੋਦਨ ਤੇ ਰੁਲਦੂ ਨੇ ਤੀਵੀਂ ਸਾਂਝੀ ਲਿਆਂਦੀ ਸੀ ਪੈਸੇ ਤਾਂ ਰੁਲਦੂ ਨੇ ਲਾਏ ਤੇ ਘਰ ਮੋਦਨ ਦੇ ਵਸੀ ਇਹ ਕਿਉਂ ਬਈ ਤੇ ਕਈ ਸੱਚ ਮੰਨ ਵੀ ਲੈਂਦੇ ਪਰ ਇਹ ਗੱਲ ਜੇ ਰੁਲਦੂ ਤਾਈ ਪਹੁੰਚੀ ਸੀ ਨਾ ਮੋਦਨ ਤੱਕ ਕਹਿਣ ਵਾਲੇ ਤੇ ਚਬਾ ਚਬੀ ਕਰਨ ਵਾਲਿਆਂ ਸਾਰਿਆਂ ਨੂੰ ਜਿਵੇਂ ਅੰਦਰੋਂ ਡਰ ਲੱਗਦਾ ਸੀ ਪਤੰਦਰਾਂ ਤੋਂ ਪਰ ਕੇਰਾ ਮੋਹੋਂ ਨਿਕਲੀ ਬਾ ਕਰੇ ਕਿਸੇ ਦੇ ਆਪਣੇ ਵਾਸਤੇ ਰਹੀ ਹੈ ਕਿਸੇ ਦਿਨ ਜਿੱਥੇ ਉਸ ਪਹੁੰਚਣਾ ਸੀ ਰੰਗ ਰੂਪ ਵਟਾ ਕੇ ਵੀ ਪਹੁੰਚ ਗਈ ਮੈਂ ਮੇਰਿਆਂ ਸਾਲਿਆਂ ਦਾ ਲਹੂ ਕਿਹੜਾ ਨੀ ਪੀਜੂ ਕੋਈ ਸਾਹਮਣੇ ਹੋਵੇ ਤਾਂ ਸਹੀ ਰੂਲਦੂ ਆਪ ਮਹਾਰਾਹੀ ਪਸ਼ੂਆਂ ਦੇ ਥਾਂ ਸੰਭਰਦਾ ਅੱਖਾਂ ਸੂਈਆਂ ਕਰੀ ਬੋਲਣ ਲੱਗ ਪਿਆ ਸੀ ਕੁੱਤੀਆਂ ਜਾਤਾਂ ਬਾਰ ਬਾਰ ਭੌਂਕਦੀਆਂ ਫਿਰਦੀਆਂ ਜੇ ਹੈ ਕਿਸੇ ਚਤੰਤ ਤਾਂ ਜੁਵਾਈ ਦੇ ਮੱਥੇ 'ਤੇ ਲੱਗੇ ਕੋਈ ਐਂ ਆਖਣ ਨੂੰ ਤਾਂ ਚੰਦ ਸੂਰਜ ਤੇ ਕਿਹੜਾ ਦੂਸ਼ਣ ਨਹੀਂ ਲਾਉਂਦੀ ਦੁਨੀਆ 16 ਕਲਾਂ ਸੰਪੂਰਨ ਉਤਾਰਾਂ ਤੇ ਕਿਹੜਾ ਇਹੋ ਜਿਹਾ ਨਹੀਂ ਇਲਜ਼ਾਮ ਨਹੀਂ ਲਾਏ ਦੁਵਾਨੀ ਦੇ ਧੋਬੀ ਨੇ ਮੂੰਹ ਟੱਡ ਕੇ ਕਹਿਤਾ ਸੀ ਕਿ ਸੀ ਤਾਂ ਤਾਂ ਪਤੀ ਵਰਤਾ ਹੀ ਨਹੀਂ ਰਹੀ ਲੈ ਦੱਸ ਕਿਸੇ ਸਾਲੇ ਦਾ ਮੂੰਹ ਫੜ ਲੈਣਾ ਹਾਂ ਸਵਾਗਤ ਤਾਂ ਫੇਰ ਹੈ ਮਰਦਾਊ ਪਣਾ ਤਾਂ ਫੇਰ ਹੈ ਜੇ ਕੋਈ ਮੋਛਾਲਾ ਮੂੰਹ ਤੇ ਆ ਕੇ ਆਖੇ ਆਖੇ ਤਾਂ ਸਹੀ ਵੇਖ ਜੇ ਮੇਰੇ ਲੋਂਡੇ ਸਾਲੇ ਦਾ ਕੁੱਤਰਾ ਨਾ ਕਰਦੇ ਹਾਂ ਹਾਂ ਰੁਲਦੂ ਐ ਗਾਹਾਂ ਜਿਉਣੇ ਦਾ ਬਿਛਨੀ ਤੇਲਣ ਤੇਲਣ ਦਾ ਘੁੱਲਾ ਨੀ ਬਈ ਦੀਵੇਂ ਖੁਆ ਕੇ ਕੋਲੂ ਮਗਰ ਬਲਦ ਹੱਕਣਾ ਲਗੂ ਮੈਂ ਤਾਂ ਔੜਵੇਂ ਕੋੜਵੇਂ ਦਾ ਬੀ ਨਾਸ ਕਰ ਦੂੰ ਬੀ ਨਾਸ ਹਾਂ ਹੈ ਰੜਕਤਾ ਦੇਖ ਲੈ ਕੋਈ ਲਾ ਕੇ ਠੂਹੇ ਦੀ ਪੂਛ ਨੂੰ ਹੱਥ ਆ ਜੇ ਜਿਹਦੀ ਆਈ ਹੈ ਸਾਡਾ ਤਾਂ ਡਾਂਗ ਤੇ ਡੇਰਾ ਹੈ ਅਸੀਂ ਤਾਂ ਰਮਤੇ ਸਾਧੂ ਆਂ ਸਾਡਾ ਕੀ ਕੋਈ ਦੁੰਬ ਪੱਟ ਲੋ ਉਹ ਜਿਵੇਂ ਆਪਣਾ ਸਾਰਾ ਗੁੱਬਗਵਾਟ ਇੱਥੇ ਕੱਢ ਲੈਣਾ ਚਾਹੁੰਦਾ ਸੀ ਪਰ ਨਿਕਲਿਆ ਫੇਰ ਵੀ ਨਹੀਂ ਸੀ ਆਥਣੇ ਮੋਦਨ ਕੇ ਘਰ ਜਾ ਕੇ ਬਿਨਾਂ ਗੱਲ ਦੱਸਿਆਂ ਜਈ ਗੀਦੀ ਬੰਦਿਆਂ ਦੇ ਇਧਰ ਲਈ ਉਧਰ ਲਈ ਹੋਰ ਹੀ ਹਵਾਲੇ ਦੇ ਕੇ ਗਾਣਾ ਕੱਢਦਾ ਰਿਹਾ ਮੋਦਰ ਨੂੰ ਵੀ ਮਾੜੀ ਮੋਟੀ ਵਾਈ ਕਿਧਰੋਂ ਲੱਗੀ ਸੀ ਪਰ ਉਹ ਤੱਤਾ ਹੋ ਕੇ ਐਵੇਂ ਕੱਚੀ ਲੱਸੀ ਦਾ ਵਧਾਣ ਨਹੀਂ ਸੀ ਵਧਾਉਣਾ ਚਾਹਦਾ ਫਿਰ ਵੀ ਜਿਉਂ ਜਿਉ ਰੁੱਲਦੂ ਗੱਲਾਂ ਕਰਦਾ ਸੀ ਮੋਦਰ ਨੂੰ ਜਿਵੇਂ ਰੋਹ ਚੜਦਾ ਸੀ ਅਖੀਰ ਜਦੋਂ ਉਹਨੂੰ ਕੁਝ ਅਕੇਵਾਂ ਵੀ ਹੋਣ ਲੱਗ ਪਿਆ ਤਾਂ ਰਤਾ ਖਿੱਚ ਕੇ ਕਹੇ ਛੱਡ ਯਾਰ ਕਿਉਂ ਐਵੇਂ ਖਿਚੜੀ ਵਾਂਗ ਰੁੱਝੀ ਜਾਣਾ ਸੁੱਕਾ ਹੀ ਜਦ ਕੋਈ ਸਾਲਾ ਸਿੱਧੇ ਮੱਥੇ ਲੱਗੂ ਉਦੋਂ ਦੇਖ ਲਾਂਗੇ ਓਏ ਗਜਬੀਆ ਮੈਂ ਵੀ ਤਾਂ ਐਸੇ ਗੱਲ ਦਾ ਰੋਣਾ ਰੋਣੇ ਰੂਲ ਦੂ ਹੋਰ ਚੜ ਗਿਆ ਤੇ ਕੋਈ ਸਾਹਮਣੇ ਆ ਕੇ ਮੱਥੇ ਲਗੇ ਤਾਂ ਫੇਰ ਸਿਆਪਾ ਕਾਦਾ ਫੇਰ ਤਾਂ ਛੱਕਾ ਨਾ ਮਟਾ ਲਈਏ ਪਲਕ ਚੁੱਪ ਰਹਿ ਕੇ ਮੋਦਨ ਨੇ ਗੱਲ ਟਾਲ ਕੇ ਹੋਰ ਪਾਸੇ ਪਾ ਲਈ ਐਤ ਕਿ ਕੋਈ ਪੁਰਾਣਾ ਸਰਾਣਾ ਗੱਡਾ ਕਿਤੇ ਪੁੱਛੀ ਗੱਡਾ ਰੂਲ ਦੂ ਹੈਰਾਨ ਜਿਹਾ ਹੋ ਕੇ ਉਸ ਵੱਲ ਘੂਰਦਿਆਂ ਬੋਲਿਆ ਗੱਡਾ ਤੂੰ ਸਿਰ ਚ ਮਾਰਨਾ ਤੂੰ ਕੈਸੀਆਂ ਗੱਲਾਂ ਕਰਦਾ ਮੋਦਲਾ ਭਲਿਆ ਲੋਕਾ ਆਪਾਂ ਆਪਣੇ ਗੱਡੇ ਦਾ ਬਾਲਣ ਬਣਾ ਕੇ ਉਹਦੇ ਨਾਲ ਅਰਕ ਕੱਢਣਾ ਹੈ ਮੇਰੇ ਤਾਂ ਚਾਰ ਮਨ ਦਾਣੇ ਹੋਣਗੇ ਮਗਰੋਂ ਢੋਲੂ ਪਹਿਲਾ 13 ਸਾਰਾ ਲੰਗਾ ਮੁਕਾ ਲਾਂਗੇ ਹੋਰ 10 ਓਏ ਜਾ ਜਾ ਕੀ ਪਾਲੇ ਮਾਰੀਆਂ ਗੱਲਾਂ ਕਰਦਾ ਹੁੰਨਾ ਤੂੰ ਵੀ ਰੂਲਦੂ ਕਸਾਲਾ ਮੂੰਹ ਕਰਦਿਆਂ ਅੰਦਰ ਬਾਹਰ ਫਿਰਦੀ ਦਾਨੀ ਵੱਲ ਝਾਕ ਝਾਕ ਖਿੜਦਾ ਗਿਆ ਦਾਨੀ ਨੇ ਨਿੱਕਾ ਜਿਹਾ ਖੁੰਡ ਕੱਢਿਆ ਹੋਇਆ ਸੀ ਉਹਦੀਆਂ ਗੱਲਾਂ ਸੁਣਦਿਆਂ ਉਹਦੇ ਚਿਹਰੇ ਉੱਤੇ ਪਲ ਪਲ ਬਦਲਦੇ ਸਨ ਇਸ ਨਾਲ ਰੂਲਦੂ ਨੂੰ ਥੋੜ੍ਹ ਅੰਦਰੋਂ ਕੋਈ ਠੰਡ ਜੀ ਪਸਰਦੀ ਮਹਿਸੂਸ ਹੁੰਦੀ ਸੀ ਤੇ ਜਦੋਂ ਦਾਤ ਕਾ ਕੇ ਦਾਨੀ ਆਪਣੀਆਂ ਹਿਰਨੀ ਵਰਗੀਆਂ ਅੱਖਾਂ ਸੰਗ ਦੀ ਸੰਗ ਦੀ ਉਸ ਵੱਲ ਭੁਆ ਲੈਂਦੀ ਤਾਂ ਰੁਲਦੂ ਦੇ ਪਿੰਡੇ ਚੋਂ ਸੀਤ ਨਿਕਲ ਜਾਂਦਾ ਤੇ ਇੱਕ ਵਾਰ ਤਾਂ ਉਹਨੂੰ ਗੱਲਾਂ ਬਣਾਉਣ ਵਾਲੇ ਲੋਕ ਵੀ ਸੱਚੇ ਲੱਗੇ ਉਹ ਸੱਚੀ ਬੇਈਮਾਨ ਸੀ ਪਰ ਐਨ ਉਸੇ ਵੇਲੇ ਸੱਜੀ ਗੱਲ ਨੂੰ ਜੋਰ-ਜੋਰ ਦੀ ਖਰਵੇ ਹੱਥ ਨਾਲ ਰਗੜਦਿਆਂ ਉਹਨੇ ਖੰਘਾਰ ਕੇ ਕੰਧ ਵੱਲ ਮੂੰਹ ਕਰਕੇ ਧੋਕਿਆ ਫਿਰ ਪਤਾ ਨਹੀਂ ਕਿਹੜੀ ਗੱਲ ਨੂੰ ਮੋੜ-ਮੋੜ ਕੇ ਕਿੱਧਰ ਦੀ ਕਿੱਧਰ ਲੈ ਤੁਰਿਆ ਰਤਾ ਹਰਖੀ ਬਾਤ ਚ ਬੋਲਿਆ ਬੰਦੇ ਸਾਲੇ ਦਾ ਕੁਛ ਤਾਂ ਧਰਮ ਮਾਨ ਚਾਹੀਦਾ ਕਿਤੇ ਤਾਂ ਮਾੜੀ-ਮੋਟੀ ਸਬਰ ਸੁਬੂਰੀ ਚਾਹੀਦੀ ਹੈ ਜੇ ਥਾਂ ਥਾਂ ਲੋਕਾਂ ਦੀਆਂ ਖੁਰਲੀਆਂ ਤੇ ਟਾਂਗਰ ਨੂੰ ਹੀ ਮੂੰਹ ਮਾਰਦਾ ਫਿਰਿਆ ਉਹ ਯਾਰ ਕੋਈ ਬੰਦਾ ਹੈ ਹੈ ਆ ਲੀਲੀ ਛੱਤ ਵੀ ਕਾਸੀ ਦੇ ਆਸਰੇ ਖੜੋਤੀ ਹੈ ਜਿਹਦੇ ਬੰਦੇ ਦਾ ਧਰਮ ਮਾਨ ਨਹੀਂ ਹੱਲ ਗਿਆ ਉਦੋਂ ਪਰਲੋ ਨਹੀਂ ਆਜੂ ਧਰਤੀ ਤੇ ਫੇਰ ਮਗਰ ਰਹੁ ਕੀ ਹੈ ਰਹਿਜੂ ਕੁਛ ਨਾ ਕੁਛ ਨਹੀਂ ਰਹਿਣਾ ਤੇ ਫੇਰ ਉਹ ਜਿੰਨਾ ਚਿਰ ਗੱਲਾਂ ਕਰਦੇ ਰਹੇ ਰੁਲਦੂ ਨੇ ਸਿਰ ਉੱਚਾ ਨਹੀਂ ਕੀਤਾ ਸਿਆਣੀ ਉਮਰ ਦੇ ਬੁੜਿਆਂ ਵਾਂਗ ਮੋਦਨ ਨਾਲ ਸਿਰ ਮਾਰ-ਮਾਰ ਕੇ ਹਾਂ ਹਾਂ ਕਰਦੇ ਆਂ ਕਬੀਲਦਾਰੀ ਦੀਆਂ ਗੰਭੀਰ ਸਲਾਹਾਂ ਕਰਦਾ ਰਿਹਾ ਤੁਰਨੋਂ ਪਹਿਲਾਂ ਚਾਚੀ ਹਰਕੁਰ ਨੂੰ ਮੱਥਾ ਟੇਕਣ ਲੱਗਿਆ। ਸੋ ਖਸਾਨ ਪੁੱਛੀ ਤਾਂ ਬਾਹਰੋਂ ਗੇਲੂ ਆ ਗਿਆ। ਉਹਦੇ ਨਾਲ ਚੌੜ ਕਰਦਿਆਂ ਇੱਕ ਵਾਰ ਫੇਰ ਦਾਨੀਵਾਲ ਝਾਕੜ ਨੂੰ ਜੀ ਘਰ ਆਇਆ। ਪਰਚਿੱਤ ਕਰੜਾ ਕਰਕੇ ਪਿੱਠ ਪੁਆ ਲਈ। ਜਵੇਂ ਡਰ ਦਾ ਡਰਦਾ ਤੁਰ ਚੱਲਿਆ। ਜੀ ਹੁਣ ਰੋਟੀ ਪੱਕਦੀ ਐ ਖਾ ਕੇ ਜਾਏ ਉਹ ਦਾਨੀ ਨੇ ਮਗਰੋਂ ਆਵਾਜ਼ ਮਾਰ ਲਈ। ਸਾਰਾ ਸਰੀਰ ਜਿਵੇਂ ਕੰਬ ਗਿਆ ਤੇ ਸਾਹ ਸੱਤ ਮੁੱਕ ਗਿਆ। ਅਗਲਾ ਪੈਰ ਚੁੱਕਿਆ ਨਹੀਂ ਗਿਆ। ਪਿਛਾਂ ਵੀ ਨਹੀਂ ਝੱਕਿਆ ਗਿਆ। ਨਾ ਵਾਪਸ ਮੁੜਿਆ ਗਿਆ। ਬਸ ਬਸ ਭਾਈ ਜਿਉਂਦੇ ਰਹੋ। ਪਕਾਈ ਬੈਠਾ ਹੋਣਾ ਕਾਕਾ ਜਿਹੋ ਜੀਆਂ ਪੱਕੀਆਂ ਹੋਣਗੀਆਂ ਵਿਚਾਰੇ ਤੋਂ ਕਹਿ ਕੇ ਉਹ ਅਗਲੇ ਪਾਲੀ ਬਾਉ ਦਾ ਹੀ ਬਾਹਰ ਨਿਕਲ ਗਿਆ ਮੋਦਨ ਨੇ ਬੂਏ ਕੋਲ ਜਾ ਕੇ ਵੀ ਉਹਨੂੰ ਮੋੜਨ ਦਾ ਯਤਨ ਕੀਤਾ ਪਰ ਰੁਲਦੂ ਨੇ ਅਜਿਹੀ ਜਿੱਦ ਫੜੀ ਕੇ ਗੱਲ ਹੀ ਨਹੀਂ ਸੁਣੀ ਮੋਦਨ ਤੋਂ ਬਾਹਰ ਛੁਡਾ ਕੇ ਬਾਹਰ ਆ ਗਿਆ ਉਦੋਂ ਸਾਰੀ ਰਾਤ ਸਖਣੀ ਸਬਾਤ ਚ ਕਦੇ ਗੁੱਡੇ ਇਕੱਠੇ ਕਰਦਾ ਕਦੇ ਲਤਾਂ ਨਾਲ ਦਾ ਲੇਫ ਦੇ ਟੁੱਟੇ ਲੋਗੜ ਨੂੰ ਹੋਰ ਛੇਦਰਾ ਕਰਦੇ ਹੁਣ ਇੰਦਾ ਹੀ ਪਿਆਰ ਆ ਅੱਧੀ ਰਾਤ ਤੋਂ ਪਹਿਲਾਂ ਪਹਿਲ ਤਿੰਨ ਵਾਰੀ ਉਹਨੂੰ ਭੁਲੇਖਾ ਪਿਆ ਜਿਵੇਂ ਕਿਸੇ ਨੇ ਵੱਡੇ ਬਾਰ ਦਾ ਕੁੰਡਾ ਖੜਕਾਇਆ ਹੋਵੇ ਬਿਨਾ ਕੋਈ ਕਪੜਾ ਲਿਆ ਨੰਗ ਢੜਾਂਗਾ ਬੂਏ ਕੋਲ ਆ ਕੇ ਕਿਹੜਾ ਕਿਹੜਾ ਕਰਕੇ ਗਾਲਾਂ ਕੱਢਦਾ ਵਾਪਸ ਮੁੜ ਜਾਂਦਾ ਰਿਹਾ ਕਿੰਨੇ ਵਾਰੀ ਮਨ ਐਵੇਂ ਹੀ ਉਹ ਭਰ ਭਰ ਆਇਆ ਕਿ ਜੋਰ ਲਾਉਣ ਤੇ ਵੀ ਅੱਖਾਂ 'ਚੋਂ ਪਾਣੀ ਦੀਆਂ ਧਾਰਾਂ ਵਗਣ ਲੱਗ ਪਈਆਂ ਪਰ ਕੁੱਕਰ ਦੀ ਬਾੰਦ ਬਾੰਗ ਨਾਲ ਕ੍ਰੋਧ ਜਾਗ ਪਿਆ ਕੋਲ ਪੈ ਮੁੰਡੇ ਦਾ ਖਿਆਲ ਕੀਤੇ ਬਿਨਾ ਉੱਠ ਕੇ ਬਹਿ ਗਿਆ ਤੇ ਰਜਾਈ ਦੀ ਬੁੱਕਲ ਮਾਰ ਕੇ ਇਕੱਠਾ ਜਿਹਾ ਹੋਇਆ ਰਤਾ ਧੜਕੀ ਬਾਅਦ ਚ ਬਕੜਵਾ ਕਰਨ ਲੱਗ ਪਿਆ ਫਿੱਟੇ ਮੂੰਹ ਤੇਰੇ ਦੂਰ ਫਿੱਟੇ ਮੂੰਹ ਤੇਰੇ ਦੂਰ ਫਿੱਟੇ ਮੂੰਹ ਮੇਰੀਆ ਸਾਲਿਆ ਹੁਣ ਐਸ ਅਵਸਥਾ ਚ ਗੰਦ ਖਾਣ ਲੱਗਿਆ ਤੈਨੂੰ ਛਰਮ ਨਹੀਂ ਆਉਂਦੀ ਜੇ ਐਡੀ ਬੇਇਮਾਨੀ ਸੀ ਤਾਂ ਤੈਨੂੰ ਕਿਹੜੇ ਕੰਜਰ ਨੇ ਆਖਿਆ ਸੀ ਵੀ ਤੂੰ 2000 ਉਹਦੀ ਖਾਤਰ ਲਾ ਆਪ ਲੈ ਆਉਂਦਾ ਹਾਂ ਲੈ ਆਉਂਦਾ ਫਿਰ ਕਿਸੇ ਸਾਲੇ ਨੇ ਹਟਾਇਆ ਸੀ ਉਦੋਂ ਕੋਈ ਮਹਿਣਾ ਸੀ ਸਾਰੀ ਦੁਨੀਆ ਕਰਾਉਂਦੀ ਫਿਰਦੀ ਐ ਤੇਰਾ ਕਿਸੇ ਨੇ ਹੱਥ ਫੜਿਆ ਸੀ ਦੇਖ ਦੇਖ ਦੇ ਨਾਲੇ ਸਾਲਾ ਜਲਕੁਰ ਦੇ ਸਿਵੇ ਨੂੰ ਜਾਂ ਫਰੋਲਦਾ ਆਹੋ ਫਿਰ ਜੇ ਉਹ ਚਿੱਤ ਚ ਬੜੀ ਬੈਠੀ ਐ ਤਾ ਉਹਨੂੰ ਆਪਦੀ ਕੁਛ ਲੱਗਦੀ ਨੂੰ ਕੱਢੇਗਾ ਕਿਵੇਂ ਬਸ ਫੇਰ ਹੁਣ ਫੇਰ ਐ ਲੂਸਣੀਆਂ ਕਿਉਂ ਲਾਨਾ ਕਿਉਂ ਆਵਦਾ ਆਪਾ ਆਪ ਪਛੀ ਜਾਣੇ ਕੁਛ ਗਿਆਨ ਕਰ ਸਿਆਣਾ ਬੰਦਾ ਬਣ ਬਣ ਹਾਂ ਬੰਦਾ ਰੂਲਦਿਨੇ ਅੱਖਾਂ ਪੁੰਝੀਆਂ ਤੇ ਰਜਾਈ 'ਚ ਲੱਤਾਂ ਪਸਾਰਦਿਆਂ ਸਿੱਧਣ ਸਿੱਧਾ ਪੈ ਗਿਆ ਚਿੱਤ ਟਿਕਾਣੇ ਆ ਗਿਆ ਲੱਗਦਾ ਸੀ ਕਿੰਨਾ ਚਿਰ ਜਿਵੇਂ ਫੇਰ ਆਪਣੇ ਆਪ ਨੂੰ ਹਲਾਸ਼ੇਰੀਆਂ ਤੇ ਦਲਾਸੇ ਦਿੰਦਾ ਬੁੜਬੁੜ ਕਰੀ ਗਿਆ ਫੇਰ ਸਿਰ ਨੂੰ ਘੂਕੀ ਚੜਨ ਲੱਗ ਪਈ ਕੀ ਆ ਬਾਪੂ ਉਹਦੇ ਇੰਨੇ ਬਰੜਾ ਨਾਲ ਮੁੰਡੇ ਨੇ ਉੱਬੜਵਾਇਆ ਜਾ ਕੇ ਪੁੱਛਿਆ ਕੁਛ ਨਹੀਂ ਪੁੱਤ ਕੁਛ ਨਹੀਂ ਕੁੱਕੀ ਚ ਸਚੇਤ ਹੁੰਦਿਆਂ ਉਹ ਕਰਾਰ ਨਾਲ ਬੋਲਿਆ ਮੈਂ ਤਾਂ ਐਵੇਂ ਕੋਈ ਨਹੀਂ ਕੁਛ ਨਹੀਂ ਕੁਛ ਨਹੀਂ ਸੌਂ ਜਾ ਸੌਂ ਜਾ ਤੂੰ ਦਿਨ ਚੜ ਗਿਆ ਕਿੱਥੇ ਪੁੱਤ ਅਜੇ ਤਾਂ ਬਾਲਾ ਕੁਵੇਲਾ ਹੈ ਸੌਂ ਜਾ ਸੌਂ ਜਾ ਮੇਰਾ ਸੌ ਰੁੱਲਦੂ ਦੀ ਆਵਾਜ਼ ਨੇ ਮੋਹ ਮੋਹ ਨੇ ਜਿਵੇਂ ਮੁੰਡੇ ਦੇ ਨਾਲ ਉਹਦਾ ਆਪਣਾ ਚਿੱਤ ਵੀ ਚੰਗੀ ਤਰ੍ਹਾਂ ਟਿਕਾ ਦਿੱਤਾ ਸੀ ਹੋਰ ਕੁਛ ਚਿਰ ਮਗਰੋਂ ਨੂੰ ਨੀਂਦ ਵੀ ਆ ਗਈ ਪਰ ਉਸ ਦਿਨ ਪਿੱਛੋਂ ਪਤਾ ਨਹੀਂ ਕੀ ਹੋਇਆ ਕਿ ਇਸ ਗੱਲ ਦੀ ਮਨ ਚ ਗੰਢ ਜੀ ਵੱਜ ਗਈ ਜਿਹੜੀ ਨਾ ਹੁਣ ਖੁੱਲਦੀ ਸੀ ਨਾ ਖੁਰਦੀ ਸੀ ਪਰ ਜਦੋਂ ਆਪਣੀ ਕਮਜ਼ੋਰੀ ਲੱਗਦੀ ਤਾਂ ਗੁੱਸਾ ਆ ਜਾਂਦਾ ਤੇ ਉਵੇਂ ਅੱਧੀ ਅੱਧੀ ਰਾਤ ਨੂੰ ਉੱਠ ਕੇ ਉਲਜਲੂਲ ਬੱਕਣ ਲੱਗ ਪੈਂਦਾ ਉਹਨੂੰ ਜੱਪਦਾ ਕੁਝ ਵਿਹਲੀ ਰੁੱਤ ਹੋਣ ਕਰਕੇ ਮਨ ਕਾਬੂ ਨਹੀਂ ਸੀ ਆ ਰਿਹਾ ਸ਼ਾਇਦ ਇਸੇ ਕਰਕੇ ਹਾੜੀ ਨੂੰ ਜਿੰਨੀ ਕਾਲ ਨਾਲ ਉਹ ਐਤਕੀ ਉਡੀਕ ਰਿਹਾ ਸੀ ਅੱਗੇ ਕਦੇ ਨਹੀਂ ਸੀ ਉਡੀਕਿਆ ਪਰ ਉਹਦੀ ਕਾਲ ਨਾਲ ਸਗੋਂ ਸਮੇਂ ਦੀ ਤੌਰ ਮੱਠੀ ਪੈਂਦੀ ਗਈ ਦਿਨ ਹੋਰ ਵੱਡੇ ਹੋ ਗਏ ਰਾਤਾਂ ਵਧੇਰੇ ਲੰਮੀਆਂ ਤੇ ਸਖਣੀਆਂ ਹੋ ਗਈਆਂ ਤੇ ਅਖੀਰ ਹਾੜੀ ਵੀ ਆ ਗਈ ਲੋਕਾਂ ਨੂੰ ਸਰਵਾ ਵੱਢ ਕੇ ਪਿੜਾਂ ਚ ਸੁੱਟ ਲਈਆਂ ਛੋਲਿਆਂ ਨੂੰ ਦਾਤੀ ਪੈ ਗਈ ਰੁਲਦੂ ਦੇ ਛੋਲਿਆਂ ਦਾ ਅੰਤ ਤਾਂ ਦਾ ਜੰਮ ਸੀ ਜਦੋਂ ਟਾਟਾਂ ਦਾ ਰੰਗ ਵੱਟਦਾ ਵਿੰਦਾ ਚਿੱਤ ਫੁੱਲ ਵਾਂਗ ਖਿੜ ਜਾਂਦਾ ਉਹ ਮੋਦਨ ਦੀ ਫਸਲ ਪਹਿਲਾਂ ਸਮੇਟਣਾ ਚਾਹੁੰਦਾ ਸੀ ਪਰ ਉਹ ਕੁਝ ਪਛੇਪੀ ਸੀ ਤੁਹਾਨੂੰ ਸਲਾਹ ਕਰਕੇ ਪਹਿਲਾਂ ਰੁਲਦੂ ਦੇ ਛੋਲਿਆਂ ਨੂੰ ਹੀ ਝੁੱਟੀ ਜਾ ਲਈ ਕਾਮੋਨਾਂ ਇਹੋ ਭੂਤਾ ਮੰਗ ਨਵੇੜਿਆ ਕਿ ਸਾਰਾ ਪਿੰਡ ਵੇਖ ਕੇ ਚਰਜ ਮੰਨ ਗਿਆ ਤੇ ਉੱਡੀਆਂ ਵਾਈਆਂ ਬੁਰੋਲੇ ਹਨੇਰੀਆਂ ਬਣ ਬਣ ਝੁੱਲਣ ਲੱਗ ਪਈਆਂ ਖੰਮਾਂ ਦੀਆਂ ਡਾਰਾਂ ਬਣਾ ਕੇ ਕਈਆਂ ਨੇ ਤਾਂ ਉੱਡੀਆਂ ਜਾਂਦੀਆਂ ਵੀ ਵਿਖਾਤੀਆਂ ਹਾੜੀ ਵੱਡੀ ਕੱਢੀ ਗਈ ਤਾਂ ਦੋਵੇਂ ਵਾਰੀ ਨਾਲ ਰੁਲਦੂ ਦੇ ਜਰਖਲੇ ਗੱਡੇ ਉੱਤੇ ਮੌਲੇ ਦੇ ਬੈਠ ਕੇ ਨਾਲੀ ਤਰਲੇ ਮਾਰਦਿਆਂ ਦਾਣੇ ਮੰਡੀ ਲੈ ਗਏ ਆਰਤੀਏ ਤੋਂ ਲੈਣਸਾਰ ਮੋਦਨ ਨੇ 900 ਰੁਪਏ ਰੁਲਦੂ ਨੂੰ ਮੋੜਦਿਆਂ ਕਿ ਲੈ ਭਰਾ ਵਾ ਇਹਨਾਂ ਤੋਂ ਹੁਣੇ ਫੜ ਲੈ ਜੇ ਕੋਈ ਵਿਆਜ ਵੱਟੂ ਵੀ ਲੱਗਿਆ ਤਾਂ ਉਹ ਵੀ ਲੈ ਲਈ ਬਾਕੀ ਸੋਣੀ ਵੇਲੇ ਸੀ ਜਾਂ ਅਗਲੀ ਹਾੜੀ ਨੂੰ ਤਾਂ ਹਰ ਹਾਲ ਪਰ ਨੋਟਾਂ ਵਲ ਵੇਖ ਕੇ ਰੁਲਦੂ ਦੇ ਤੌਰ ਹੀ ਬਦਲ ਗਏ ਹਰ ਕੇ ਬੋਲੇ ਬਾਈ ਸਿਆਹੇ ਰੁਲਦੂ ਹੈ ਜਿਉਣੇ ਦਾ ਤੋ ਮੈਨੂੰ ਸਮਝਿਆ ਸਮਝ ਕੀ ਛੱਡਿਆ ਬਾਈ ਸਿਆਹ ਚੁੱਪ ਕਰਕੇ ਜੇਬ ਚ ਪਾਲਾ ਤੇ ਫਿਰ ਬਿੰਦ ਦਾ ਬਿੰਦ ਚੁੱਪ ਕਰਕੇ ਬਦਲੀ ਬਾਤ ਚ ਬੋਲਿਆ ਇਹਨਾਂ ਪੈਸਿਆਂ ਨਾਲ ਐਦ ਕੀ ਜੱਤੋਂ ਦੀ ਮੰਡੀੋਂ ਇੱਕ ਨਗੌਰੀ ਵੜਦ ਲਿਆਵਾਂਗੇ ਤੇ ਉਹਦੇ ਨਾਲ ਜੋੜਾਂਗੇ ਸਾਡੇ ਆਲਾ ਬੈੜਕਾ ਮੌਲਾ ਤਾਂ ਤੈਨੂੰ ਪਤਾ ਹੁਣ ਜਮਾ ਹੀ ਰਿਹਾ ਖੜੋਤਾ ਜਿੱਦ ਤੇਰੇ ਕੋਲ ਬਾਲੇ ਹੋਣਗੇ ਸਣੇ ਮੇਰੇ ਵਾਲਿਆਂ ਦੇ ਭਾਵੇਂ ਉਨੇ ਹੋਰ ਮੋੜ ਦੀ ਸੁਣਿਆ ਹਾਂ ਬਾਕੀ ਆਪ ਦੇ ਚੱਕਲਾ ਚੁੱਪ ਕਰਕੇ ਮੋਦਰ ਨੇ ਰੁੱਲਦੂ ਵਾਂਗ ਜਿੱਦ ਨਹੀਂ ਕੀਤੀ ਪਰ ਉਹਦਾ ਚਿੱਤ ਖੁਸ਼ ਨਹੀਂ ਹੋਇਆ ਉਹ ਦੁਨੀਆ ਤੋਂ ਚਰਚਾ ਨਹੀਂ 시 ਕਰਾਉਣਾ ਚਾਹੁੰਦਾ ਨਾਲੇ ਜਦੋਂ ਹੁਣ ਉਹਦਾ ਘਰ ਵੱਸ ਗਿਆ ਸੀ ਤਾਂ ਕਿਉਂ ਉਹਦੇ ਤੇ ਭਾਰ ਪਾਈ ਰੱਖੇ ਪਰ ਉਹ ਗਰੁੱਲਦੂ ਦਾ ਹੰਮਾ ਸੁੱਟ ਪਾਉਣਾ ਵੀ ਆਸਾਨ ਗੱਲ ਉਹਨੂੰ ਨਹੀਂ ਲੱਗੀ ਫਿਰ ਇੱਕ ਦਿਨ ਬੈਠਿਆਂ-ਬੈਠਿਆਂ ਮੋਦਰ ਨੇ ਸਧਾਰਨ ਗੱਲਾਂ ਝੇੜੀਆਂ ਤਾਂ ਰੁੱਲਦੂ ਭੇਤ ਦੱਸਣ ਲੱਗ ਪਿਆ ਜਿਹਦਾ ਹੁਣ ਤਾਈ ਮੋਦਨ ਨੂੰ ਸੁਪਨਾ ਵੀ ਨਹੀਂ ਸੀ ਆਇਆ ਬਾਈ ਬਾਕੀ ਦਾ ਸਭ ਲੋਕ ਹੱਟੀਆਂ ਦਾਣੇ ਸਿੱਟ ਕੇ ਦੇਣਾ ਲੈਣਾ ਨਿਬੇੜ ਕੇ ਨੰਗ ਵੀ ਹੋਏ ਬੈਠੇ ਆ ਪਰ ਆਪਣੇ ਵਾਲੇ ਬੇਲੀਆ ਨੇ ਅਜੇ ਤਾਈ ਇੱਕ ਦਾਣਾ ਨਹੀਂ ਵੇਚਿਆ ਨਾ ਮੇਰਾ ਆਪਾ ਨੇ ਵੇਚਿਆ ਸਰਦੈ ਨਾ ਹੁਣ ਮਹਿੰਗਾ ਦੀ ਮਹਿੰਗਦੀ ਆਸ ਲਈ ਬੈਠੇ ਆ ਸੱਜਣ ਤੇ ਛੋਟੇ ਦੇ ਐਤ ਕੀ 500 ਮਣਾ ਹੋਏ ਆ ਤੇ 2.5-3000 ਮਣਾ ਔਰ ਸਾਲੇ ਦੁੱਧਰ ਜੱਟਾਂ ਦੇ ਹੋਏ ਦੱਸਦੇ ਆ ਆਪਣੇ ਦੁਸ਼ਮਣਾਂ ਦੇ ਦੋ ਟਰਾਲੀਆਂ ਭਰ ਕੇ ਤਾਂ ਵੇਚ ਵੀ ਆਏ ਪਰ ਸੱਚ ਤੈਨੂੰ ਇੱਕ ਹੋਰ ਗੱਲ ਦੱਸਾਂ ਐ ਕਿ ਸੁਣਿਆ ਸੱਜਣ ਤੇ ਛੋਟਾ ਵੀ ਆਡੂ ਮੋਣ ਨੂੰ ਫਿਰਦੇ ਆ ਉਹ ਤਾਂ ਪੱਕਾ ਪਤਾ ਨਹੀਂ ਪਰ ਰੌਲਾ ਇਹੇ ਗੱਲ ਤੇ ਪਿਆ ਦਸੀਦਾ ਹੈ ਵੀ ਸੱਜਣ ਘਣੇ ਦੇ ਮੁੰਡਿਆਂ ਨਾਲ ਉਹੀ ਬਾਹੀ ਇਕੱਠੀ ਕਰਨ ਨੂੰ ਫਿਰਦਾ ਜਿਹੜਾ ਨਵਾਂ ਟੂ ਬੈੱਲ ਹੋਰ ਲਾਉਣ ਨੂੰ ਫਿਰਦੇ ਆ ਉਹ ਕਹਿੰਦੇ ਆ ਦੋਹਾਂ ਘਰਾਣੇ ਰਲ ਕੇ ਲਾਉਣਾ ਹੈ ਟਰੈਕਟਰ 'ਚ ਕੋਈ ਹਿੱਸਾ ਪੱਤੀ ਕਰਨ ਦੀ ਸਲਾਹ ਹੈ ਸੱਜਣ ਦੀ ਤਾਂ ਐ ਸੁਣਿਆ ਅੱਗੇ ਰੱਬ ਦੀਆਂ ਰੱਬ ਜਾਣੇ ਤੈਨੂੰ ਕਿਥੋਂ ਪਤਾ ਲੱਗਿਆ ਮਦਨ ਨੇ ਹੈਰਾਨੀ ਮਦਨ ਮੋਦਨ ਨੇ ਹੈਰਾਨੀ ਤੇ ਕੁਝ ਸ਼ੱਕ ਨਾਲ ਪੁੱਛਿਆ ਲੈ ਪਤੇ ਨੂੰ ਸਾਈ ਲੋਕਾਂ ਇਹੋ ਜੀਆਂ ਗੱਲਾਂ ਕਦੇ ਗੁੱਝੀਆਂ ਰਹਿੰਦੀਆਂ ਕਹਿੰਦੇ ਹੁੰਦੇ ਆ ਨਾ ਆਖੇ ਇਸ਼ਕ ਮੁਸ਼ਕ ਖੰਗ ਪਾਣ ਮਾਲਣੇ ਗੁੱਜੇ ਨਾ ਰਹਿਣ ਨੂੰ ਜਹਾਨ ਮਾਲਣੇ ਕਮਲਿਆ ਇਹ ਕੋਈ ਬੁੱਕਲ ਚ ਗੁੜਪੰਨ ਨਾਲੀ ਗੱਲ ਹੈ ਆਪਦੇ ਜਾਣੇ ਤਾਂ ਸੱਜਣ ਵੀਰੇ ਕਣੇ ਦੇ ਮੁੰਡੇ ਵੀ ਬਥੇਰੇ ਚਤਰਬਣੀ ਫਿਰਦੇ ਆ ਪਰ ਦੁਨੀਆ ਕਿਹੜਾ ਐਵੇਂ ਢੋਰੀ ਤੁਰੀ ਫਿਰਦੀ ਆ ਲੋਕ ਤਾਂ ਬਈ ਪਤਾਲ ਚੋਂ ਗੱਲ ਕੱਢ ਲਿਆਉਂਦੇ ਆ ਲੈ ਹੁਣ ਦੱਸ ਇਹਨਾਂ ਗੱਲਾਂ ਦਾ ਤਾਂ ਮੱਗਰ ਬੋਲੇ ਵਰਗਿਆਂ ਨੂੰ ਵੀ ਪਤਾ ਹੈ ਨਾਲੇ ਜਮਾਂ ਖੋਗੜ ਹੈ ਪੂਰਾ ਸੁਣੀ ਦੁਨੀਆ ਦੀ ਹੈ ਕੋਈ ਸੁਧ ਇਹਦਾ ਮਤਲਬ ਇਹ ਹੋਇਆ ਕਿ ਮੋਦਨ ਦਾ ਮੱਗਰ ਬੋਲੇ ਨਾਲੋਂ ਵੀ ਵੱਧ ਸਿੱਧੜ ਸੀ ਜਿਹਨੂੰ ਉਹਨਾਂ ਗੱਲਾਂ ਦੀ ਜਾਣਕਾਰੀ ਤਾਂ ਇੱਕ ਪਾਸੇ ਰਹੀ ਕਦੇ ਜਿਹੀਆਂ ਗੱਲਾਂ ਦੀ ਕਲਪਨਾ ਵੀ ਨਹੀਂ ਸੀ ਹੋਈ ਮੋਦਨ ਨੂੰ ਜਾਪਿਆ ਜਿਵੇਂ ਉਹ ਪਿੰਡੋਂ ਤੋਂ ਲੈ ਕੇ ਹੁਣ ਤੱਕ ਰੋਹੀ ਦੇ ਜਨੌਰ ਵਾਂਗ ਦੁਨੀਆ ਤੋਂ ਦੂਰ ਵਸਦਾ ਰਿਹਾ ਸੀ ਪਿੰਡ ਦੀ ਸੱਚੀ ਉਹਨੂੰ ਕੋਈ ਸੁਹ ਨਹੀਂ ਸੀ ਕਿਸੇ ਦੀ ਵੀ ਆ ਸ਼ਾਦੀ ਹੁੰਦੀ ਸੋਗ ਮਰਨਾ ਹੁੰਦਾ ਉਹ ਕਿਸੇ ਦੇ ਜਾ ਕੇ ਨਹੀਂ ਸੀ ਖਡੋਂਦਾ ਬੇਬੇ ਜਾਉਂਦੇ ਪਰ ਉਹਦੇ ਨਾਲ ਵੀ ਬਹਿ ਕੇ ਹੁਣ ਕਦੇ ਉਸ ਪਹਿਲਾਂ ਵਾਂਗ ਗੱਲਾਂ ਨਹੀਂ ਸੀ ਕੀਤੀਆਂ ਰੁੱਲਦੂ ਮਾੜੀ ਮੋਟੀ ਕੋਈ ਗੱਲ ਦੱਸਣ ਲੱਗਦਾ ਤਾਂ ਉਹ ਕੋਈ ਦਿਲਚਸਪੀ ਨਾ ਲੈਂਦਾ ਜਿੱਦੇ ਦੀਦਾਨੀ ਆਈ ਸੀ ਉਦੋਂ ਤਾਂ ਉਹ ਬਿਲਕੁਲ ਜਿਵੇਂ ਆਪਣੇ ਆਪ ਦੀ ਗਵਾਚ ਗਿਆ ਸੀ ਉਹਦੀ ਦੌੜ ਘਰੋਂ ਖੇਤ ਖੇਤੋਂ ਘਰ ਤੇ ਤੀਜੇ ਰੁੱਲਦੂ ਦੇ ਘਰ ਤਾਂ ਹੀ ਸੀ ਤਿੰਨਾਂ ਥਾਵਾਂ ਤੋਂ ਬਿਨਾ ਚੌਥੀ ਤਾਂ ਕਿਤੇ ਉਹ ਨਹੀਂ ਸੀ ਜਾਂਦਾ ਅੱਜ ਚਾਂਚਾ ਕੋ ਉਹਨੂੰ ਜਾਪਿਆ ਕਿ ਉਹ ਮਰਿਆ ਵਰਗਾ ਸੀ ਜਿਉਂਦੇ ਬੰਦੇ ਹੁੰਨ ਖੁੰਝੇ ਬੈ ਕੇ ਦਿਨ ਪੂਰੇ ਕਰਦੇ ਹੁੰਦੇ ਪਰ ਪੁੱਤ ਤਾਂ ਪਾਲੇ ਦਾ ਹੀ ਆ ਨਾ ਜਿਹੜਾ ਸੁੰਨੀ ਟਿੱਬੀ ਉੱਤੇ ਕੋਠਣਾ ਛੱਤ ਕੇ ਐਵੇਂ ਦਿਨ ਕੱਟੀ ਕਰਨਾ ਬੈਠਾ ਸੀ ਤੇ ਉਹਨੂੰ ਜਾਪਿਆ ਪਿਓ ਜਿਹੜੇ ਗੱਡੇ ਤੇ ਦੇ ਪੱਟ ਬੈਠਾ ਬੈਠਾ ਅੱਕ ਥੱਕ ਕੇ ਸੌਂ ਗਿਆ ਸੀ ਉੱਠਣ ਲੱਗਿਆ ਉਸੇ ਤੇ ਜੇਠੇ ਪੁੱਤ ਨੂੰ ਬਿਠਾ ਗਿਆ ਸੀ ਗੱਡਾ ਉਸੇ ਲਈ ਹਿਰਿਚ-ਕਿਰਿਚ ਕਰਦਾ ਤੁਰਿਆ ਜਾਂਦਾ ਸੀ ਤੂੰ ਸਿਆਣਾ ਐ ਕੋਈ ਜ਼ਰੂਰੀ ਐ ਬਈ ਪਿਓ ਦਾਦੇ ਦੀ ਇੱਜ਼ਤ ਦਾ ਖਿਆਲ ਰੱਖਿਆ ਜਾਏ ਰੂਲ ਦੂਰ ਇਤਿਹਾਸ ਕੇ ਗੱਲ ਜਿਵੇਂ ਜਾਣ ਬੁੱਝ ਕੇ ਮੁਖੌਲ ਚ ਪਾ ਰਿਆ ਸੀ ਹੁਣ ਕਿਤੇ ਤਾਂ ਲੀਹਾ ਪਾੜਨਾ ਹੀ ਹੋਇਆ ਨਾ ਜੇ ਮਾਤੜਤ ਮਾਤੜ ਪੀਓ ਦਾਦਿਆਂ ਦੀ ਅਣਖ ਬਚਾ ਕੇ ਉਸੇ ਰਸੇ ਕੰਮ ਦੱਬੀ ਜਾਂਦੇ ਆ ਤਾਂ ਸਾਰਿਆਂ ਨੇ ਤੈਨਾਂ ਇਹਨਾ ਠੇਕਾ ਲਿਆ ਬਾਈ ਦੇਖ ਜੇ ਵੱਡਿਆਂ ਨਾਲ ਸਿਰ ਜੋੜਿਆ ਤਾਂ ਸਾਰੇ ਪਿੰਡ ਚੋਂ ਪੈਲੀ ਐ ਝੋਟੇ ਦੇ ਸਿਰ ਅਰ ਗਈ ਬਾਕੀ ਉਹਨਾਂ ਤੋਂ ਰੰਗ ਢੰਗ ਸਿੱਖ ਕੇ ਹੁਣ ਚਾਰ ਬੂਟੇ ਨਾਰਾ ਮਰੂਦਾਂ ਦੇ ਲਾ ਕੇ ਪਾਣੀ ਵਿਧਵਾ ਲਿਆ ਤੇ ਜਿਹੜੀ ਮਾੜੀ ਮੋਟੀ ਮਾਰੂ ਵੀ ਸੀ ਉਹਨੂੰ ਬੇਲੀਆਂ ਦੇ ਟੂਬਲ ਦਾ ਪਾਣੀ ਲੱਗ ਜਾਂਦਾ ਬਾਕੀ ਸੁੱਖ ਨਾਲ ਦੇਖ ਲੈ ਜਿਹੜੀ ਤੈਨੂੰ ਦਿੱਤੀ ਐ ਉਹਦੇ ਮੱਥੇ ਵੀ ਦਨਾਲੇ ਮੁਗੇ ਅਰ ਗੱਲ ਵਾਤਾ ਸੀ ਹੁਣ ਤਾਂ ਹੁਣ ਆਪਣੇ ਕਰਮ ਮਾੜੇ ਬਈ ਆਪਾਂ ਲੰਮੀ ਨਹੀਂ ਸੋਚੀ ਨਹੀਂ ਆਪਣੇ ਕਿਹੜਾ ਨੌ ਨਿੱਧਾ 18 ਸਿੱਧਾ ਨਾ ਹੋ ਜਾਂਦੀਆਂ ਹੈ ਬਾਈ ਰੋਲਦੂ ਜਿਵੇਂ ਚੱਬ ਕੇ ਗੱਲ ਕਰਦਾ ਸੀ ਮोदर ਨੂੰ ਬਿੰਦੇ ਬਿੰਦੇ ਸ਼ੱਕ ਪੈ ਰਿਹਾ ਸੀ ਜਿਵੇਂ ਉਹ ਭਰਾਵਾਂ ਦੇ ਵਿਰੁੱਧ ਉਹਦੇ ਮਨ 'ਚ ਜ਼ਹਿਰ ਕੋਲ ਰਿਹਾ ਹੋਵੇ ਪਰ ਫਿਰ ਆਪੇ ਹੀ ਮਨ ਨੂੰ ਫਟਕਾਰਾਂ ਪਾਪੀਆ ਇਹੋ ਬੰਦੇ ਜੀ ਨੇ ਤੈਨੂੰ ਉਹਨਾਂ ਨਾਲੋਂ ਪਹਿਲਾਂ ਗੱਲ ਲਾਇਆ ਤੇਰਾ ਘਰ ਬਸਾਇਆ ਤੂੰ ਇਸੇ ਤੇ ਸ਼ੱਕ ਕਰਦਾ ਨਾਲੇ ਤੇਰੀਆਂ ਆਪਦੀਆਂ ਅੱਖਾਂ ਤਾਂ ਨਹੀਂ ਫੁੱਟੀਆਂ ਜੋ ਕੁਛ ਇਹ ਕਹਿੰਦਾ ਉਹਦਾ ਤਾਂ ਪਿੰਡ ਦੇ ਬੱਚੇ-ਬੱਚੇ ਨੂੰ ਪਤਾ ਹੈ ਜੇ ਹੁਣ ਤੂੰ ਆਪ ਹੀ ਇੰਨਾ ਹੋ ਕੇ ਤੁਰਿਆ ਫਿਰਦਾ ਤਾਂ ਕਿਸੇ ਦਾ ਕੀ ਦੋਸ਼ ਇਹਨਾਂ ਸੋਚਾਂ 'ਚ ਪਏ ਮੋਦਨ ਨੂੰ ਜਾਪਿਆ ਉਹ ਓਇਓ ਮਰ ਕੇ ਜਿਉਂਦਾ ਨਹੀਂ ਸੀ रह ਸਕਦਾ ਤੁਰੇ ਫਿਰਦੀ ਲੋਥ ਵੀ ਕਦੇ ਜਿਉਂਦੀ ਹੁੰਦੀ ਹੈ ਉਸ ਰਾਤ ਫਿਰ ਨੀਂਦ ਨਹੀਂ ਆਈ ਪਰ ਅੱਜ ਹੋਰ ਭਲਖ ਹੋਰ ਮਨ ਮੁਰ ਸੰਭਲ ਗਿਆ ਕ੍ਰੋਧ ਆਉਂਦਾ ਤਾਂ ਬੂਰੇ ਹਾਲਿੰਗ ਕਾਬੂ ਕਰਦਾ ਜਪਦਾ ਜਿਵੇਂ ਐਤ ਕੀ ਥੜਕ ਗਿਆ ਤਾਂ ਫਿਰ ਸੰਭਲਿਆ ਨਹੀਂ ਜਾਣਾ ਉਹ ਜਿਵੇਂ ਕਿਸੇ ਅਸਮਾਨੀ ਖੈਸਰ ਦੇ ਰੁੱਖ ਦੀ ਟੀਸੀ ਤੇ ਰੱਖੀ ਤਲਵਾਰ ਦੀ ਧਾਰ ਉਤੇ ਧੁਰ ਰਿਆ ਸੀ ਰਤਾ ਵੀ ਪੈਰ ਥੜਕਿਆ ਤਾਂ ਚੱਕਣਾ ਚੂਰ ਹੋ ਜਾਏਗਾ ਜਿਵੇਂ ਅੰਦਰੋਂ ਸਹਿਮਿਆ ਜਿਹਾ ਉਹ ਨਿਗਾ ਉੱਚੀ ਨਹੀਂ ਸੀ ਕਰ ਰਿਹਾ ਅੱਖਾਂ ਤਿੱਖੀ ਧਾਰ ਉਤੇ ਹੀ ਟਿਕੀਆਂ ਰਹਿੰਦੀਆਂ ਸੀ ਪਰ ਇਹ ਡਰ ਵੀ ਦੁਖਦਾਈ ਤੇ ਦੁਬਿਦਾ ਭਰਿਆ ਸੀ ਇਉਂ ਵੀ ਕਿੰਨਾ ਚਿਰ ਤੁਰਿਆ ਜਾਏਗਾ ਚਲੋ ਜੰਨਾ ਚਿਰ ਵੀ ਤੁਰਿਆ ਜਾਏ ਜੰਨਾ ਚਿਰ ਵੀ ਸੰਭਲਿਆ ਜਾਏ ਜਿਉਣ ਦੀ ਲਾਲਸਾ ਕਿਵੇਂ त्यागे ਬੰਦਾ ਇਹਦੇ ਬਿਨਾ ਤਾਂ ਸਾਹ ਨਹੀਂ ਲਿਆ ਜਾਂਦਾ ਦਾਨੀ ਦਾ ਪੈਰ ਪਾਰਾ ਸੀ ਉਹਦੀਆਂ ਛਾਂਟਵੀਆਂ ਵੱਖੀਆਂ ਪਰ ਚੱਲੀਆਂ ਸਨ ਚਿਹਰਾ ਮੋਹਰਾ ਨਿੱਖਰ ਰਿਆ ਸੀ ਦੁੱਧ ਬਾਦ ਦੀ ਥੋੜੋਂ ਕਰਕੇ ਸਾਰਾ ਸਿਆਲ ਉਹਨਾਂ ਨੇ ਬੜੀ ਤੰਗੀ ਨਾਲ ਕੱਟਿਆ ਸੀ ਪਰ ਫਿਰ ਵੀ ਦਾਨੀ ਦੇ ਚਿਹਰੇ ਦੀ ਰੋ ਕਟੀ ਨਹੀਂ ਸੀ ਸੁਗਰਤਾ ਵਧੀ ਸੀ ਐਤਕੀ ਮੰਡੀ ਤੋਂ ਇੱਕ ਮੈਨਾਂ ਲਿਆਈਏ ਬੇਬੇ ਮੋਦਰ ਨੇ ਇੱਕ ਦਿਨ ਦਾਨੀ ਨੂੰ ਸੁਣਾ ਕੇ ਬੇਬੇ ਤੋਂ ਪੁੱਛਿਆ ਹੁਣ ਤਾਂ ਪੁੱਤ ਲਵੇਰੇ ਮਹੰਗੇ ਬਾਲੇ ਹੋਣਗੇ ਬੇਬੇ ਨੇ ਪਹਿਲਾਂ ਹੀ ਸੁਭਾਅ ਅਨੁਸਾਰ ਕੁਝ ਨਿਰਾਸ਼ਾ ਵਾਲੀ ਗੱਲ ਕਰ ਦਿੱਤੀ ਦਾਨੀ ਨੇ ਵੀ ਕੋਈ ਮੋੜ ਨਾ ਕੀਤਾ ਮੋਦਰ ਚੁੱਪ ਕਰ ਗਿਆ ਪਰ ਫਿਰ ਉਹਨੇ ਕਿਸੇ ਨਾਲ ਸਲਾਹ ਨਹੀਂ ਕੀਤੀ ਮੰਡੀ ਜਿੱਥੇ ਮਾਲ ਮੇਲਾ ਲੱਗਣਾ ਸੀ ਉਦੋਂ ਹੀ ਰੁਲਦੂ ਨੂੰ ਨਾਲ ਲਾ ਜਾ ਕੇ ਇੱਕ ਬੱਛੇ ਵਾਲੀ ਗਾਂ ਤੇ ਇੱਕ ਬਲਦ ਖਰੀਦ ਲਿਆਂਦਾ ਤੇ ਅਗਲੇ ਦਿਨੀ ਵੇੜੇ 'ਚ ਪਸ਼ੂਆਂ ਵਾਲਾ ਥਾਂ ਭਰਿਆ ਭਰਿਆ ਲੱਗਣ ਲੱਗ ਪਿਆ ਲਾਣੇ ਵਾਲਾ ਘਰ ਲਵੇਰੀ ਤੋਂ ਬਿਨਾ ਜੱਟ ਦਾ ਘਰ ਸੋਜਦਾ ਕਿਤੇ ਜਦੋਂ ਵੀ ਰੁਲਦੂ ਆਉਂਦਾ ਪਸ਼ੂਆਂ ਵਾਲੇ ਛੱੜੇ ਵੱਲ ਵੇਖ ਕੇ ਪਹਿਲਾਂ ਇਹੋ ਗੱਲ ਆਖਦਾ ਦੇਖ ਹੁਣ ਇਹ ਤਾਂ ਹੋਈ ਨਾ ਗੱਲ ਲੈ ਚਾਚੀ ਅੱਸੂ ਦੀ ਮੰਡੀ ਤੇ ਅਸੀਂ ਮੈਂ ਲੈ ਲੈਣੀ ਆ ਬਲੋਂ ਭਾਰੀ ਸਾਡੇ ਸਾਡੇ 3 ਪੰਛੇਰੀਆਂ ਦੁੱਧ ਵਾਲੀ ਤੂੰ ਐਤ ਕੀ ਨੰਨਾ ਨਾ ਪਾਈ ਚੰਗਾ ਹਾਂ ਪਹਿਲੇ ਦਿਨ ਹਰਕੁਰ ਨੂੰ ਉਹ ਗੱਲ ਕਹਿੰਦਾ ਬਹੁਤ ਬੁਰਾ ਲੱਗਾ ਉਹਨੂੰ ਜਾਪਿਆ ਜਿਵੇਂ ਉਹਦੇ ਸਿਰ ਕੋਈ ਦੋਸ਼ ਥੱਪਿਆ ਜਾ ਰਿਹਾ ਹੋਵੇ। ਕੁਝ ਰੁੱਖੀ ਆਵਾਜ਼ ਚ ਬੋਲੀ, ਲੈ ਸਾਉ ਮੈਂ ਕੌਣ ਆ ਨੰਨਾ ਪੌਣ ਵਾਲੀ। ਮੇਰਾ ਹੁਣ ਕੋਈ ਜੋਰ ਨਾਲੇ ਇਹੋ ਜੇ ਕੰਮ ਚ ਨੰਨਾ ਮੈਂ ਚੰਦਰੀ ਪਾਉਂਗਾ ਨੂੰ। ਰੁੱਲਦੂ ਅਫਲਾਤ ਉਸੇ ਵੇਲੇ ਤਾੜ ਗਿਆ ਤੇ ਗੱਲ ਟਾਲ ਕੇ ਹੱਸ ਪਿਆ। ਫੇਰ ਉਹ ਕਈ ਦਿਨ ਮੋਦਨ ਕੇ ਘਰ ਨਹੀਂ ਆਇਆ। ਖਬਰੇ ਹੋਰ ਦੀ ਗੱਲ ਹੋਰ ਹੀ ਬਣ ਕੇ ਵੱਧ ਜਾਈ। ਅਜੇ ਸੋਣੀ ਬਾਜ਼ਾਰ ਨਹੀਂ ਸੀ ਮੋਦਨ ਵਾਲੀ ਜਿਹੜੀ 2 2 ਢਾਈ ਕੁਮਾ ਨੂੰ ਪਾਣੀ ਲੱਗਦਾ ਸੀ ਉਸ ਤੋਂ ਤੱਕ ਬਾ ਬੀਜੀ ਲਈ ਸੀ ਪਰ ਮਾਰੂ ਦੀ ਸਾਰੀ ਆਸਮੀ ਉੱਤੇ ਸੀ ਮੀ ਐਦ ਕੀ ਕੁਝ ਪਛੇਤੇ ਹੋ ਗਏ ਸਨ ਤੇ ਜਦੋਂ ਮੋਦਨ ਖੇਤ ਜਾਂਦਾ ਤਾਂ ਸਾਹਮਣੇ ਘਣੇ ਦੇ ਮੁੰਡਿਆਂ ਦਾ ਟਿਊਬਵੈਲ ਚੱਲਦਾ ਵੇਖ ਕੇ ਉਹਦੇ ਚਿੱਤ 'ਚ ਪਹਿਲਾਂ ਤਾਂ ਗੁੱਝੀ ਲਾਲਸਾ ਜੀ ਪੈਦਾ ਹੁੰਦੀ ਪਰ ਨਾਲ ਹੀ ਨਾਲ ਅੱਖਾਂ 'ਚ ਲਹੂਤਰ ਆਉਂਦਾ ਉਹਦੋਂ ਰੁੱਲਦੂ ਉੱਤੇ ਪਤਾ ਨਹੀਂ ਕਿਉਂ ਇੰਨਾ ਗੁੱਸਾ ਆਉਂਦਾ ਤੁਰਤ ਕੁਝ ਯਾਦ ਨਹੀਂ ਸੀ ਰੰਦਾ ਪਰ ਇੱਕ ਦਿਨ ਚਾਨ ਚੱਕ ਕੇ ਖਿਆਲ ਆ ਗਿਆ ਤੋ ਖੇਤੋਂ ਮੁੜਦਾ ਹੀ ਸਿੱਧਾ ਉਹਦੇ ਘਰ ਜਾ ਕੇ ਗੱਲ ਪੈ ਗਿਆ। ਉਹ ਵੱਡਿਆ ਤਹਿਸੀਲਦਾਰਾ ਜਿਹੜਾ ਟੂ ਬੈਲ ਹਾੜੀੋਂ ਪਹਿਲਾਂ ਪਹਿਲਾਂ ਲਵਾਉਂਦਾ ਸੀ ਉਹਦੇ ਨਾਲ ਕਿੱਡੀ ਰਖਾਏਗਾ। ਦੂਲਦੂ ਨੇ ਸ਼ਰਮ ਨਾਲ ਨਹੀਂ ਵੀ ਪਾਲੀ। ਬਿੰਦਕ ਪਿਛੋਂ ਦੁਸ਼ੀਆ ਵਾਂਗ ਜਵਾਬ ਦਿੱਤਾ। ਬਾਈ ਸੌ ਗਊ ਦੀ। ਤਦ ਤੋਂ ਪੁੱਛੇ ਬਿਨਾਂ ਕਈ ਵਾਰੀ ਪਤਾ ਕੀਤਾ ਸੀ। ਮੇਰੇ ਸਾਲੇ ਪਹਿਲਾਂ ਤਾਂ ਹੱਡ ਭਾਲਦੇ ਆ। ਕਹਿੰਦੇ ਮਗਰੋਂ ਕਰਜ਼ਾ ਦੇਾਂਗੇ ਮੈਂ ਪੁੱਛਿਆ ਉਹ ਇਹ ਪਹਿਲਾ 25000 ਕਾਹਦਾ ਕਹਿੰਦੇ ਆਪਦੀ ਕੁੜੀ ਦੇ ਸਿੰਘ ਤਬੀਤ ਤੇ ਵਾਲੇ ਕਰਾਵਾਂਗੇ ਮੈਂ ਸੋਚਿਆ ਚੰਗਾ ਪਤਿਆ ਹੋ ਰਿਓ ਜਿੱਦੋਂ ਸਾਡੀ ਸੂਤ ਆਈ ਉਦੋਂ ਗੋਤ ਪੁੱਛਾਂਗੇ ਬਈ ਜਾਂ ਰਾਂ ਪਿਆ ਜਾਣੀਏ ਜਾਂ ਵਾਪਸ ਪਿਆ ਜਾਣੀਏ ਬੀਬੀ ਨੇ ਕਾਹਨੂੰ ਕਦੇ ਫੇਰੇ ਲਏ ਸੀ ਮੈਂ ਤਾਂ ਸੋਚਿਆ ਸੀ ਬਿਲੇਹਾਜ ਗਿਹਜ ਨਾਲ ਕੰਮ ਬਣਜੂ ਜਨ 550 ਦੀ ਖੇ ਖਾ ਕੇ ਕੰਮ ਕਰ ਦੇਣਗੇ ਪਰ ਉੱਥੇ ਤਾਂ ਮੇਰੇ ਲੋਡੇ ਸਾਲੇ ਮਗਰ ਮਗछांगੂ ਮੂੰਹ ਟੱਡੀ ਬੈਠਿਆ ਨਾਲੇ ਹੋਰ ਦੇਖ ਤੂੰ ਜਿਨ੍ਹਾਂ ਦੇ ਅੱਗ ਲਾਈ ਨਹੀਂ ਲੱਗਦੀ ਉਹਨਾਂ ਪਤੰਦਰਾਂ ਦੇ ਘਰੇ ਤਾਂ ਆਪ ਨਾਲਾਂ ਸਿੱਟ ਕੇ ਆਉਂਦੀ ਐ ਉਹ ਸਖਤੇ ਦੇ ਸੱਤੀ ਵੀ ਹੀ ਸੌ ਵਾਲੀ ਗੱਲ ਉਹਨਾਂ ਤੋਂ ਹੋਰ ਨੂੰ ਵੀ ਡਰ ਲੱਗਦਾ ਨਾ ਬਈ ਉੱਤੋਂ ਸਰਕਾਰ ਉਹਨਾਂ ਦੀ ਦਰਬਾਰ ਉਹਨਾਂ ਦਾ ਕਿਸੇ بڑے ਵਜ਼ੀਰ ਨੂੰ ਚੜਾ ਲਿਆ ਤੇ ਫਿਰ ਕਿਦੀ ਮਾਨੂ ਮਾਸੀ ਆਖਾਂਗੇ ਮਗਰੋਂ ਜੋ ਮੋਕ ਨਾਲ ਤਾਂ ਲਟਾਂ ਲਵੇੜਦੇ ਫਿਰਾਂਗੇ ਪਹਿਲਾਂ ਹੀ ਚੁੱਪ ਕਰਕੇ ਕਰਦੇਓ ਜੋ ਕਰਾਉਂਦੇ ਆ ਮਾਤੜਾਂ ਦਾ ਉਹਨਾਂ ਨੂੰ ਕੀ ਡਰ ਐ ਤਹਿਸੀਲਦਾਰ ਦੇ ਦਰਖਾਸਤ ਦੇਣੀ ਹੋਵੇ ਤਾਂ ਉਹ ਸਾਲਾ ਬੈਠਮੀ ਜੀ ਭੱਗ ਵਾਲਾ ਆ ਦਾਦੂ ਅਰਜੀ ਨੂੰ ਮੀਸੀ ਪੌਣੇ 3 ਮੰਗ ਲੈਂਦਾ ਤਿੰਨਾਂ ਪੈਸਿਆਂ ਦੇ ਕਾਗਜ਼ ਤੇ ਡੂੜ ਪੈਸੇ ਦੀ ਸ਼ਾਹੀ ਦੇ ਤੇ ਉੱਥੇ ਖੜਿਆਂ-ਖੜਿਆਂ ਤੋਂ ਦੋ ਕੋ ਪੂਛਾਂ ਵਾਲੇ ਅੱਖਰ ਜੇਚ ਰੀਟ ਕੇ ਪਰੇ ਮਾਰਦਾ ਭਲਿਆ ਲੋਕਾ ਹੁਣ ਦੱਸ ਇਹ ਕੋਈ ਅਨਸਾਫ਼ ਵੱਖਰੂ ਵੱਖਰੂ ਐਸਾ ਜ਼ਮਾਨਾ ਮਾੜਾ ਐ ਮੇਰੇ ਬਿੰਦਦਾ ਬਿੰਦ ਚੁੱਪ ਹੋ ਕੇ ਰੁਲਦੂ ਡੌਰ ਵਾਂਗ ਸੇਰ ਮਾਰਦੇ ਆਂ ਘਰ ਵੀ ਬਾਤ ਚ ਬੋਲਿਆ ਇਹ ਤਾਂ ਬਾਈ ਉਦੋਂ ਕਮਸੂਤ ਆਉ ਜਦੋਂ ਜਿੱਦੇ ਮਰਨ ਮੰਡ ਕੇ ਆਪਾਂ ਇਹਨਾਂ ਦੇ ਗਲ ਜਾ ਪਏ ਉਦੋਂ ਦੇਖੀ ਜੇ ਚਾਚਾ ਨਾ ਕਹਿੰਦੇ ਫਿਰਨ ਫਿਰ ਜੰਗਲ ਜਾਣ ਵਾਸਤੇ ਕਿਹੜਾ ਬਾਹਰ ਨਿਕਲਿਆ ਜਾਣਾ ਡਰਦੇ ਆਂ ਤੋਂ ਟੂ ਬੈਲ ਕੀ ਆਪੇ ਕਣੀ ਬਿਜਲੀ ਦੇ ਲਾਟੂ ਕਿਹੜਾ ਨਾ ਲਾ ਕੇ ਜਾਣਗੇ ਹਾਂ ਦੇਖ ਲਈ ਤੇਰੇ ਕੋਲ ਐਂ ਕਮਸੂਤ ਆਉ ਬਾਈ ਇਸਿਆਂ ਹਾਂ ਜਿਵੇਂ ਉਹ ਕਾਮਨ ਸ਼ਰਟ ਕਹਿੰਦੇ ਆ ਅਖੇ ਨਿੰਮ ਦਾ ਘੋਟਣਾ ਇਹ ਤਾਂ ਘੋਟਣਿਆਂ ਨਾਲ ਹੀ ਸਿੱਧੇ ਹੋਣਗੇ ਮੇਰੇ ਸਾਲੇ ਤੇ ਮੋਦਨ ਨੂੰ ਜਾਪਿਆ ਰੁਲਦੂ ਨੇ ਗੱਲੀਬਾਤੀ ਡੰਗ ਸਾਰ ਦਿੱਤਾ ਸੀ ਅਜੇ ਵળે ਉਹਨੂੰ ਬਹੁਤ ਬੁਰਾ ਲੱਗਦਾ ਪਰ ਫਿਰ ਨਾਲ ਹੀ ਤਰਸ ਜੇ ਆ ਜਾਂਦਾ ਇਸੇ ਤਰਸ ਪਿੱਛੋਂ ਮੋਹ ਆਉਣ ਲੱਗ ਪੈਂਦਾ ਤੇ ਉਹ ਜਾਪਰੇ ਸਾਲਿਆ ਗੱਪੀਆ ਕਹਿ ਕੇ ਛਿੜਕ ਦਿਆਂ ਮਾਫ ਕਰ ਦੇ ਦਿੰਦਾ ਤੇ ਰੁਲਦੂ ਇੱਕੋ ਨਿਗਾ ਨਾਲ ਮੋਦਨ ਦਾ ਰੋਂ ਤਾੜ ਗਿਆ ਸੀ ਗੱਲਾਂ 'ਚੋਂ ਗੱਲਾਂ ਕੱਢ ਕੇ ਗੜਕੇ ਨਾਲ ਬੋਲੇ ਫਰ ਤੂੰ ਚੋਰੇ ਜਿ ਕਿਉਂ ਬੈਟਣਾ ਦੇਖਦਾ ਜਾਈ ਕਿ ਰੰਗ ਕੀ ਰੰਗ ਉਗੜਦਾ ਦਰਖਾਸਤ ਨੂੰ ਮੈਂ ਕਿਹਾ ਵਿਆ ਹੁਣ ਬਸ ਐਤ ਕੀ ਸਿੱਧੇ ਜਾ ਕੇ ਡੀਸੀ ਦੇ ਪੇਸ਼ ਹੋਣਾ ਜੇ ਉਹਨੇ ਵੀ ਕੋਈ țeੜਫੜ ਕੀਤੀ ਤਾਂ ਫੇਰ ਜਾਉ ਵਜ਼ੀਰ ਕੋਲੇ ਉਹ ਆਪਣੇ ਬਚਨੇ ਨੂੰ ਨਾਲ ਲੈ ਕੇ ਉਦੋਂ ਤਾਂ ਮਡਾਸਾ ਮਾਰ ਕੇ ਬੋਟਾਂ ਲੈਣ ਆ ਗਏ ਆ ਖੜਾ ਸੀ ਹੁਣ ਦੇਖੋ ਨਾ ਕਿਵੇਂ ਮੁਕਰੂ ਲੈ ਇਹ ਆਪਣੀ ਗੱਲ ਤੂੰ ਯਾਦ ਰੱਖੀ ਬਈ ਐਤ ਕੀ ਕਣਕ ਨੂੰ ਪਾਣੀ ਉਸੇ ਦਾ ਹੀ ਲੱਗੂ ਬਸ ਚਾਹੇ ਜਿੰਦ ਵੇਚਣੀ ਪੈ ਜੇ ਆਹੋ ਗੱਲ ਯਾਦ ਰੱਖੀ ਹੁਣ ਮੁੱਦ ਨੂੰ ਫਿਰ ਗੁੱਸਾ ਆਇਆ ਪਰ ਦੇਖੀ ਜਾਂਦੀ ਆ ਬਾਬੇ ਦੇ ਲਾਰਿਆਂ ਨਾਲ ਕਿੱਡੇ-ਕਿੱਡੇ ਹੋ ਕੇ ਮੁੰਡੇ ਵਿਆਹ ਹੀ ਜਾਣਗੇ ਕਹਿ ਕੇ ਹੱਸਦਿਆਂ ਉਹਨੇ ਗੱਲ ਨਵੇੜਤੀ ਉੰਜ ਰੁੱਲਦੂ ਦੀਆਂ ਗੱਲਾਂ ਨਾਲ ਸੱਚੀ ਉਹ ਹੌਸਲੇ 'ਚ ਹੋ ਜਾਂਦਾ ਸੀ ਹੁਣ ਵੀ ਉਹਨੇ ਕਲਪਨਾ ਦੇ ਸੀਸ ਮਹਿਲ ਉਸਾਰਨੇ ਸ਼ੁਰੂ ਕਰਤੇ ਕਿਦਾਰੇ ਟਿਊਬਲ ਲਵਾ ਕੇ ਨਵੀਂ ਕਣਕ ਦਾ ਦੂੜੇ ਝਾੜ ਵਾਲਾ ਬੀ ਲਿਆ ਕੇ ਕੀੜੇ ਮਾਰੂ ਦਵਾਈਆਂ ਛਿੜਕ ਕੇ ਵਲੈਤੀ ਰਿਆਂ ਪਾ ਕੇ ਇਉਂ ਚੱਲਦਾ ਚੱਲ ਕਣਕ ਖੜੋਤੀ ਦਿਸਣ ਲੱਗ ਪਈ ਕਿਦਰੇ ਘਰੇ ਹੱਥਣੀਆਂ ਵਾਂਗ ਝੂਲਦੀਆਂ ਦੋ ਮੱਜਾਂ ਤੇ ਨਗੌਰੀ ਬਲਦਾਂ ਦੀ ਜੋੜਕੜੀ ਦਿਸਣ ਲੱਗ ਪਈ। ਦਾਣੇ ਫੱਕੇ ਤੇ ਤੂੜੀ ਤੰਦ ਨਾਲ ਅੰਦਰ ਬਾਹਰ ਭਰਿਆ ਦਿਸਣ ਲੱਗ ਪਿਆ। ਏਸੇ ਘਰ ਦੇ ਮੂਹਰੇ ਗਾਡਰਾਂ ਵਾਲਾ ਦਰਵਾਜ਼ਾ ਤੇ ਮਗਰ ਪੱਕੀਆਂ ਸਬਾਤਾਂ ਵੀ ਨਜ਼ਰੀ ਆਉਣ ਲੱਗ ਪਈਆਂ ਤੇ ਖੁੱਲੇ ਵੇੜੇ 'ਚ ਖੇਡਦਾ ਕਾਕਾ ਫਿਰ ਸਕੂਲ ਜਾਂਦਾ ਫਿਰ ਵੱਡਾ ਹੋ ਕੇ ਬਾਹ ਮੜਨ ਦਾ ਤੇ ਕਬੀਲਦਾਰੀ ਸੰਭਦਾ ਤੇ ਸਭ ਤੋਂ ਸਿਖਰਦਾਨੀ ਦੀਆਂ ਲਿਸ਼ਕਦੀਆਂ ਅੱਖਾਂ ਨਿਖਰਿਆ ਮਹਾਂਦਰਾ ਚੰਨ ਤਾਰਿਆਂ ਵਾਂਗ ਝਮ-ਝਮ ਕਰਦੇ ਲੱਗੇ। ਮੋਦਰ ਨੂੰ ਕਿੰਨਾ ਚਿਰ ਤੇ ਫਿਰ ਕਈ ਦਿਨ ਇਸ ਕਲਪਨਾ ਦਾ ਨਸ਼ਾ ਜਿਹਾ ਚੜਿਆ ਰਿਹਾ ਤੇ ਜਦੋਂ ਚੜਦੇ ਸੌਣ ਪਹਿਲਾ ਮੀਂਹ ਪਿਆ ਤੇ ਰੁੱਖੀ ਧਿਹਾਈ ਧਰਤੀ ਟਸਕੀ ਪੀਲੂ ਵਾਂਗ ਰਸ ਕੇ ਮਹਿਕਣ ਲੱਗ ਪਈ ਤਾਂ ਉਹਦਾ ਇਹ ਨਸ਼ਾ ਦੂਣ ਸਵਾਇ ਹੁੰਦਾ ਗਿਆ ਬੱਤਰ ਅਨੁਸਾਰ ਰੁਲਦੂ ਦਾ ਵਹਿੜ ਕੱਲਿਆ ਕਿ ਜਿੱਦੇ ਹੱਲ ਜੋੜਿਆ ਤਾਂ ਜਿਵੇਂ ਇੱਕ ਪੂਰੀ ਜੂਨ ਨਰਕ ਭੋਗਣ ਪਿਛੋਂ ਪਹਿਲੀ ਵਾਰ ਉੱਚੀ ਏਕ ਨਾਲ ਕਲੀਆਂ ਲਾਈਆਂ ਉਹਦੀਆਂ ਲਿਲਕਾਂ ਦੀ ਆਵਾਜ਼ ਰੁਲਦੂ ਨੂੰ ਕੋ ਵਾਟੋਂ ਸੁਣੀ ਤਾਂ ਫੁੱਲ ਵਾਂਗ ਖਿੜ ਗਿਆ ਉਸੇ ਦਿਨ ਆਥ ਨੇ ਉਹਨਾਂ ਦੋਹਾਂ ਨੇ ਸਲਾਹ ਕੀਤੀ ਵੀ ਐਤ ਕੀ ਹਾੜੀ ਦੀ ਵਾਹੀ ਇਕੱਠੀ ਕਰ ਲੈਣਾ ਗੱਲ ਰੁਲਦੂ ਨੇ ਛੇੜੀ ਮੋਦਨ ਨੂੰ ਜੱਜ ਗਈ ਕਿ ਰੁਲਦੂ ਨੇ ਬਿਨਾਂ ਝਿਜਕ ਸਾਰੀ ਗੱਲ ਖੋਲਤੀ ਤੇ ਆਖੀਰ ਚ ਨਵੇੜਾ ਕਰਦਾ ਬੋਲੇ ਦੇਖ ਬਾਈ ਸਿਆਂ 100 ਹੱਥ ਰੱਸਾ ਸਿਰੇ ਤੇ ਗੰਢ ਰੋਲੇ ਪੈਂਦੇ ਹੁੰਦੇ ਆ ਹਿਸਾਬ ਕਿਤਾਬ ਤੇ ਆ ਕੇ ਤੇ ਹਿਸਾਬ ਕਿਤਾਬ ਉਹਦੋਂ ਗੰਨਲਦੇ ਆ ਜਦੋਂ ਦਿਲਾਂ 'ਚ ਮੈਲ ਹੋਵੇ ਜਦੋਂ ਇਹਨਾਂ 'ਚ ਕੋਈ ਗੱਲ ਹੈ ਹੀ ਨਹੀਂ ਆਪਣਾ ਰੋਲਾ ਪਊ ਕਾਦੇ ਤੇ ਗੱਲ 12ਵੀਂ ਆਉਣੀ ਸੀ ਤੇ ਜਦੋਂ ਵਾਈ ਉੱਡੀ ਤਾਂ ਸਾਰਾ ਪਿੰਡ ਚਰਚਾ ਕਰਨ ਲੱਗ ਪਿਆ ਰੱਬ ਦੇ ਰੰਗ ਆ ਬੇਲੀ ਉਹ ਸਾਥ ਚ ਮਾਲੂ ਸਿਆਣੇ ਨੇ ਕਿਹਾ ਕਹਿੰਦੇ ਇੱਕ ਵਾਰੀ ਮਰਦਾਨਾ ਤੇ ਬਾਬਾ ਨਾਨਕ ਤੁਰੇ ਜਾਣ ਤਾਂ ਮਰਦਾਨੇ ਨੂੰ ਤਿੰਨ ਖੂਹ ਦੇ ਸੀ ਪਹਿਲੇ ਖੂਹ ਦਾ ਪਾਣੀ ਨਾਲ ਦੇ ਖੂਹ ਦੇ ਉੱਤੋਂ ਦੀ ਹੋ ਕੇ ਤੀਜੇ ਚ ਪਈ ਜਾਵੇ ਉਹਨੇ ਪੁੱਛਿਆ ਸੱਚਾ ਪਾਤਸ਼ਾਹ ਆ ਕੀ ਕਤਕ ਹੋਇਆ ਬਾਬਾ ਕਹਿੰਦਾ ਭਾਈ ਮਰਦਾਨਿਆ ਇਹ ਸਭ ਕਲਯੁਗ ਦੇ ਕੌਤਕ ਆ ਐਸੇ ਹੀ ਹੋਇਆ ਕਰੂ ਆ ਦੇਖ ਲੈ ਹੈ ਹਾਲੀਏ ਅੱਖੀ ਦੇਖੀ ਜਾਂਦੇ ਹੁਣ ਗਜਬਨੀ ਸਾਈ ਲੋਕੋ ਸੱਕੇ ਭਰਾਵਾਂ ਦੇ ਮੂੰਹ ਅੱਡੋ ਅੱਡੀ ਸੱਤ ਬਗਾਨਿਆਂ ਨਾਲ ਜਾ ਰਹੀਆਂ ਹੈ ਪਾਣੀ ਤੀਜੇ ਖੂਹ ਚ ਪਈ ਜਾਂਦਾ ਕਿ ਨਹੀਂ ਅੱਛਾ ਸੱਚਾ ਪਾਛਾ ਤੇਰੀਆਂ ਤੂੰ ਹੀ ਜਾਣੇ ਪਰ ਉਸ ਜਾਣੇ ਜਾਣ ਦੀਆਂ ਕਰਨੀਆਂ ਦਾ ਭੇਤ ਲੱਭਣ ਵਾਲੇ ਕਿਹੜਾ ਅਸਮਾਨੋਂ ਉਤਰਦੇ ਸੀ ਉਹ ਵੀ ਇੱਥੇ ਸੱਥਾਂ ਜੀ ਬੈਠੇ ਹੁੰਦੇ ਤੇ ਇਹੋ ਜਿਹੀ ਭੇਤੀ ਨੰਦੂ ਖੰਡੇ ਨੇ ਮੂੰਹ ਵਿੰਗਾ ਜਿਹਾ ਕਰਕੇ ਜਿਵੇਂ ਮਾਲੂ ਨੂੰ ਝੜਕਦਾ ਚਾਚਾ ਸਿਆਂ ਕਿਉਂ ਅਜੇ ਵੀ ਨੇਰਾ ਢੋਂਦੇ ਤੁਰੇ ਫਿਰਦੇ ਹੋ ਲੇ ਹੁਣ ਇਹ ਵੀ ਭਲਾ ਕੋਈ ਗੁੱਝੀ ਗੱਲ ਐ ਜਿਉਂ-ਜਿਉ ਔਲਾਦ ਵਧੀ ਜਾਂਦੀ ਐ ਜਮੀਨਾ ਘਟਦੀਆਂ ਜਾਂਦੀਆਂ ਤੇਰੇ ਪਿਓ ਕੋਲ ਤਿੰਨ ਹਲਾਂ ਦੀ ਸੀ ਤੇਰੇ ਕੋਲ ਇੱਕੋ ਹਲ ਦੀ ਰਹਿ ਗਈ ਹੁਣ ਇਹ ਗਾਹਾਂ ਜੇ ਤੇਰੇ ਪੰਜੇ ਸਾਹੂ ਵੰਡ ਲੈਣ ਤਾਂ ਪੌਣੇ ਚਾਰ-ਚਾਰ ਘਮਾਉ ਆਉਂ ਕਹੇ ਨਹੀਂ ਤੇ ਫਿਰ ਭਾਈ ਗੁਜਾਰਾ ਤਾਂ ਜੱਟ ਨੇ ਇਸ ਮਿੱਟੀ 'ਚ ਕਰਨ ਕੀ ਕਰੇ ਬੰਦਾ ਸੌ ਹੀਰੀਆਂ ਭੀਰੀਆਂ ਕਰਕੇ ਕਿਸੇ ਕਾਡੂ ਦੇ ਨਾਲ ਲੱਗ ਕੇ ਦਿਨ ਪੂਰੇ ਤਾਂ ਕਰਨੀ ਪੈਂਦੇ ਆ ਨਾਲੇ ਜਿਹੜੇ ਪਰਾਪਰਾ ਵਾਂਦੇ ਤੇ ਭੋਲੂ ਨਰੈਣ ਦਾ ਆਲੇ ਥੋੜੇ ਜਮਾਨੇ ਹੁੰਦੇ ਸੀ ਉਹ ਹੈ ਨਹੀਂ ਹੁਣ ਅੱਜ ਕੱਲ ਅਗਲਾ ਸੋਚਦਾ ਵੀ ਇੱਕ ਤਾਂ ਭਰਾ ਭਰਾ ਕਰਕੇ ਮਿੱਠਾ ਪਿਆਰਾ ਹੋ ਕੇ ਦੂਜੇ ਦਾ ਝੰਮ ਲਾ ਲੈਂਦਾ ਤੇ ਜਿਹੜਾ ਹੋਵੇ ਸਾਉ ਉਹ ਐਵੇਂ ਸੁੱਕ ਪੱਕੇ ਚ ਮਾਂਜਿਆ ਜਾਂਦਾ ਇਹੋ ਜੀ ਭਲਮਾਨ ਸੀ ਨੂੰ ਕਿਸੇ ਨੇ ਚੱਟਣਾ ਦੁਨੀਆ ਹੈਗੀ ਹੁਣ ਸਿਆਣੀ ਨਾਲੇ ਲੱਗ ਪਈ ਸੋਚਣ ਚਤਰ ਹੋ ਗਈ ਤੁਸੀਂ ਕੋਘੜ ਹੁੰਦੇ ਸੀ ਚੰਮ ਪਟਾਈ ਜਾਂਦੇ ਸੀ ਹੁਣ ਕੋਈ ਨਹੀਂ ਐ ਖਲ ਲਹਾਉਂਦਾ ਆਹੋ ਤੇ ਫਿਰ ਤੁਸੀਂ ਕਹਾਣੀਆਂ ਛਿੜ ਕੇ ਬਹਿ ਜਾਂਨੇ ਹੋ ਆ ਹੁੰਦਾ ਸੀ ਐ ਹੁੰਦਾ ਸੀ ਸਾਡਾ ਜ਼ਮਾਨਾ ਚੰਗਾ ਸੀ ਹਾਂ ਚੰਗਿਆਂ ਦਾ ਕੋਈ ਅੰਤ ਸੀ ਪਰ ਇੱਕ ਜਾਈ ਹੋਰ ਭੇਤੀ ਪ੍ਰਤਾਪੇ ਚੀਪੂ ਨੇ ਗੱਲ ਉਲਝਦੀ ਵੇਖ ਕੇ ਹਾਸੇ ਪਾ ਲਏ ਇਹਨਾਂ ਦੇ ਜ਼ਮਾਨੇ ਚ ਤਾਂ ਐਡੇ ਸਿਆਣੇ ਲੋਕ ਹੁੰਦੇ ਸੀ ਵੀ ਜੇ ਕਿਤੇ ਪਥੇਰ ਲੱਗੀ ਹੋਣੀ ਤਾਂ ਉੱਥੇ ਗਾਰਾ ਲਿਆਉਣ ਵਾਸਤੇ ਇੱਕ ਜਾਣੇ ਨੇ ਨੰਗੀ ਪਿੱਠ ਕਰਕੇ ਕੰਗਰੋੜ ਤੇ ਹੱਥਾਂ ਦੀ ਕੰੰਗੀ ਪਾ ਕੇ ਗਾਰੇ ਵਾਲੇ ਮੁਰੇ ਕੋਡਾ ਜਾ ਹੋਣਾ ਉਨੇ ਭਰ ਕੇ ਚੇਪਾ ਮਣ ਪੱਕੀ ਮਿੱਟੀ ਚੁਕਣੀ ਧਰ ਦੇਣੀ ਤੇ ਉਹ ਸਿਆਣੇ ਨੇ ਕੋਡਾ-ਕੋਡਾ ਤੁਰਿਆ ਆਉਣਾ ਤੇ ਪਥਾਵਿਆਂ ਕੋਲੋਂ ਲਿਆ ਕੇ ਸਿੱਧਾ ਹੋ ਜਾਣਾ ਲੈ ਭਲਾ ਇਹਨਾਂ ਵੱਡੇ ਸਿਆਣੇ ਨੂੰ ਪੁੱਛੋ ਵੀ ਤੇ ਥੋ-ਥੋ ਟੋਕਰੀ ਦੇ ਦੋ ਟੰਬੇ ਲਾ ਕੇ ਮਿੱਟੀ ਉਹਦੇ ਤੋਂ ਨੀਚ ਚੱਕ ਕੇ ਲਿਜਾਈ ਜਾਂਦੀ ਭਲਾ ਲੋਕ ਗੌਰ ਆ ਪਾਉਣ ਲੱਗੇ ਤੋਂ ਕਹੀ ਕੰਗਰੋੜ ਚ ਵੱਜੇ ਗਾਰੇ ਚ ਕੋਈ ਰੋੜ ਕੰਡਾ ਘਾਤਰ ਹੋਵੇ ਉਹ ਖੁੱਭ ਜੇ ਤਾਂ ਹੋ ਜੇ ਨਾ ਜਾ ਜਾਂਦੀ ਪਰ ਸਿਆਣੇ ਸੀ ਨਾ ਜੇ ਕੋਈ ਮਤ ਦਿੰਦਾ ਵੀ ਹੋ ਉਹਦੀ ਸੰਗੀਕੁੱਟਣ ਨੂੰ ਪੈਂਦੇ ਹੋਣਗੇ ਜਿਵੇਂ ਬਾਂਦਰ ਨੇ ਬੀਜੜੇ ਦਾ ਆਲਣਾ ਖੋ ਕੇ ਛੱਟਿਆ ਸੀ ਵਿੱਚੋਂ ਕੇਲੇ ਵੀ ਆਪਦੀ ਇੱਕ ਚਲਾ ਗਿਆ ਬੋਲੇ ਇਹੋ ਜੇ ਸਿਆਣੇ ਆ ਨਹੀਂ ਜਦੋਂ ਗੱਡੀ ਚੱਲੀ ਐ ਕਿਸੇ ਪਿੰਡ ਮਜਵੀ ਕੁੱਟ ਕੇ ਮਾਰਿਆ ਸੀ ਨਾ ਉਹ ਕਿਤੇ ਰੇਲ ਗੱਡੀ ਦੇਖ ਕੇ 10 ਬੈਠਾ ਵੀ ਇੱਕ ਗੱਡੀ ਬਿਨਾ ਬਲ ਦਾ ਤੋ ਚੱਲੀ ਐ ਤੇ ਇਹਨਾਂ ਸਿਆਣੇ ਨੇ ਪਹਿਲਾਂ ਤਾਂ ਉਹਨੂੰ ਗਾਲਾਂ ਕੱਢੀਆਂ ਮਗਰ ਜਦੋਂ ਬਾਲਾ ਜਿੱਦੀ ਗਿਆ ਤਾਂ ਗੱਲ ਚ ਪਾ ਕੇ ਸਾਫਾ ਜੋ ਪਿੰਡ ਚ ਧੂਣ ਲਗੇ ਉਈ ਵਿਚਾਰੇ ਦਾ ਭੋਗ ਪਾਤਾ ਨਾਲੇ ਜਾ ਕੇ ਜਦੋਂ ਰੇਲਵੇ ਰੇਲ ਆਪਦੇ ਅੱਖੀਂ ਦੇਖ ਲਈ ਮੰਨਣ ਫੇਰ ਵੀ ਨਾ ਆਖਣ ਇਹਦੇ ਇੰਜਨ ਚ ਕਿਤੇ ਬਲਦ ਜੋੜੇ ਹੋਣਗੇ ਲੈ ਸੁਣ ਲੈ ਇਹਨਾਂ ਸਿਆਣਿਆਂ ਦੀਆਂ ਸਿਆਣਪਾਂ ਕਿਉਂ ਇਹ ਹੈ ਵਿਦਾਨਾ ਜੋ ਸਾਗੂ ਦਾਣੇ ਚ ਪਾ ਕੇ ਸਾਗੂ ਦਾਣੇ ਕੇ ਸਾਥ ਖਾਇਆ ਜਾਤ ਹੈ ਤੇ ਮਾਲੂ ਕਾਵਾਂ ਦੇ ਘਰੇ ਉੱਲੂ ਵਾਂਗ ਡੋਰਪੋਰਾ ਬੈਠਾ ਹਰਖਿਆ ਤੇ ਬਿਸ਼ਰਮ ਜਿਹਾ ਹੋਇਆ ਅਸਕੇ ਅਸਕੇ ਕਰਦਾਰੇ ਪਰ ਅੱਜ ਕੱਲ ਦੇ ਜਮਾਨੇ ਸਾਹਮਣੇ ਕੋਈ ਪੇਸ਼ ਨਹੀਂ ਗਈ ਸਿਆਣਿਆਂ ਦੇ ਜਮਾਨਿਆਂ ਦੀ ਖਹਿਮ ਖੈ ਕੋਈ ਨਵੀਂ ਨਹੀਂ ਸੀ ਪਿੰਡ ਦੇ ਹਰ ਬੁੱਢੇ ਹਰ ਜਵਾਨ ਨੂੰ ਇਹਦਾ ਆਪੋ ਆਪਣਾ ਅਨੁਭਵ ਸੀ ਪਰ ਨਵੀਂ ਗੱਲ ਤਾਂ ਇਹ ਸੀ ਕਿ ਜਿਹੜੇ ਇਸ ਜਮਾਨੇ ਦੇ ਮੋਰੀ ਸੀ ਉਹਨੂੰ ਆਪਣੀ ਪਰਵਾਨਗੀ ਨਹੀਂ ਚੀ ਦੇ ਰਹੇ ਜਦੋਂ ਮੋਲੂ ਵਰਗੇ ਬੁੱਢੇ ਠੇਰੇ ਨੂੰ ਬਾਣੀ ਪਾਉਣਾ ਹੁੰਦਾ ਤਾਂ 100 100 ਗੱਲਾਂ ਜੋੜ ਕੇ ਜੜਾਂਗੇ ਮਾਰਦੇ ਜਮਾਨੇ 'ਚ ਵਸਦੇ ਉਸ ਜਮਾਨੇ ਨੂੰ ਗਾਲਾਂ ਕੱਢਣ ਲੱਗ ਪੈਂਦੇ ਇੱਕੋ ਭੇਦ ਸੀ ਜਿਹਦਾ ਕਿਸੇ ਭੇਤੀ ਨੂੰ ਹੋਣ ਤਾਂ ਹੀ ਪਤਾ ਨਹੀਂ ਸੀ ਲੱਗ ਸਕਿਆ ਸਾਰੇ ਇੱਥੇ ਆ ਕੇ ਹੱਥਲ ਹੋ ਜਾਂਦੇ ਵਿੱਚੋਂ ਗੱਲ ਬਈ ਇਹ ਹੈ ਬਈ ਇਹਨਾਂ ਮੇਰੇ ਸਾਲਿਆਂ ਤੋਂ ਦੋ ਸਿਰ ਜੁੜਦੇ ਜਰੇ ਨਹੀਂ ਜਾਂਦੇ ਜੱਟ ਨਹੀਂ ਜਰ ਸਕਦਾ ਬਈ ਇਹਦਾ ਸਰੀਕ ਰੱਜ ਕੇ ਰੋਟੀ ਖਾ ਲੇ ਕੋਈ ਸੁੱਖ ਦਾ ਸਾਹ ਲੈ ਲੇ ਹੂੰ ਹੂੰ ਨਾ ਕਦੰਤ ਨਹੀਂ ਜਰ ਸਕਦਾ ਤੇ ਉਦੋਂ ਰੁੱਲਦੂ ਘਰ ਬੈਠਾ ਜਿਵੇਂ ਮੋਦਰ ਨੂੰ ਇਹੀ ਭੇਤ ਸਮਝਾ ਰਿਹਾ ਸੀ ਮੋਦਨ ਦੇ ਕੁਝ ਪੱਲੇ ਨਹੀਂ ਸੀ ਪੈ ਰਹੇ ਪਰ ਉਹ ਪਲੀ ਉਹਦਾ ਇਹ ਅਹਿਸਾਸ ਵੱਧਾ ਜਾ ਰਿਹਾ ਸੀ ਕਿ ਅਸਮਾਨ ਨਾਲ ਚੁੰਦੇ ਰੁੱਖ ਦੀ ਟੀਸੀ ਉੱਤੇ ਪਈ ਤਲਵਾਰ ਦੀ ਧਾਰ ਤੇ ਧੁਰ ਰਿਹਾ ਰਤਾ ਕੋ ਪੈਰ ਥੜ ਗਿਆ ਤੇ ਬਸ ਪਰ ਹਰ ਪੈਰ ਉਹ ਬੜਾ ਸੰਭਲ ਕੇ ਧਰ ਰਿਹਾ ਸੀ ਗੱਲ ਤੁਰੀ ਉਹਨੂੰ ਵੀ ਚੰਗੀ ਲੱਗੀ ਹਾਂ ਵੀ ਕਰਦੀ ਪਰ ਮੋੜ-ਮੋੜੇ ਇੱਕ ਪੁਰਾਣੀ ਕਹਾਵਤ ਯਾਦ ਆਉਂਦੀ ਰਹੀ ਵਿਢੀ ਸਿਢੀ ਸੀਰ ਸਿਆਪਾ ਥੋੜੀ ਕਰ ਲੈ ਰਹੇ ਕਲਾਪਾ ਪਰ ਕਲਾਪਾ ਵੀ ਬੰਦਾ ਕਿਵੇਂ ਕਟੇ ਇਹਦੇ ਵੀ ਸਮਝ ਨਹੀਂ ਸੀ ਪੈਂਦੀ ਕੱਲਾ ਹੱਥ ਵੀ ਕਦੇ ਕੋਈ ਕੰਮ ਸਿਰੇ ਚੜ੍ਹ ਸਕਿਆ ਫਿਰ ਵੀ ਅੰਦਰ ਲੱਗੇ ਗੁੱਝਾ ਡਾਰੇ ਸੁੱਤੇ ਬਾਰ-ਬਾਰ ਸੋਚਣ ਲਈ ਮਜਬੂਰ ਕਰ ਦਿੰਦਾ ਸੀ ਭਾਈ ਜੋ ਕੁਝ ਕਰਨਾ ਸੋਚ ਸਮਝ ਕੇ ਕਰੀਂ ਅੱਜ ਕੱਲ੍ਹ ਦੁਨੀਆ ਦਾ ਕੋਈ ਇਤਬਾਰ ਨਹੀਂ ਅੰਦਰੋਂ ਹੋਰ ਬਾਹਰੋਂ ਹੋਰ ਬੇਬੇ ਨੇ ਗੱਲਾਂ ਗੱਲਾਂ ਚ ਸੁੱਤੇ ਸੁਭਾਈ ਕਹਿੰਦਾ ਸੀ ਮੋਦਰ ਨੂੰ ਇਸ ਗੱਲ ਨੇ ਫੇਰ ਕਈ ਦਿਨ ਸੋਚੀ ਪਾਈ ਰੱਖਿਆ ਤੇ ਅਖੀਰ ਜਦੋਂ ਕੋਈ ਰਾਹ ਸਾਫ਼ ਨਹੀਂ ਦਿਸਿਆ ਤਾਂ ਉਹਨੇ ਜੇਰਾ ਕਰਕੇ ਆਪਣੇ ਮਨ ਨਾਲ ਫੈਸਲਾ ਕਰ ਲਿਆ ਰੁਲਦੂ ਯਾਰਾਂ ਦਾ ਯਾਰ ਸੀ ਇਸ ਉੱਤੇ ਬੰਦਾ ਬੇਤਬਾਰੀ ਕਰੇ ਕਿਵੇਂ ਇਹ ਤਾਂ ਉਂਝ ਵੀ ਅਕਿਰਤ ਖੰਦਾ ਸੀ ਤੀਆਂ ਆਈਆਂ ਤਾਂ ਛੋਟੇ ਦੀ ਵਾਟੀ ਪੀ ਕੇ ਤੁਰ ਗਈ ਪਤਾ ਨਹੀਂ ਤਾਂ ਉਹ ਹੁਣ ਇਕੱਲਾ ਹੋਣ ਕਰਕੇ ਜਾਂ ਉਂਝੀ ਕਿਸੇ ਹੋਰ ਗੱਲ ਕਰਕੇ ਦੂਜੇ ਤੀਜੇ ਦਿਨ ਮੋਦਰ ਕੋਲ ਆ ਬੈੰਦਾ ਕਦੇ ਖੇਤ ਕਦੇ ਘਰ ਪਹਿਲਾਂ ਐਵੇਂ ਇੱਧਰ ਉੱਧਰ ਦੀਆਂ ਛੇੜੀ ਰੱਖਦਾ ਪਿੱਛੋਂ ਆਪਦੇ ਰੋਣੇ ਲੈ ਬੈੰਦਾ ਭਾਈ ਸਾਡਾ ਫੈਸਲਾ ਤੈਨੂੰ ਹੀ ਕਰਾਣਾ ਪਊ ਇੱਕ ਦਿਨ ਹੌਸਲਾ ਕਰਕੇ ਜਿਵੇਂ ਉਹਨੇ ਸਿਰੇ ਦੀ ਗੱਲ ਮੋਦਰ ਨੂੰ ਕਹ ਦਿੱਤੀ ਮੋਦਰ ਨੂੰ ਪਹਿਲਾਂ ਗਰੋਧ ਆਇਆ ਪਰ ਪਿਛੋਂ ਸੰਭਲ ਕੇ ਧੀਮੀ ਆਵਾਜ਼ ਚ ਬੋਲਿਆ ਉਹ ਮੈਂ ਕੌਣ ਹੁੰਨਾ ਭਾਈ ਤੁਹਾਡਾ ਫੈਸਲਾ ਕਰਾਉਣ ਵਾਲਾ ਨਾ ਤੈ ਨਾ ਚਨਾ ਤੇਰਾ ਚ ਤੁਸੀਂ ਹੋਏ ਸਰਦਾਰ ਮੈਂ ਨੰਗ ਜੱਟ ਛੋਟੇ ਦਾ ਚਿਹਰਾ ਉਤਰ ਗਿਆ ਜਾਪਿਆ ਮੋਦਰ ਨੇ ਉਹਦੀ ਉਹਦੇ ਮੂੰਹ ਤੇ ਕਸਮੀ ਚਪੇੜ ਮਾਰੀ ਸੀ ਤੇ ਬੋਲਣ ਜੋਗਾ ਨਹੀਂ ਸੀ ਛੱਡਿਆ ਮੋਦਰ ਵੀ ਤਾੜ ਗਿਆ ਉਹ ਤਰਸ ਤੇ ਮੂੰਹ ਫੇਰ ਜਾਪਿਆ ਉਹ ਕੁਝ ਸੋਚ ਕੇ ਪੁੱਛਿਆ ਰੌਲਾ ਤੁਹਾਡਾ ਇਹੋ ਜਿਹਾ ਹੈ ਕਾ ਦਾ ਜਿਹੜਾ ਮੇਰੇ ਬਿਨਾਂ ਨਿਭੜਦਾ ਨਹੀਂ ਉਸੇ ਵੇਲੇ ਛੋਟਾ ਭਰੇ ਗਲਾਸ ਵਾਂਗ ਮੂੰਹ ਤੇ ਪਿਆ ਪਰ ਮੇਂ ਚਿਹਰੇ ਬਦਾਮੀ ਅੱਖਾਂ ਤੇ ਪਤਲੇ ਸੋਏ ਹੋਠਾਂ ਉੱਤੇ ਸੁਹਾਵਣਗੀ ਭਾਈ ਤੇ ਰੂਪੋ ਕਰੂਪ ਹੋ ਗਿਆ। ਰੋਸ ਭਰੀ ਰੋਣੀ ਜੀ ਬਾਤ ਚੋਂ ਨੇ ਸਾਰੀ ਭੜਾਸ ਕੱਢ ਦਿਆਂ ਕਿ ਬਾਈ ਮੇਰਾ ਦਿਲ ਤੂੰ ਕਦੇ ਫਰੋਲਿਆ ਹੋਵੇ ਤਾਂ ਪਤਾ ਲੱਗੇ ਤੂੰ ਤਾਂ ਐ ਝੜਕ ਦਿਨਾ ਜਿਵੇਂ ਮੈਂ ਅਜੇ ਵੀ ਨਿਆਣਾ ਹੁੰਨਾ। ਫੇਰ ਗੱਲ ਬੰਦਾ ਕੀ ਕਰੇ ਤੈਨੂੰ ਕੀ ਪਤਾ ਮੈਂ ਕਿੰਨਾ ਦੁਖੀ ਹੋਇਆ ਪਿਆ। ਮੋਦਰ ਨੂੰ ਉਹ ਸੱਚੀ ਰੋਂਦਾ ਜਾਪਿਆ ਬਿਲਕੁਲ ਓਵੇਂ ਜਿਵੇਂ ਨਿੱਕਾ ਹੁੰਦਾ ਉਹਦੇ ਚ ਪੇੜ ਵੱਜੀ ਤੋਂ ਰੋਂਦਾ ਹੁੰਦਾ ਸੀ। ਜਾਪਿਆ ਸੱਚੀ ਉਹ ਆਪ ਹੀ ਦੋਸ਼ੀ ਸੀ ਜਿਸ ਕਦੇ ਉਹਦੀ ਸਾਰਨੀ ਸੀ ਲਈ। ਉਹਨੂੰ ਆਪਣੇ ਨੇੜੇ ਆਉਣ ਦਾ ਹੌਸਲਾ ਨਹੀਂ ਸੀ ਪੈਣ ਦਿੱਤਾ ਹੁਣ 2 ਮਹੀਨੇ ਹੋ ਗਏ ਰੇੜਕਾ ਪੈਂਦੇ ਨੂੰ ਛੋਟਾ ਬੇਵੱਸ ਹੋ ਕੇ ਮਨ ਹੌਲਾ ਕਰਨ ਲੱਗ ਪਿਆ ਨਾ ਉਹਨੇ ਮੈਨੂੰ ਕਦੇ ਬੁਲਾਇਆ ਨਾ ਮੈਂ ਬੁਲਾਇਆ ਕਿਉਂ ਉਹ ਕਹਿੰਦਾ ਘਣੇ ਦੇ ਮੁੰਡਿਆਂ ਨਾਲ ਵਾਹੀ ਇਕੱਠੀ ਕਰਨੀ ਹੈ ਮੈਂ ਕਹਿੰਨਾ ਸਾਲਿਆ ਦੀ ਕਾਣ ਨਹੀਂ ਜਾਣਾ ਤੂੰ ਕਦੇ ਪੁੱਛਿਆ ਬਈ ਉਹ ਹੁਣ ਤਾਂ ਹੀ ਤੂੰ ਕਾਣ ਜਾ ਛੱਡ ਉਹਨਾਂ ਦੇ ਵਿਆਹ ਸਾਹਿਬੀ ਤੁਰਿਆ ਫਿਰਦਾ ਰਹੇ ਮੈਂ ਕੀ ਪੁੱਛਦਾ ਤੇਰੇ ਇਸੇ ਭਰਮ ਤੋਂ ਡਰਦਾ ਤਾਂ ਬਾਈ ਮੈਂ ਚੁੱਪ ਕਰਿਆ ਰਿਹਾ ਵੇ ਜੇ ਕੁਛ ਆਖੂ ਤੈਨੂੰ ਸੱਚ ਨਹੀਂ ਆਉਣਾ ਮੇਰੀ ਤਾਂ ਉਹਨਾਂ ਨਾਲ ਉਦੋਂ ਤੋਂ ਨਹੀਂ ਬਣੀ ਜਦੋਂ ਦੀ ਤੈਨੂੰ ਸਜ਼ਾ ਹੋਈ ਸੀ ਕਿੰਨੇ ਵਾਰੀ ਲੜਦੇ ਲੜਦੇ ਬਚੇ ਆ ਪਰ ਪਤਾ ਨਹੀਂ ਕੀ ਕੀ ਦੂਰ ਦੀਆਂ ਸੋਚ ਕੇ ਫਿਰ ਚੁੱਪ ਕਰ ਕਰ ਰਹਿਂਦਾ ਸੀ ਇੱਕ ਬੇਬੇ ਪੱਟੀ ਨਹੀਂ ਸੀ ਵਜਣ ਦਿੰਦੀ ਜਦੋਂ ਕੋਈ ਗੱਲ ਹੋਣੀ ਆਖਣਾ ਹੁਣ ਤੁਸੀਂ ਸਾਰੇ ਕੋੜਵੇਂ ਨੂੰ ਖੇ ਮਿੱਟੀ 'ਚ ਰੜਾਉਂਗੇ ਥੋਥੋ ਟੁੱਕੜ ਨਹੀਂ ਖਾਂਦਾ ਜਾਂਦਾ ਅੱਗੇ ਘਰ ਦਾ ਬਾਹਰ ਦੂਜੇ ਪਾਸੇ ਹੋਇਆ ਪਿਆ ਕੋਈ ਹੋਰ ਕਸਰ ਪਰ ਬਾਈ ਜੇ ਯਕੀਨ ਮੰਨਦਾ ਤਾਂ ਜਵਾਨੀ ਦੀ ਸੌਂ ਖਾ ਕੇ ਕਹਿਣਾ ਮਨ ਨਹੀਂ ਕਦੇ ਮੰਨਿਆ ਸੱਜਣ ਮੋਰੀ ਸੀ ਜੇ ਉਹਦੀ ਨਹੀਂ ਸੀ ਮੰਨਦਾ ਤਾਂ ਗੱਲ ਉਦੋਂ ਵਿਗੜਦੀ ਸੀ ਉਹਦੇ ਸਿਰ 'ਚ ਪਤਾ ਨਹੀਂ ਉਹਨਾਂ ਨੇ ਕੀ ਸਵਾਪ ਆਈ ਹੈ ਅੱਗੇ ਤਾਂ ਉੱਤੋਂ ਉੱਤੋਂ ਜਾ ਉਂ ਬਿਹਾਰੀ ਗੱਲਾਂ 'ਚ ਮਾੜਾ ਮੋਟਾ ਮੇਲ ਮਲਾਪ ਸੀ ਪਰ ਹੁਣ ਤਾਂ ਮੰਡੀ ਜਾ ਕੇ ਇਕੱਠੇ ਦਾਰੂ ਵੀ ਪਿੰਦੀ ਐ ਤੇ ਛੋਟ ਪੁਲਾਈਆਂ ਕੀ ਨਹੀਂ ਕਰਦੇ ਕੁੱਤੇ ਮੈਥੋਂ ਇਹ ਗੱਲਾਂ ਨਹੀਂ ਜਰੀ ਦੀਆਂ 22 ਸੋਹ ਗੁਰੂ ਦੀ ਮੈਥੋਂ ਗੁਰਦੁਆਰੇ ਕੰਨੀ ਹੱਥ ਕਰਾ ਲਿਆ ਮੈਂ ਹੁਣ ਉਹਦੇ ਨਾਲ ਕੱਟ ਨਹੀਂ ਸਕਦਾ ਮੇਰਾ ਫੈਸਲਾ ਕਰਾ ਦੇ ਨਹੀਂ ਗੱਲ ਪੰਚਾਇਤੀ ਜਾ ਚੜੋ ਫਿਰ ਹੋ ਲਲਾ ਲਲਾ ਹੋ ਤੇ ਜੇ ਉਹ ਕੋਈ ਵਿਗਾੜ ਪੈ ਗਿਆ ਤਾਂ ਫਿਰ ਐਵੇਂ ਘਰ ਦਾ ਘਾਰੀ ਵੱਢ ਕੇ ਮਾਰਾਂਗੇ ਘਰ ਦਾ ਘਾਰੀ ਵੱਢ ਕੇ ਮਾਰਾਂਗੇ ਉਹਨਾਂ ਸਾਲਿਆਂ ਨੇ ਤਾਂ ਤਮਾਸ਼ਾ ਦੇਖਣਾ ਲੋਕਾਂ ਨੇ ਅੱਡ ਤੋਈ ਤੋਈ ਕਰਨੀ ਹੈ ਮੋਦਨ ਨੂੰ ਛੋਟਾ ਕਿਸੇ ਹੋਰ ਦੁਨੀਆ ਤੇ ਹੋਰ ਲੋਕਾਂ ਦੀਆਂ ਗੱਲਾਂ ਕਰਦਾ ਲੱਗਿਆ ਜੋ ਕੁਝ ਉਹ ਦੱਸ ਰਿਹਾ ਸੀ ਉਹ ਸੁਣਨ ਬਾਰੇ ਉਹਨੇ ਕਦੇ ਸੋਚਿਆ ਵੀ ਨਹੀਂ ਸੀ ਇੰਨੇ ਕਿ ਚਰਚ ਚਿਹਰੇ ਤੇ ਅਜੀਬ ਤਰ੍ਹਾਂ ਦੇ ਕਈ ਉਤਰਾ ਚੜਾ ਛੋਟੇ ਮੋਦਨ ਦੇ ਚਿਹਰੇ ਤੇ ਆਉਂਦੇ ਵੇਖੇ ਤੇ ਉਹ ਹੌਸਲਾ ਕਰਕੇ ਕੁਝ ਖੋਲ ਕੇ ਵਿਚਲੀ ਗੱਲ ਦੱਸਣ ਲੱਗ ਪਿਆ ਵਿਜਲੀ ਗੱਲ ਬਾਈ ਇਹ ਐ ਵੀ ਉਹਨਾਂ ਨੇ ਸੱਜਣ ਨੂੰ ਫਾਇਆ ਵਿਆ ਹੁਣ ਤੈਨੂੰ ਦੱਸਾਂ ਕਿ ਦੱਸਣ ਵਾਲੀ ਕੋਈ ਗੱਲ ਹੀ ਨਹੀਂ ਸੱਜਣ ਰੋਜ਼ ਚੋਰੀ ਛੁਪੇ ਕਣੇ ਦੇ ਛੋਟੇ ਮੁੰਡੇ ਕਰਨੈਲ ਦੇ ਘਰੇ ਜਾਂਦਾ ਕੀ ਲੈਣ ਜਾਂਦਾ ਉਹ ਅਗੋਂ ਉਹੀ ਕੰਜਰ ਹੈ ਗਾਂਹ ਜਿਹੜੀ ਘਰੇ ਲਿਆਂਦੀ ਵੀ ਹੈ ਉਹ ਕਿਸੇ ਜੱਟ ਦੇ ਘਰੇ ਪਾਕਿਸਤਾਨ ਵਾਲੇ ਦੀ ਰੱਖੀ ਮੁਸਲਮਾਨੀ ਦੀ ਧੀ ਹੈ ਸ਼ਰਮ ਤਾਂ ਸਾਲੇ ਕਿਸੇ ਨੂੰ ਵੀ ਹੈ ਨਹੀਂ ਆਹ ਐ ਸਾਰੀ ਗੱਲ ਵਿੱਚੋਂ ਘਰ ਐ ਉਹ ਅੱਡ ਨਰਕ ਬਣਿਆ ਪਿਆ ਭਾਬੀ ਨੂੰ ਹਾਲੀਆਂ ਹੀ ਪਤਾ ਹੈ ਜਦ ਸਾਹਮਣੇ ਸਾਰੀ ਗੱਲ ਦਿਸਦੀ ਹੋਵੇ ਫਿਰ ਕੋਈ ਅੰਨਾ ਤਾਂ ਨਹੀਂ ਹੁੰਦਾ ਉੱਕਰੀ ਆਈ ਨਾਲ ਨਿੱਤ ਕੁੱਤੇ ਖਾਣ ਨਹੀਂ ਕਰਦੀ ਐ ਪਰ ਨਹੀਂ ਹਟਦਾ ਇਹਦਾ ਦਾ ਸੁਣ ਕੀ ਇਲਾਜ ਆ ਜਦੋਂ ਬੰਦਾ ਦੀਨ ਮਨ ਨੂੰ ਹੀ ਹੱਲ ਜੀ ਫਿਰ ਉਹਦਾ ਕਿੱਥੇ ਟਿਕਾਣਾ ਪਰ ਇਲਾਜ ਜਿਹੜਾ ਮੋਦਨ ਦੇ ਰੋਹ ਚੜੇ ਦਿਮਾਗ ਨੂੰ ਸੁਝਿਆ ਸੀ ਉਹ ਬੜਾ ਹੀ ਹਨੇਰਾ ਸੀ ਕਾਲੀ ਬੋਲੀ ਨੇਰੀ ਵਰਗਾ ਉਹਨੇ ਸਾਰੀ ਸੋਚ ਧਰਤੀ ਤੇ ਖੜੋਤੀ ਬਨਸਪਤੀ ਨੂੰ ਝੂਣ ਕੇ ਸਭ ਪੱਤੇ ਝਾੜਦੇ ਸਾਰੀਆਂ ਡਾਹਣੀਆਂ ਝੰਬ ਸੁੱਟੀਆਂ ਸੀ ਜਿਵੇਂ ਗੱਲਾਂ ਤਾਂ ਫਿਰ ਹੁਣ ਮੈਥੋਂ ਉਹਨਾਂ ਦਾ ਬੀਜ ਨਾ ਸੋ ਹੋਰ ਕੋਈ ਗੱਲ ਮੁੱਦਨ ਦੀਆਂ ਅੱਖਾਂ 'ਚ ਲਹੂ ਸਿੰਪਿਆ ਲੱਗਦਾ ਸੀ ਛੋਟਾ ਡਰ ਗਿਆ ਝੱਕਦੇ ਹਾਂ ਦਬੂਵੀਂ ਆਵਾਜ਼ ਬੋਲਿਆ ਐਂ ਜੇ ਇੱਥੋਂ ਤਾਈ ਜਾਣਾ ਹੁੰਦਾ ਤਾਂ ਮੈਥੋਂ ਕਿਹੜੇ ਸਾਲੇ ਵੀਰੇ ਸੀ ਬਾਈ ਮੈਂ ਤਾਂ ਕਹਿਣਾ ਕਿ ਮੈਨਾਂ ਕਿਵੇਂ 22 ਸੱਜਣ ਸੰਭਲ ਜੇ ਆਪਣਾ ਘਰ ਬਚਿਆ ਰਹਿ ਜੇ ਸੋਚਿਆ ਸੀ ਵੀ ਜਦੋਂ ਮੈਂ ਅੱਡ ਹੋ ਗਿਆ ਜ਼ਮੀਨ ਵੰਡੀ ਗਈ ਕੰਮ ਕਰਨਾ ਪਿਆ ਆਪੇ ਸਿੱਧਾ ਹੋਜੂ ਹੁਣ ਤਾਂ ਪਸ਼ੂਆਂ ਮੂਰੇ ਪੱਠਿਆਂ ਦਾ ਰੁਗ ਜਿਹੜਾ ਸਿੱਟਦਾ ਮੈਂ ਜਾਣਾ ਸੀ ਰੀ ਜਾਣੇ ਤੀਵੀਂ ਉਂ ਗਏ ਘਰ ਦੀ ਐ ਸੋਚ ਸਾਚ ਕੋਈ ਨਹੀਂ ਉਹ ਉਹੀ ਦੀ ਉਹ ਆ ਕੁੱਤ ਤੇ ਕੀ ਪੂਛ ਕਦੇ ਵੰਝਲੀ ਚ ਪਾਈ ਸਿੱਧੀ ਹੋਈ ਐ ਚਾਹੇ 12 ਸਾਲ ਪਾਈ ਰੱਖੀ ਐ ਤੇ ਮੋਦਰ ਨੇ ਹੋਰ ਕੋਈ ਗੱਲ ਨਹੀਂ ਕੀਤੀ ਮਨ ਨਾਲ ਜਿਵੇਂ ਕੋਈ ਫੈਸਲਾ ਕਰਕੇ ਉੱਠ ਕੇ ਖੜਾ ਹੋ ਗਿਆ ਫਿਰ ਛੋਟਾ ਰੋਜ ਆਉਂਦਾ ਰਿਹਾ ਪਰ ਗੱਲੀਬਾਤੀ ਉਸ ਮਾਮਲੇ ਨੂੰ ਕਿਵੇਂ ਨਾ ਕਿਵੇਂ ਸੁਲਝਾਉਣ ਲਈ ਸਲਾਹਾਂ ਦਿੰਦਾ ਰਿਹਾ ਮੋਦਰ ਨੇ ਕਦੇ ਲੰਮੀ ਚੌੜੀ ਗੱਲ ਨਾ ਕੀਤੀ ਰੁਲਦੂ ਕੋਲੇ ਉਹਨੂੰ ਛੋਟੇ ਦੀਆਂ ਦਸੀਆਂ ਸਾਰੀਆਂ ਗੱਲਾਂ ਦੀ ਸੱਚਾਈ ਦੀ ਤਸੱਲੀ ਹੋ ਗਈ ਸੀ ਤੇ ਮਨ 'ਚ ਅਜਿਹੀ ਗੰਢ ਵੱਜੀ ਕਿ ਲੱਖ ਯਤਨ ਕੀਤੇ ਵੀ ਕਿਵੇਂ ਨਹੀਂ ਖੁੱਲੀ ਉਸਪੇਛੋ ਛੋਟੇ ਨਾਲ ਜਦੋਂ ਵੀ ਗੱਲ ਕਰਦਾ ਤਾਂ ਜਪਦਾ ਤਲਵਾਰ ਦੀ ਧਾਰ ਤੇ ਪੈਰ ਥੜਕ ਰਹੇ ਛੋਟੇਆ ਤੁਸੀਂ ਜਿਵੇਂ ਫੈਸਲਾ ਨਿਬੇੜਦੇ ਨਿਬੇੜ ਲਓ ਜੇ ਮੈਂ ਵਿੱਚ ਪੈ ਗਿਆ ਤਾਂ ਗੱਲ ਵਿਗੜ ਜੂ ਮੈਨੂੰ ਪਾਸੇ ਹੀ ਰਹਿਣ ਦਿਓ ਉਹਨੇ ਐਸੇ ਡਰੋਂ ਹੀ ਇੱਕ ਦਿਨ ਸੁਰਤ ਸਿਰ ਹੋ ਕੇ ਗਿਆ ਛੋਟਾ ਚੁੱਪ ਕਰ ਗਿਆ ਉਹਨੂੰ ਗੱਲ ਬਿਲਕੁਲ ਠੀਕ ਲੱਗੀ ਪਰ ਚਿੱਤੋਂ ਇਹ ਕਹਿਣਾ ਚਾਹੁੰਦਾ ਸੀ ਜੇ ਬਾਈ ਐ ਨਿਬੜਦੀ ਹੁੰਦੀ ਤਾਂ ਮੈਂ ਇਹ ਗੱਲ ਤੇਰੇ ਕੋਲ ਛੇੜਦਾ ਹੀ ਕਾਨੂੰ ਗੱਲ ਨਾ ਹੀ ਹੋ ਨਿਬੜਣ ਜੋਗੀ ਸੀ ਨਾ ਨਿਬੜੀ ਅਖੀਰ ਛੋਟੇ ਨੇ ਇੱਕ ਦੋ ਸਿਆਣੇ ਬੰਦਿਆਂ ਦੀ ਸਲਾਹ ਲੈ ਕੇ ਪੰਚਾਇਤ ਦੇ ਚਾਰ ਬੰਦੇ ਸੱਦ ਲੈ ਤੇ ਘਰੇ ਬਹਿ ਕੇ ਸੱਜਣ ਨਾਲ ਫੈਸਲਾ ਕਰਨ ਦਾ ਯਤਨ ਕੀਤਾ। ਅਗੋਂ ਨੇ ਛੋਟੇ ਨੂੰ ਉਹ ਗੱਲਾਂ ਕਹੀਆਂ ਤੇ ਘੂਰੀਆਂ ਵਟੀਆਂ ਕਿ ਛੋਟਾ ਬਰਦਾਸ਼ਤ ਨਹੀਂ ਕਰ ਸਕਿਆ। ਲੈ ਬਾਈ ਜਿੱਥੋਂ ਤਾਈਂ ਗੱਲ ਵਧਾਉਣ ਨੂੰ ਚਿੱਤ ਨਹੀਂ ਸੀ ਕਰਦਾ। ਉਹ ਉੱਥੇ ਤਾਈਂ ਤੂੰ ਆਪੇ ਪੜਾਤੀ। ਛੋਟੇ ਨੇ ਗਰਨਿਆਂ ਦੇ ਭਾਂਬੜ ਵਾਂਗ ਢੜਕਦੇਆਂ ਗਿਆ। ਤੂੰ ਬਥੇਰਾ ਚਿਰ ਚੰਮ ਲਾਇਆ ਹੁਣ ਨਹੀਂ ਲਹਾਈਦਾ। ਜਿਉਂ ਸਿੱਧਾ ਹੋਣਾ ਤਾਂ ਦਸਾਂ ਦਿਨਾਂ ਦੇ ਅੰਦਰ ਅੰਦਰ ਘਰ ਜ਼ਮੀਨ ਵੰਡ ਦੇ ਨਹੀਂ ਤਾਂ ਫਿਰ ਮੈਥੋਂ ਜੋ ਹੋਊ ਮੈਂ ਕਰੂੰ ਹੁਣ ਜੇ ਫੈਸਲਾ ਕਰੇ ਤਾਂ ਜੋ ਦੇਵੇਂਗਾ ਸੋ ਮਨਜ਼ੂਰ ਕਰੋ ਪਰ ਮਗਰੋਂ ਜੋ ਮੂੰਹੋਂ ਮੰਗੂ ਉਹ ਹੀ ਲੈ ਕੇ ਦਿਖਾਵਾਂ ਜੇ ਨਾ ਲੈ ਕੇ ਦਿਖਾਵਾਂ ਤਾਂ ਪਾਲੇ ਦਾ ਪੁੱਤ ਨਹੀਂ ਕਿਸੇ ਕਮਜਾ ਕਮਜਾਦ ਦਾ ਆਖੇ ਪੰਚਾਇਤਿਆਂ ਦੇ ਸਮਝਾਉਣ ਦੇ باوجود ਉੱਥੇ ਤਾਂ ਸੱਜਣ ਲਾਲ ਲਾਲ ਆਂਡੇ ਕੱਢ ਕੇ ਉਹਦਾ ਗਲ ਪਟਣ ਤੈਗੇ ਪਰ ਮਗਰੋਂ ਜਦੋਂ ਯਾਰਾਂ ਨਾਲ ਸੋਚ ਸਾਜ ਕੇ ਸਾਰੀ ਗੱਲ ਦਸੀ ਤਾਂ ਉਹ ਆਂਡੇ ਸਿਲ ਪੱਥਰ ਹੋ ਗਏ ਸਣੇ ਧਰਤੀ ਸਭ ਕੁਝ ਲਾਟੂ ਅੰਗ ਕੋ ਮਦਦ ਦਿਸਣ ਲੱਗ ਪਿਆ। ਇਹ ਵੀ ਪਤਾ ਲੱਗ ਗਿਆ ਸੀ ਵੀ ਛੋਟੇ ਦੀ ਹੁਣ ਮੋਦਰ ਨਾਲ ਸੱਤਰੀ ਪੈਣ ਲੱਗ ਪਈ ਐ ਤੇ ਲਗਭਗ ਹਰ ਰੋਜ਼ ਉਹਨੂੰ ਮਿਲਦਾ ਸੀ। ਸੱਤਵੇਂ ਦਿਨ ਛੋਟੇ ਨੂੰ ਸਦਕੇ ਪਹਿਲਾਂ ਮਿੱਠੇ ਪੋਚੇ ਮਾਰ ਕੇ ਪਲੋਸਿਆ ਪਰ ਜਦੋਂ ਇੱਕੋ ਲੱਤ ਦੇ ਜਾਂਦਾ ਦੇਖਿਆ ਤਾਂ ਪੰਚਾਇਤ ਦੇ ਚਾਰ ਬੰਦੇ ਇਕੱਠੇ ਕਰਕੇ ਨਿਵੇੜਾ ਕਰ ਲਿਆ। ਜ਼ਮੀਨ 4.5 ਕਿੱਲੇ ਕੱਸੀ ਦੇ ਨੇੜੇ ਵਾਲੀ 3.5 3 ਕਿੱਲੇ ਘਣੇਕੇ ਟਿਊਬਵੈੱਲ ਦੇ ਪਾਣੀ ਵਾਲੀ ਆਪਣੇ ਦੂਜੇ ਮੱਥੇ ਦੇ ਦਿੱਤੀ। ਇਸ ਟੱਕ ਦਾ ਰਾਹ ਘਣੇ ਕੇ ਖੇਤ ਚੋਂ ਲੰਘਦਾ ਸੀ ਤੇ ਇਹ ਖਿਆਲ ਛੋਟੇ ਨੂੰ ਫੈਸਲੇ ਵੇਲੇ ਨਹੀਂ ਆਇਆ ਜਿਹੜੀ 3 ਏਕੜ ਪਿਛਲੇ ਸਾਲ ਸੂਰੇ ਵਾਲੇ ਵਾਲੇ ਗੰਡੇ ਤੋਂ ਵੈ ਲਈ ਸੀ ਉਹਦੀ ਰਜਿਸਟਰੀ ਸੱਜਣ ਨੇ ਚੁਪਗੜੱਪ ਆਪਣੇ ਨਾਂ ਕਰਾ ਲਈ ਸੀ ਛੋਟੇ ਨੂੰ ਇਹਦਾ ਪਤਾ ਅੱਜ ਹੀ ਲੱਗਿਆ ਸੀ ਤੇ ਇਹ ਸੁਣਦਿਆਂ ਹੀ ਉਹਦੇ ਸੱਤੀ ਕੱਪੜੀ ਅੱਗ ਲੱਗੇ ਸੁੱਖੀ ਸੰਦੀ ਗੱਲ ਨਵੇਟਣ ਦੇ ਖਿਆਲ ਨਾਲ ਸਬਰ ਦਾ ਘੁੱਟ ਭਰਤਾ ਲਿਆ ਪਰ ਪੰਚਾਇਤ ਨੂੰ ਖਬਰਦਾਰ ਜ਼ਰੂਰ ਕਰਤਾ ਕਿ ਇਹਦਾ ਫੈਸਲਾ ਹਰ ਹਾਲਤ ਚ ਕਰਾਇਗਾ ਇਹ ਸਾਂਝੇ ਖਾਤੇ ਖਰੀਦੀ ਹੋਣ ਕਰਕੇ ਉਹਦਾ ਹੱਕ ਹੀ ਸੀ ਘਰ ਦੇ ਗੁਣੇ ਤੇ ਗੱਲ ਆਈ ਤਾਂ ਕੁਝ ਪੈਸੇ ਦੇਣੇ ਕਰਕੇ ਸੱਜਣ ਨੇ ਨਵਾਂ ਘਰ ਕਬਜ਼ੇ ਕਰ ਲਿਆ ਤੇ ਛੋਟੇ ਨੂੰ ਤਾਈ ਵਾਲਾ ਪਾਸਾ ਦੇਣ ਲਈ ਆਪੇ ਹੀ ਫੈਸਲਾ ਕਰਨ ਬਹਿ ਗਿਆ ਪੰਚਾਇਤ ਵੀ ਇਸ ਗੱਲ ਤੇ ਬਹੁਤ ਔਖੀ ਹੋਈ ਛੋਟੇ ਨੇ ਕੁਝ ਰੋਸ ਨਾਲ ਤੇ ਕੁਝ ਰੜਕ ਨਾਲ ਕਿਹਾ ਕੋਈ ਗੱਲ ਨਹੀਂ ਪੰਚਾਇਤੇ ਵੱਡਾ ਭਰਾ ਹੈ ਜਿਵੇਂ ਕਰੇ ਮੈਨੂੰ ਮਨਜ਼ੂਰ ਹੈ ਪਰ ਭਰਾਵਾਂ 'ਚ ਛੋਟਾ ਹੁੰਦਾ ਕੋਈ ਨਹੀਂ ਜਿੱਦੋਂ ਸਾਡੇ 'ਚ ਤੰਤ ਹੋਇਆ ਬਰਾਬਰ ਖੜੋ ਲਾਂਗੇ ਹੁਣ ਜਿਵੇਂ ਕਹਿੰਦੇ ਨਿਵੇੜ ਦਿਓ ਤੁਸੀਂ ਇੱਕ ਵਾਰੀ ਇਹ ਬਰਾਬਰ ਖੜੋਣ ਵਾਲੀ ਗੱਲ ਨੇ ਸੱਜਣ ਨੂੰ ਇੱਕ ਵਾਰੀ ਡਰਾਤਾ ਪਰ ਉਹਨੇ ਆਪਣੀਆਂ ਡੁੰਗੀਆਂ ਜੜਾਂ ਦਾ ਖਿਆਲ ਕਰਕੇ ਗੱਲ ਆਈ ਗਈ ਕਰਦੇ ਆ ਵੇ ਅੰਗ ਨਾਲ ਕਿ ਜੀ ਸਦਕੇ ਮੇਰੀ ਤਾਂ ਠਿਰ ਬਣੇਗਾ ਸਭੋ ਭਰਾ ਦਾ ਬਾਹਾ ਹੁੰਦੇ ਆ ਮਾਮਲਾ ਪਤਾ ਨਹੀਂ ਨਿਬੜਿਆ ਕਿ ਹੋਰ ਉਲਝ ਗਿਆ ਮੋਦਨ ਨੂੰ ਵੀ ਇਹਦੀ ਕੋਈ ਸਮਝ ਨਹੀਂ ਆਈ ਫੇਰ ਵੀ ਗੱਲ ਠੰਡੀ ਜ਼ਰੂਰ ਪੈ ਗਈ ਇੱਕ ਵਾਰੀ ਤਾਂ ਐਂ ਲੱਗਦਾ ਸੀ ਜਿਵੇਂ ਸਭ ਕੁਝ ਸ਼ਾਂਤ ਹੋ ਗਿਆ ਪਰ 5-7 ਦਿਨ ਮਗਰੋਂ ਹੀ ਤੰਦਾਂ ਸਭ ਹੋਰ ਉਲਝਣ ਲੱਗ ਪਈਆਂ ਛੋਟਾ ਨੇ ਤਾਂ ਕੋਈ ਨਾ ਕੋਈ ਨਵੀਂ ਗੱਲ ਮੋਦਨ ਨੂੰ ਆ ਦੱਸਦਾ ਮੋਦਨ ਫਿਕਰਮੰਦ ਹੋ ਕੇ ਸੋਚਦਾ ਰਹਿੰਦਾ ਘਣੇ ਕਿਆ ਨੇ ਉਹ ੜੀਕਾ ਪਾ ਲਿਆ ਸੀ ਜਿਹਦਾ ਡਰ ਸੀ ਉਹਨਾਂ ਨੇ ਛੋਟੇ ਨੂੰ ਆਪਣੇ ਖੇਤ ਵਿੱਚੋਂ ਦੀ ਸਿੱਧਾ ਰਾਹ ਦੇਣੋਂ ਇਨਕਾਰ ਕਰਤਾ ਸੀ ਹੁਣ ਉਹਨੂੰ ਉੱਤੋਂ ਦੀ ਵੱਲ ਕੇ ਆਉਣਾ ਪੈਂਦਾ ਸੀ ਤੇ ਉਹ ਪਹੀ ਸੱਤ ਅੱਠ ਵਾਹਣਾਂ ਦੇ ਉੱਤੋਂ ਦੀ ਆਉਂਦੀ ਸੀ ਗੱਡੇ ਭੇਡੇ ਦੇ ਰਾਹ ਦੀ ਗੱਲ ਤਾਂ ਠੀਕ ਐ ਉਦੋਂ ਵੇਖੀ ਜਾਉ ਹੁਣ ਤੈਨੂੰ ਐ ਇਕੱਲੇ ਨੂੰ ਨੰਘਣੋਂ ਕੌਣ ਹਟਾਉਂਦਾ ਤੂੰ ਐਨਾ ਵਿੰਗ ਪਾ ਕੇ ਜਾਣਾ ਮੋਦਰ ਨੇ ਉਹਨੂੰ ਆਪੇ ਹੀ ਪੁੱਛ ਲਿਆ ਮੈਂ ਬਾਈ ਡਰਦਾ ਛੋਟਾ ਸਿੱਧੀ ਗੱਲ ਮੰਨ ਗਿਆ ਸੋਚਦਾ ਐ ਵੀ ਜੇ ਪੰਗਾ ਛੇੜ ਬੈਠੇ ਫਿਰ ਪਿੱਛੇ ਹਟਿਆ ਨਹੀਂ ਜਾਣਾ ਤੇ ਅੱਗੇ ਵੰਗੂ ਗੱਲ ਹੋਰ ਦੀ ਹੋਰ ਬਣ ਜਾਉ ਮੋਦਨ ਪਹਿਲਾਂ ਤਾਂ ਚੁੱਪ ਕਰ ਗਿਆ ਫਿਰ ਭੜਕ ਪਿਆ ਭਲਿਆ ਬੰਦਾ ਐਂ ਤਾਂ ਤੂੰ ਕੱਲ ਨੂੰ ਉਹ ਆਪਣੀਆਂ ਧੀਵੀਆਂ ਨੂੰ ਨਿਆਈਆਂ ਚ ਬਾਹਰ ਜਾਣੋਂ ਵੀ ਹਟਾ ਦੇਣਗੇ ਅੰਦਰ ਬੜਿਆਂ ਨੂੰ ਕੋਈ ਕਿੰਨਾ ਚਿਰ ਛੱਡ ਦੂ ਨਾਲੇ ਜੱਟ ਦੇ ਪੁੱਤ ਨੂੰ ਇੰਨਾ ਗਿੱਦੀ ਪਣਾ ਕਿ ਇਹ ਗੱਲ ਨਹੀਂ ਬਣਨੀ ਰਾਤ ਤਾਂ ਲੈਣਾ ਪਊ ਤੇ ਉਹਨਾਂ ਨੂੰ ਦੇਣਾ ਪਊ ਛੋਟਾ ਜਿਵੇਂ ਭੈ ਭੀਤ ਹੋ ਗਿਆ ਫਿਰ ਕਈ ਦਿਨ ਨਹੀਂ ਆਇਆ ਆੜਤੀਆਂ ਤੋਂ ਕੁਝ ਫੈਸੇ ਫੜ ਕੇ ਤਾਏ ਵਾਲੇ ਪਾਸੇ ਦੋ ਸੌ ਬਾਤਾਂ ਉਹਨੇ ਵਿਢ ਲਈਆਂ ਤੇ ਉਹਨਾਂ ਦੇ ਆਹਰ ਲੱਗ ਪਿਆ ਸੱਜਣ ਤਾਂ ਛੋਟੇ ਨਾਲ ਇੱਕਦਮ ਜਿਵੇਂ ਕਰੀਰ ਦੀ ਲੱਕੜ ਵਾਂਗ ਟੁੱਟ ਗਿਆ ਚਾਹ ਪਾਣੀ ਦੀ ਸੁਲਾਵੀ ਕਦੇ ਉਹਨੂੰ ਨਹੀਂ ਸੀ ਮਾਰੀ ਛੋਟਾ ਵੀ ਪਾਸਾ ਵੱਟਣ ਲੱਗ ਪਿਆ ਰੋਟੀ ਕੁਛ ਦਿਨ ਮੋਦਨ ਕੋਲ ਜਾ ਕੇ ਖਾਂਦਾ ਰਿਹਾ ਹੁਣ ਜਿੱਦੇ ਦਾ ਕੰਮ ਚ ਖੁਬਿਆ ਸੀ ਮੋਦਨ ਰੁਲਦੂ ਦੇ ਮੁੰਡੇ ਦੇ ਹੱਥ ਰੋਟੀ ਭੇਜ ਦਿੰਦਾ ਸੀ ਸੱਜਣ ਨੂੰ ਜਿਉਂ-ਜਿਉਂ ਉਹਨਾਂ ਦੀ ਵੱਧਦੀ ਨੇੜਤਾ ਦਾ ਪਤਾ ਲੱਗਦਾ ਦੂਣਾ ਚੌਣਾ ਹਰਕਦਾ ਜਾਂਦਾ ਸੀ ਇਉਂ ਪਾਟੇ ਤੇ ਲਹੂਰ ਦੂਰ ਹੁੰਦੇ ਜਾਂਦੇ ਸੀ ਲੋਕਾਂ 'ਚ ਚਬਾ ਚਬੀ ਫੇਰ ਹੋਣ ਲੱਗ ਪਈ ਇੱਕ ਗੱਲ ਤਾਂ ਐਨ ਪੱਕ ਬਣਾ ਕੇ ਤੋੜਨ ਵਾਲਿਆਂ ਨੇ ਬੱਚੇ-ਬੱਚੇ ਤੱਕ ਪਹੁੰਚਾ ਦਿੱਤੀ ਵੀ ਇਹ ਸਾਰੀ ਕਰਾਮਾਤ ਮੋਦਨ ਦੀ ਲਿਆਂਦੀ ਮਿਸਣੀ ਤੀਵੇਂ ਦੀ ਆ ਉਨੇ ਛੋਟੇ ਤੇ ਕੋਈ ਅਜਿਹਾ ਮੰਤਰ ਮਾਰਿਆ ਸੀ ਕਿ ਪਹਿਲਾਂ ਬਰਿਆਂ ਦੇ ਸੁਰਨ ਸੁਰਨ ਵਾਸਤੇ ਦੋਹਾਂ ਭਰਾਵਾਂ ਚ ਪਟਕ ਪਾਇਆ ਹੁਣ ਉਹਦੇ ਤੇ ਉਹੀ ਕਬਜ਼ਾ ਕਰਨ ਨੂੰ ਫਿਰਦੀ ਸੀ ਪਰ ਜੇ ਕੋਈ ਸਾਧੂ ਸੁਭਾਅ ਸਾਈਂ ਲੋਕ ਨਿਰਕ ਪਰ ਕੇ ਕਹਿ ਬੰਦਾ ਹੂੰ ਬਈ ਕੂਨੀ ਤਾਂ ਬੜੀ ਐ ਲੱਗਦੀ ਤਾਂ ਇਹੋ ਜੀ ਹੈ ਨਹੀਂ ਕੋਈ ਐਸੀ ਵੈਸੀ ਗੱਲ ਵੀ ਕਦੇ ਨਹੀਂ ਸੁਣੀ ਉਸ ਬਾਰੇ ਤਾਂ ਅੱਗੋਂ ਵੱਡੇ ਸਿਆਣੇ ਕੁੱਦ ਕੇ ਉਹਦੇ ਗਲ ਪੈ ਜਾਂਦੇ ਤੈਨੂੰ ਸਾਈਂ ਲੋਕਾਂ ਪਤਾ ਹੈ ਕਿ ਬਈ ਡੱਡਾਂ ਕਿਹੜੇ ਵੇਲੇ ਪਾਣੀ ਪੀਂਦੀਆਂ ਤੀਵੇਂ ਜਾਤ ਕੱਤਰ ਸੋਨੀ 100101 ਤੇ 1 ਚਲਿਤਰ ਹੁੰਦੇ ਆ ਤੁਹਾਡੇ ਅਰਗਿਆਂ ਨੂੰ ਤਾਂ 20 ਹਾਂ ਤਾਂ ਹੀ ਗਿਣਤੀ ਨਹੀਂ ਆਉਂਦੀ ਉਹ ਵੀ ਉਂਗਲਾਂ ਦੀਆਂ ਗੱਡਾਂ ਭਾਂਦੇ ਭੁੱਲ ਜਾਂਦੇ ਉਹੀ ਗੱਲ ਆਖੇ ਘੁੱਗੀ ਕੀ ਜਾਣੇ ਸਤਗੁਰੂ ਦੀਆਂ ਬਾਤਾਂ ਉਹ ਤੀਵੇਂ ਤਾਂ ਸਰਦਾਰ ਜੀ ਸਮਾਨ ਨੂੰ ਟਾਕੀਆਂ ਕਿਹੜਾ ਨਾ ਲਾਵੇ ਜਿਹੜਾ ਇਹ ਮਿਸਣੇ ਜੇ ਬੰਦੇ ਹੁੰਦੇ ਆ ਇਹਨਾਂ ਦੇ ਚਿੱਤ ਦਾ ਭੇਤ ਪਾਉਣਾ ਔਖਾ ਆਖੇ ਬੋਲਣ ਵਾਲਿਆਂ ਨੇ ਬੋਲ ਵਗਾੜੇ ਮਿਸਣਿਆਂ ਨੇ ਪਿੰਡ ਅਜਾੜੇ ਆ ਪਾਣੀ ਭੇਤ ਪਾ ਸਕਦੇ ਨਾਲੇ ਸਾਹਮਣੇ ਵੱਜਿਆ ਪਿਆ ਕਿ ਨਹੀਂ ਗੋਲੇ ਵਾਲਾ ਫੇਰ ਦੱਸ ਹੁਣ ਅਜੇ ਕੋਈ ਕਸਰ ਐ ਇਹਦਾ ਜਵਾਬ ਦੇਵੇ ਵੀ ਕੋਈ ਕੀ ਕੀ ਭੇਤ ਲੱਗੇ ਕਿ ਅੰਦਰ ਕੀ ਹੋਈ ਜਾਂਦਾ ਸੋ ਸਭੇ ਚੁੱਪ ਸੀ ਕੀ ਦੀ ਕੋਈ ਸ਼ਾਦੀ ਭਰੇ ਭਰੋਸਾ ਤਾਂ ਅੱਜਕੱਲ ਆਪਣੇ ਜੀਦਾ ਨਹੀਂ ਸੀ ਪਰ ਫੇਰ ਵੀ ਸ਼ਾਦੀ ਦੇਣ ਵਾਲੇ ਤਾਂ ਇੱਥੋਂ ਤੱਕ ਤਸੱਲੀ ਦਿਵਾਉਂਦੇ ਸੀ ਕਿ ਹੁਣ ਤੁਸੀਂ ਵੇਖਿਓ ਰੰਗ ਕੀ ਉਗੜਦਾ ਹੁਣ ਇਹਨਾਂ ਤਿੰਨਾਂ ਭਰਾਵਾਂ ਦੀ ਆਪੋ ਚ ਡਾਂਗ ਖੜਕੂ ਨਹੀਂ ਫਿਰ ਘਨੇ ਕਿਆ ਨਾਲ ਤਾਂ ਅਜ ਭਲਕ ਟੱਕਰ ਹੋਇਆ ਹੀ ਲੋ ਜੋ ਪਾਖਿਆ ਲੋਕ ਕੱਢਦੇ ਨੂੰ ਕਹਿੰਦੇ ਕਦੇ ਨਾ ਕਦੇ ਸੱਚ ਹੋ ਜਾਂਦੀ ਐ ਅੱਧਾ ਪਿੰਡ ਏਸੀ ਤੇ ਨਿਗਾਹ ਲਾਈ ਬੈਠਾ ਸੀ ਕਿ ਅੱਜ ਵੀ ਕੁਝ ਹੋਇਆ ਕੱਲ ਵੀ ਹੋਇਆ ਪਰ ਹੋਇਆ ਕੁਝ ਵੀ ਨਾ ਗੱਲ ਮੱਠੀ ਪੈਂਦੀ ਪੈਂਦੀ ਦਬ ਗਈ ਜਿਹੜੇ ਪਾਂਡੇ ਹਰ ਗੱਲ ਦਾ ਟੇਵਾਂ ਲਾ ਦਿੰਦੇ ਹੁੰਦੇ ਸੀ ਉਹ ਬੜੇ ਔਖੇ ਸੀ ਮੁੱਲੋ ਮੁੱਲੇ ਗੱਲਾਂ 'ਚੋਂ ਗੱਲ ਕੱਢ ਕੇ ਇੱਧਰ ਲੈ ਤੁਰਦੇ ਤੇ ਆਖਦੇ ਤੁਸੀਂ ਦੇਖਿਓ ਸਹੀ ਕੀ ਬਣਦਾ ਇਹ ਤਾਂ ਅੱਗ ਅੰਦਰੇ-ਅੰਦਰ ਧੁਕੀ ਜਾਂਦੀ ਐ ਜਿੱਦੇ ਮੱਛੀ ਭੁੱਖੇ ਉੱਠਣਗੇ ਬਾਈ ਭੁੱਖੇ ਤੇ ਬਾਰੀ ਕੋਈ ਲਾਟਾਂ ਦੇਸਣ ਗਿਆ ਪਰ ਅਜੇ ਤਾਂ ਨਾ ਕਿਸੇ ਨੂੰ ਧੂਆਂ ਦੇ ਸਦਾ ਸੀ ਨਾ ਭੁੱਖੇ ਤੇ ਨਾਲ ਆਟਾ ਛੋਟੇ ਨੇ ਸਿਰ ਲਕਾਉਣ ਜੋ ਗੱਚਾ ਤਾ ਕਰਕੇ ਵੋਟੀ ਨੂੰ ਲੈ ਆਂਦਾ ਸੀ ਹਾਲ ਦੀ ਘੜੀ ਕੰਮ ਤੋੜਨ ਲਈ ਬਾਹਰ ਅੰਦਰ ਜਾਣ ਲਈ ਉਹ ਆਪਣੇ ਵੱਡੇ ਸਾਲੇ ਦੇ ਇੱਕ ਮੁੰਡੇ ਨੂੰ ਲੈ ਆਇਆ ਸੀ ਇੰਨੇ ਨਾਲ ਕੰਮ ਕਰਨ ਲੱਗ ਪਿਆ ਸੀ ਗੁਆਰੇ ਪੱਕਣ ਤੇ ਆਏ ਤਾਂ ਰਾਹ ਦੀ ਸਮੱਸਿਆ ਪੂਰੀ ਤਰ੍ਹਾਂ ਸਾਹਮਣੇ ਆਖੜੋਤੀ ਛੋਟੇ ਨੇ ਮੋਦਨ ਕੋਲ ਸਮੱਸਿਆ ਦੱਸੀ ਤਾਂ ਉਹਦੀ ਰਾਤ ਤਾਂ ਹੀ ਇਹੋ ਗੱਲਾਂ ਕਰਦੇ ਰਹੇ ਕਰੋ ਬਾਹਰ ਟੀਬੀ ਵਾਲੀ ਕਿਕਰ ਕੋਲ ਬੈਠੇ ਰਹੇ ਜਦੋਂ ਘਰੇ ਆਏ ਤਾਂ ਬੇਬੇ ਨੇ ਚਿੰਤਾ ਨਾਲ ਕਿਹਾ ਜਿਵੇਂ ਪੁੱਤ ਨਿਬੜਦੀਆਂ ਨਿਵੇੜ ਲੋ ਗੱਲ ਵਧਾਇਓ ਨਾ ਅਸੀਂ ਤਾਂ ਬੇਬੇ ਬੇਬੇ ਬਥੇਰਾ ਟਾਲਦੇ ਸੀ ਪਰ ਅਗਲੇ ਵਧਾਣੋਂ ਨਹੀਂ ਹਟਦੇ ਛੋਟੇ ਨੇ ਕਰਾਰੀ ਬਾਤ ਚ ਕਿਹਾ ਦਾਨੀ ਤਰਭ ਕੇ ਮੰਜੀ ਤੋਂ ਉੱਠ ਖੜੋਤੀ ਸਿਰ ਤੇ ਚੁੰਨੀ ਸਾਹਮਦੇ ਪਸ਼ੂਆਂ ਹੇਠੋਂ ਗੁਹਾ ਢਾਉਣ ਜਾਣ ਲੱਗੀ ਛੋਟੇ ਤੇ ਮੋਦਨ ਦੋਹਾਂ ਨੇ ਉਸ ਵੱਲ ਹੈਰਾਨੀ ਨਾਲ ਦੇਖਿਆ ਤੇ ਉਹਨੂੰ ਗਊ ਦੇ ਗਿੱਟੇ ਤੇ ਪੋਲਾ ਜਿਹਾ ਫੋੜਾ ਮਾਰ ਕੇ ਖਸਮਾ ਖਾਣੀ ਇਹ ਕਹਿੰਦੀ ਆ ਵੀ ਸੁਣਿਆ ਬਾਜੋ ਦੀ ਥਿੜਕੀ ਹੋਈ ਲੱਗੀ ਮੋਦਰ ਨੂੰ ਸੁਲਵੇ ਕਿ ਖਬਰ ਆ ਗਿਆ ਜਿੱਦੇ ਦੀ ਉਹ ਆਈ ਸੀ ਇੰਜ ਕਾਬਰੀ ਤੇ ਇੰਨੀ ਕ ਵੀ ਹਰਖੀ ਉਹਨੂੰ ਕਦੇ ਕਿਸੇ ਨੇ ਨਹੀਂ ਸੀ ਵੇਖਿਆ ਤੈਨੂੰ ਕੀ ਹੋ ਗਿਆ ਸਰਦਾਰਨੀਏ ਮੋਦਰ ਨੇ ਮੁਸਕਰਾ ਕੇ ਕੁਝ ਵਿਅੰਗ ਨਾਲ ਕਿਹਾ ਹੈ ਦਾਨੀ ਨੇ ਉਸ ਵੱਲ ਭੌਂ ਕੇ ਵੇਖਿਆ ਤੇ ਚੁੱਲ੍ਹੇ ਕੋਲ ਉਤਲੇ ਆਲੇ 'ਚ ਮੱਚਦੇ ਦੀਵੇ ਤੇ ਸਿੱਲੇ-ਸਿੱਲੇ ਚਾਨਣ 'ਚ ਉਹਦੇ ਸਾਰੇ ਨੈਣ ਨਕਸ਼ ਉਪਰੇ ਜੇ ਲੱਗੇ ਮੈਨੂੰ ਕੀ ਹੋਣਾ ਸੀ ਉਸ ਚਾਚੀ ਪਰਸਿਨੀ ਵਾਂਗ ਤੁਰੰਤ ਹੀ ਤੌਰ ਤੌਰ ਬਦਲ ਕੇ ਮੁਸਕਰਾਉਂਦੀਆਂ ਕਿ ਮੈਂ ਤਾਂ ਗੋਹਾ ਹਟਾਉਣ ਉੱਥੇ ਹੀ ਸੀ ਦਾਨੀ ਦੇ ਸੁਰੀਲੇ ਮਿੱਠੇ ਬੋਲੀ ਸੂਈ ਵਰਗੀ ਤਿੱਖੀ ਚੋਬ ਮੋਦਨ ਦੇ ਛੋਟੇ ਦੋਹਾਂ ਨੂੰ ਮਹਿਸੂਸ ਦੋਹਾਂ ਨੇ ਮਹਿਸੂਸ ਕੀਤੀ ਪਰ ਗੱਲ ਆਈ ਗਈ ਕਰਕੇ ਉਹ ਪੰਚਾਇਤ ਸਦਨ ਦੀਆਂ ਸਲਾਹਾਂ ਕਰਨ ਲੱਗ ਪਏ ਹੋਰ ਘੜੀ ਬਿੰਦ ਪਿੱਛੋਂ ਮੋਦਨ ਛੋਟੇ ਨੂੰ ਬਾਹਰ ਚਾਚੀ ਪਰਸੇਨੀ ਦੇ ਘਰ ਤਾਈ ਛੱਡਣ ਗਿਆ ਤਾਂ ਦਾਨੀ ਨੇ ਮਗਰੋਂ ਦੀਵਾ ਬੁਝਾ ਦਿੱਤਾ ਫਿਰ ਆਪਣਾ ਮੰਜਾ ਘੜੀਸ ਕੇ ਮੋਦਨ ਦੇ ਮੰਜੇ ਤੋਂ ਦੂਰ ਕਰਦਿਆਂ ਕੰਧੋਲੀ ਦੇ ਨੇੜੇ ਕਰਕੇ ਪੈ ਗਈ ਮੋਦਨ ਬੂਹਾ ਢਾ ਕੇ ਚੁੱਪਚਾਪ ਹੀ ਤਾਂ ਮੰਜੇ ਤੇ ਆ ਪਿਆ ਛੋਟੇ ਨਾਲ ਕੀਤੀਆਂ ਗੱਲਾਂ ਦੇ ਜਾਲ ਚੁਲਜ ਕੇ ਉਹਨੂੰ ਦਾਨੀ ਦਾ ਖਿਆਲ ਹੀ ਵਿਸਰ ਗਿਆ। ਜਦੋਂ ਕਿਤੇ ਉਲਜਿਆ ਮਾਨੂੰ ਚਾਰਟ ਹੋ ਕੇ ਇਧਰ ਭਵਿਆ ਤਾਂ ਹੈਰਾਨੀ ਹੋਈ। ਵੀ ਦਾਨੀ ਦਾ ਮੰਜਾ ਅੱਗੇ ਵਾਲੀ ਥਾਂ ਨਹੀਂ ਸੀ ਉੱਠ ਕੇ ਕੋਲ ਜਾਣ ਨੂੰ ਜੀਕੀਤਾ ਪਰ ਉਹ ਸ਼ਾਇਦ ਸੁੱਤੀ ਹੋਈ ਸੀ। ਪਿੱਠ ਇਧਰ ਕਰੀ ਐ ਹੱਲ ਪਈ ਸੀ। ਜਗਾਉਣ ਨੂੰ ਚਿਤ ਨਹੀਂ ਮੰਨੇਆ ਸਾਰੇ ਦਿਨ ਦੀ ਕੰਮਾਂ ਕਾਰੋਂ ਥੱਕੀ ਟੁੱਟੀ ਨੂੰ ਮਸਾਂ ਨਹੀਂਂ ਦਾਈ ਸੀ। ਬਿੰਦੂ ਦੇ ਪਿੱਛੋਂ ਦਾਨੀ ਨੇ ਪਾਸਾ ਲਿਆ ਤੇ ਸਿੱਧੀ ਹੋ ਕੇ ਪੈ ਗਈ। ਖੰਨਾਕ ਚੰਦ ਕਿਕਰ ਦੀ ਟੀਸੀ ਉੱਤੇ ਉੱਚਾ ਹੋਇਆ ਤਾਂ ਚਾਨਣ ਨਾਲ ਵੇੜਾ ਜਿਵੇਂ ਭਰ ਗਿਆ ਚਾਨਣ ਚ ਦਾਨੀ ਦੀ ਉ ਤਾਂ ਉਬਰੀ ਕੁਖਵਲ ਤੱਕਿਆ ਤਾਂ ਸਿਰ ਤੋਂ ਪੈਰਾਂ ਤਾਈ ਇਉਂ ਚਰਨਾਟ ਛੜੀ ਜਾਵੇ ਜਿਵੇਂ ਪੈਰਾਂ ਵੱਲੋਂ ਠਾਰੀ ਚੜ ਗਈ ਹੋਵੇ ਦਾਨੀ ਦੀ ਮੱਥੇ ਉੱਤੇ ਰੱਖੀ ਬਾਹ ਉਹਦੀਆਂ ਭਰਾਈਆਂ ਛਾਤੀਆਂ ਵਾਵਾ ਪਾਣੀ ਫਿਰੇ ਲੰਮੇ ਛਮੇ ਸਰੀਰ ਵੱਲ ਤੱਕ ਕੇ ਚਿੱਤ ਨੂੰ ਗੁਜਾ ਧਰਵਾਸ ਆਉਂਦਾ ਜਾਪਿਆ ਪਰ ਫਿਰ ਉਹਨੂੰ ਹੌਕਿਆਂ ਵਰਗੇ ਲੰਮੇ ਲੰਮੇ ਸਾਹ ਲੈਂਦੇ ਆ ਮਹਿਸੂਸ ਕਰਕੇ ਇਕਦਮ ਤਰਗ ਤਰਬਕ ਪਿਆ ਉਸ ਵੇਲੇ ਬੇਬੇ ਦਾ ਮਨ ਦੇ ਮੰਜੇ ਵੱਲ ਧਿਆਨ ਮਾਰ ਕੇ ਉਹਦਾ ਸਰਾਣਾ ਇਧਰਲੇ ਪਾਸੇ ਸੀ ਤੇ 7-8 ਕਰਮਾਂ ਦੀ ਵਿੱਥ ਹੋਈ ਸੀ ਉੱਠ ਖੜੋਤਾ ਤੇ ਨੰਗੇ ਪੈਰੀ ਦਾਨੀ ਦੇ ਮੰਜੇ ਦੀ ਬਾਹੀ ਤੇ ਜਾ ਬੈਠਾ ਤੂੰ ਮੂੰਹ ਵਿੱਚ ਹੀ ਉਹਨੇ ਕਿਹਾ ਤੇ ਨਾਲ ਦੀ ਨਾਲ ਦਾਨੀ ਦੀਆਂ ਅੱਖਾਂ ਚੋਂ ਵਗਦੀਆਂ ਹੰਝੂਆਂ ਦੀ ਧਾਰਾ ਮਹਿਸੂਸ ਕਰਕੇ ਠਠੰਬਰ ਗਿਆ ਇੱਕ ਵਾਰ ਮੁੜ ਬੇਬੇ ਨੇ ਮੰਜੇ ਵੱਲ ਤੱਕਿਆ ਇੱਕ ਵਾਰ ਮੁੜ ਬੇਬੇ ਦੇ ਮੰਜੇ ਵੱਲ ਤੱਕਿਆ ਤੇ ਫਿਰ ਉੱਚੇ ਹੁੰਦੇ ਚੰਦ ਵੱਲ ਪਹਿਲਾਂ ਚਾਨਣੀ ਦਾ ਨਿਗ ਮਹਿਸੂਸ ਹੋਇਆ ਫਿਰ ਇਹਦੇ ਸੇਕ ਨਾਲ ਸਰੀਰ ਦਾ ਸਾਰਾ ਲਹੂ ਪੰਗਰ ਕੇ ਅੰਗ ਜਿਵੇਂ ਮੋਮ ਮੰਗ ਢਲਣ ਲੱਗ ਪਏ ਜਦੋਂ ਮੂੰਹ ਬੋਲਿਆ ਤਾਂ ਸ਼ਬਦ ਸੰਗ ਨਾਲ ਘਸਰ ਘਸਰ ਕੇ ਬਾਹਰ ਨਿਕਲੇ ਤੈਨੂੰ ਕਦੇ ਕਦੇ ਐ ਕੀ ਹੋ ਜਾਂਦਾ ਹੈ ਮੂੰਹ ਭੀਜੀ ਅਤ ਧੀਮੀ ਆਵਾਜ਼ 'ਚ ਆਪਣੀ ਉਂਗਲਾਂ ਨਾਲ ਦਾਨੀ ਦੀਆਂ ਸੇਕ ਮਾਰਦੀਆਂ ਅੱਖਾਂ ਪੁੰਝਦੇ ਹ ਉਸ ਕਿਹਾ ਤੇ ਝੁੱਕ ਕੇ ਉਹਦੇ ਮੂੰਹ ਦੇ ਨਾਲ ਮੂੰਹ ਲਾ ਲਿਆ ਅਲੋਕਾਰ ਗੱਲ ਸੀ ਉਸੇ ਵੇਲੇ ਦਾਨੀ ਦੀਆਂ ਪੁੱਭਾਂ ਨਿਕਲ ਗਈਆਂ ਆਪਣਾ ਆਪ ਕਾਬੂ ਕਰਨ ਲਈ ਉਸ ਹਿੱਕ ਦਾ ਸਾਰਾ ਤਾਣ ਲਾਇਆ ਅਖੀਰ ਜਦ ਬੇਵਸ ਹੋ ਗਈ ਤਾਂ ਮੋਦਨ ਨੂੰ ਸਾਰੇ ਜ਼ੋਰ ਨਾਲ ਬਾਹਾਂ ਚ ਘੁੱਟ ਕੇ ਆਪਣਾ ਮਲੂਕ ਪਤਲਾ ਚਿਹਰਾ ਉਹਦੇ ਮੋਢੇ ਤੇ ਧੌਣ ਦੇ ਸਨ ਚ ਲੁਕਾ ਲਿਆ ਹੋਠ ਉਹਦੀ ਕੰਢੀ ਦੇ ਨਾਲ ਕਰਕੇ ਖਰਵੀ ਧੌਣ ਚ ਨੇ ਜ਼ੋਰ ਦੀ ਖੋਬੇ ਕੇ ਮੋਦਨ ਨੂੰ یوں ਮਹਿਸੂਸ ਹੋਇਆ ਜਿਵੇਂ ਅੰਗਿਆਰ ਧੌਣ ਉੱਤੇ ਆਪੇ ਹੋਣ ਉਹ ਔਡੋਲ ਅਹਲ ਉਹਦੀ ਪੱਟੀ ਵਾਂਗ ਤਪਦੇ ਸਰੀਰ ਨਾਲ ਜੁੜਿਆ ਰਿਹਾ ਦਾਨੀ ਦੀਆਂ ਬਾਹਾਂ ਤੇ ਹੋਠਾਂ ਦਾ ਕੱਸਾ ਕਿੰਨਾ ਜਿੱਟ ਲਾ ਨਹੀਂ ਪਿਆ ਫਿਰ ਚਾਂ ਚੱਕ ਕੇ ਉਹਦੇ ਸਾਰੇ ਅੰਗ ਜਿਵੇਂ ਠੰਡੇ ਸੀਤ ਹੋ ਗਏ ਘਸਾ ਢਿੱਲਾ ਪੈ ਗਿਆ ਕੋਚਰ ਪਿੱਛੋਂ ਜਦ ਮੋਦਰ ਨੇ ਉਹਦੀ ਵੱਖੀ ਨੂੰ ਖੱਬੇ ਹੱਥ ਨਾਲ ਪੋਲਾ-ਪੋਲਾ ਪਲੋਸਦੇ ਆ ਸਜੇ ਨਾਲ ਸਿੱਲੇ ਹੋਏ ਚਿਹਰੇ ਨੂੰ ਮੜ-ਮੋਟੋਂਦਿਆਂ ਨੂੰ ਬੁਲਾਉਣ ਦਾ ਯਤਨ ਕੀਤਾ ਤਾਂ ਦਾਨੀ ਸਖਣੀਆਂ ਸਖਣੀ ਅੱਖਾਂ ਨਾਲ ਚੁੱਪਚਾਪੀਤੀ ਪਲੋਪਲੀ ਨਿੱਕਰ ਦੇ ਚੰਨ ਵੱਲ ਝਾਕੀ ਜਾ ਰਹੀ ਸੀ ਕਦੇ-ਕਦੇ ਉਹਦੇ ਹੂਠ ਰਤਾ ਫਰਕ ਦੇ ਦਿਸਦੇ ਪਰ ਆਵਾਜ਼ ਨਹੀਂ ਸੀ ਸੁਣਦੀ ਜਦੋਂ ਆਵਾਜ਼ ਨਿਕਲੀ ਮੁਰ ਸਾਰੀ ਦੀ ਸਾਰੀ ਦੇ ਕੰਬ ਗਈ ਮੋਦਨ ਦੇ ਗਲ ਬਾਹ ਪਾ ਕੇ ਇੱਕ ਵਾਰ ਫੇਰ ਉਹਨੂੰ ਆਪਣੇ ਨਾਲ ਘੁੱਟ ਦਿਆ ਉਸਕੇ ਕਦੇ-ਕਦੇ ਮੈਨੂੰ ਕਮਲਿਆ ਵਾਂਗੂ ਡਰ ਲੱਗਣ ਲੱਗ ਪੈਂਦਾ ਜੀ ਐਦਕੀ ਮੋਦਨ ਨੇ ਵੀ ਉਹਨੂੰ ਐਉਂ ਘੁੱਟਿਆ ਜਿਵੇਂ ਪੀੜ ਕੇ ਉਹਦਾ ਡਰ ਫੇਰ ਦੇਣਾ ਚਾਹੁੰਦਾ ਹੋਵੇ ਤੇ ਉਹਦੀਆਂ ਵੀ ਅੱਖਾਂ ਸਿੱਲੀਆਂ ਹੋ ਗਈਆਂ ਉਸ ਰਾਤ ਗੇਲੂ ਨੂੰ ਦੂਜੇ ਮੰਜ਼ੇ ਤੇ ਪਾ ਕੇ ਮੋਦਨ ਨੇ ਦਾਨੀ ਨੂੰ ਨਿਆਣਿਆਂ ਵਾਂਗ ਪੈਰ ਦੇ ਤੜਕੇ ਤਾਈ ਆਪਣੇ ਨਾਲ ਘੁੱਟੀ ਰੱਖਿਆ ਉਹ ਵੀ ਨਿਆਣਿਆਂ ਵਾਂਗ ਜਿਵੇਂ ਵਰਚ ਕੇ ਸੌਂਗੀ ਪਰ ਮੋਦਨ ਦੀ ਜਦੋਂ ਵੀ ਅੱਖ ਮਿਚਣ ਲੱਗਦੀ ਦੂਜੇ ਪਾਸੇ ਬੜਵਾ ਜਾਗ ਪੈਂਦਾ ਤਰਬਕ ਤਰਬਕੂਟ ਦੀ ਦਾਨੀ ਨੂੰ ਬਿੰਦੇ ਛੱਟੇ ਸਜਾਏ ਬੱਚਿਆਂ ਵਾਂਗ ਟਿਕਾਉਣਾ ਪੈ ਰਿਹਾ ਸੀ ਇੱਕ ਵਾਰ ਨੀਂਦ ਅੱਖਾਂ ਚੋਂ ਨਿਕਲ ਜਾਂਦੀ ਤੇ ਮੁੜ ਦਾਨੀ ਦੀ ਜਖਮੀ ਪੰਛੀ ਵਾਂਗ ਫੜਕਦੀ ਛਾਤੀ ਦਾ ਅਹਿਸਾਸ ਅੱਖ ਨਾ ਲੱਗਣ ਦਿੰਦਾ ਤੜਕੇ ਉੱਠਦਿਆਂ ਹੀ ਉਹ ਰੂਲਦੂ ਦੇ ਘਰ ਗਿਆ ਉਹਦੇ ਨਾਲ ਬਿਨਾਂ ਕੋਈ ਸਲਾਹ ਕੀਤੇ ਆ ਕਹਤਾ ਵੀ ਦਾਨੀ ਦੇ ਪੇਕੇ ਸੁਨੇਹਾ ਭੇਜ ਦੇਵੇ ਵੀ ਕੋਈ ਦਿਨਾਂ ਲਈ ਉਹਨੂੰ ਲੈ ਜਾਣ ਉਹਦਾ ਜੀ ਪਰਚ ਜੰਗ ਨਾਲੇ ਜੇ ਜਾਪਾ ਵੀ ਉੱਥੇ ਕਰਾ ਦੇਣ ਤਾਂ ਹੋਰ ਵੀ ਚੰਗੀ ਗੱਲ ਤੂੰ ਤਾਂ ਯਾਰ ਭੂਲੀਆਂ ਗੱਲਾਂ ਕਰਦਾ ਰੂਲਦੂ ਨੇ ਅੱਖਾਂ ਸੰਗੇੜ ਕੇ ਹਰਖ ਨਾਲ ਕਿਹਾ ਦੀਦਿਆ ਯਾਰਾਂ ਤੇ ਵੀ ਕਦੇ ਕੋਈ ਸਿਆਣਾ ਬੰਦਾ ਅਤਵਾਰ ਕਰਦਾ ਹੁੰਦਾ ਜਿਉਂ ਭਲਾ ਜਾਪਾ ਘਟਾਉਣ ਵਾਲੇ ਹੁੰਦੇ ਤੇ ਉਹਨਾਂ ਨੂੰ ਰੋਟੀਆਂ ਵੀ ਮਹਿੰਗੀ ਸੀ ਨਾਲੇ ਇਹਦਾ ਚਾਚਾ ਤਾਂ ਆਪਦੀ ਸਖੀ ਮਾਂ ਦਾ ਯਾਰ ਹੈ ਧੀ ਦੇਣਾ ਮੈਂ ਨਹੀਂ ਉਹਨਾਂ ਤੇ ਕੋਈ ਅਤਵਾਰੀ ਕਰਦਾ ਜਿਉਂ ਐਡੀ ਮਾੜੇ ਬੰਦੇ ਆ ਤਾਂ ਤੂੰ ਉਹਨਾਂ ਚ ਮੈਨੂੰ ਫਸਾਇਆਗਾ ਤੋ ਬਈ ਅਸਕੇ ਤੇਰੇ ਰੁਲਦੂ ਉਸੇ ਵੱਲ ਤੌਰ ਬਦਲ ਕੇ ਮੁਸਕਰਾਉਂਦੇ ਆ ਬੋਲੇ ਕਮਲਿਆ ਆਪਾਂ ਉਹਨਾਂ ਸਾਲਿਆਂ ਤੋਂ ਲੈਣਾ ਕੀ ਹੈ ਆਪਾਂ ਨੂੰ ਹੀਰੇ ਵਰਗੀ ਸੱਚਿਆਰੀ ਬਹੂ ਮਿਲ ਗਈ ਭਾਵੇਂ ਕਾਲੇ ਚੋਰ ਕੋਲੋਂ ਥਿਆਗੀ ਆਪਾਂ ਨੂੰ ਕੀ ਗੁੱਠਲੀਆਂ ਆਪਾਂ ਕਿਉਂ ਗਿਣਦੇ ਫਿਰੀ ਹੈ ਮੋਦਨ ਪਹਿਲਾਂ ਮੁਸਕਰਾਇਆ ਫਿਰ ਉਸੇ ਵੇਲੇ ਗੰਭੀਰ ਹੋ ਗਿਆ ਉਹਨੂੰ ਜਿਵੇਂ ਡਰ ਗਿਆ ਲੱਗਿਆ ਤੇ ਉਸ ਦਿਨ ਪਿੱਛੋਂ ਉਹਨੇ ਕਦੇ ਜਹੀ ਗੱਲ ਨਾ ਛੇੜੀ ਪਰ ਚੜਦੇ ਅੱਸੂ ਆਪੇ ਹੀ ਦਾਨੀ ਦਾ ਛੋਟਾ ਭਰਾ ਬਰਿਆਮ ਆ ਗਿਆ ਉਹਨੇ ਦੱਸਿਆ ਕਿ ਉਹ ਦਾਨੀ ਨੂੰ ਲੈਣ ਆਇਆ ਸੀ ਮੋਦਨ ਚ ਦਿੱਤੀ ਚ ਬਹਿ ਗਿਆ ਮਲਵੀਜੀਬ ਨਾਲ ਬੋਲਿਆ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਆਪਦੀ ਭੈਣ ਨੂੰ ਪੁੱਛ ਲੈ ਭੈਣ ਨੂੰ ਸਰਦਾਰ ਜੀ ਕੀ ਪੁੱਛ ਲਈਏ ਆਖਰ ਤੁਹਾਡੀ ਰਜ਼ਾਮੰਦੀ ਤੋਂ ਬਿਨਾ ਅਸੀਂ ਲੈ ਕਿਵੇਂ ਜਾਵਾਂਗੇ ਸਾਡਾ ਹੱਕ ਕੀ ਹੈ ਹੁਣ ਦੋ ਟੋਰੀਆਂ ਵਾਲੀ ਪੱਗ ਧੂਆਂ ਪੋਥਾ ਲਪਰੀ ਹੋਈ ਦਾੜ੍ਹੀ ਸਰਬਤੀ ਅੱਖਾਂ ਵਾਲੇ ਸਾਲੇ ਵਾਲ ਵਹਿੰਦੇ ਆ ਮਦਰ ਨੂੰ ਇਤਬਾਰ ਨਹੀਂ ਆਇਆ ਵੀ ਅਜਿਹਾ ਕੋਈ ਬੰਦਾ ਇੰਨੀ ਅਪਨੱਤ ਭਰੀ ਮਿੱਠੀ ਬਾਜੀ ਉਹ ਗੱਲ ਵੀ ਕਰ ਸਕਦਾ ਪਰ ਨਾਲ ਹੀ ਕਿਸੇ ਗੁੱਝੇ ਡਰ ਨਾਲ ਉਹਦੇ ਚਿੱਤ 'ਚ ਖੋ ਵੀ ਪੈਣ ਲੱਗ ਪਈ ਮੇਰੀ ਰਜਾਮੰਦੀ ਨੂੰ ਮੈਂ ਕੋਈ ਥੋ-ਥੋ ਨਾਬਰਤਾ ਨਹੀਂ ਉਹਨੇ ਫੇਰ ਉਹੀ ਗੱਲ ਗੋਲਮੁਲਕ ਕੀਤੀ ਜਿਵੇਂ ਚਿਤ ਮੰਨੇ ਕਰ ਲਉ ਆਪਦੀ ਭੈਣ ਨਾਲ ਸਲਾਹ ਕਰਕੇ ਪਰ ਗੋਦਾਨੀ ਦੀ ਵੀ ਇਹੋ ਹਾਲਤ ਸੀ ਉਹ ਜਾਣਾ ਨਹੀਂ ਸੀ ਚਾਹੁੰਦੀ ਪਰ ਭਰਾ ਦਾ ਹੰਮਾ ਵੀ ਸੁਟਿਆ ਨਹੀਂ ਸੀ ਜਾਂਦਾ ਅਜੀਬ ਦੁਚਿੱਤੀ ਸੀ ਤੇਰੀ ਪਰਜਾਈ ਬੀਬੀ ਉਹੀ ਉਦਰੀ ਪਈਆ ਕਹਿੰਦੀ ਕਿਰਾ ਆ ਕੇ ਮਿਲ ਜੇ ਫਿਰ ਭਾਵੇਂ ਦੂਜੇ ਦਿਨ ਹੀ ਮੁੜ ਜੇ ਬਰਿਆਮਾ ਇੱਕੋ ਦਿਨ ਤੇ ਰਾਤ ਵਿੱਚ ਇਹ ਗੱਲ ਕਿੰਨੀ ਵਾਰੀ ਦੁਹਰਾ ਚੁੱਕਿਆ ਸੀ ਰਾਤ ਨੂੰ ਉਹਲੇ ਹੋ ਕੇ ਦਾਨੀ ਨਾਲ ਮੋਦਰ ਨੇ ਸਲਾਹ ਕੀਤੀ ਉਦੋਂ ਵੀ ਦੋਹਾਂ ਦੀ ਉਹੋ ਢਾਵਾਂਡੋਲ ਹਾਲਤ ਰਹੀ ਦੋਵੇਂ ਇੱਕ ਦੂਜੇ ਨੂੰ ਇਹੋ ਕਹਿੰਦੇ ਰਹੇ ਦੇਖ ਲੈ ਜਿਵੇਂ ਤੇਰੀ ਮਰਜ਼ੀ ਆ ਜਿਵੇਂ ਤੂੰ ਆਖੇ ਆਖਣਾ ਖਾਣਾ ਕਿਸੇ ਨੇ ਕੀ ਸੀ ਬਰਿਆਮੇ ਨੇ ਹੋਰ ਮਿੱਠਾ ਪਿਆਰਾ ਹੋ ਕੇ ਜ਼ੋਰ ਮਾਰਿਆ ਤੇ ਤੀਜੇ ਦਿਨ ਸੱਤਾਂ ਦਿਨਾਂ ਨੂੰ ਮੋੜ ਕੇ ਆਪੇ ਛੱਡਦਾ ਛੱਡ ਜਾਣ ਦਾ ਇਕਰਾਰ ਕਰਕੇ ਉਹ ਭੈਣ ਨੂੰ ਲੈ ਕੇ ਧੁਰ ਗਿਆ ਰੁੱਲਦੂ ਕਿਧਰੇ ਗਰਾਂ ਗਿਆ ਹੋਇਆ ਸੀ ਚੌਥੇ ਦਿਨ ਮੁਰਦੇ ਨੂੰ ਪਤਾ ਲੱਗਿਆ ਤਾਂ ਉਹਨੇ ਭੈੜਾ ਜਿਹਾ ਮੂੰਹ ਬਣਾ ਕੇ ਕਿਹਾ ਤੂੰ ਐ ਨਹੀਂ ਸੀ ਤੋਰਨੀ ਮੋਦਣਾ ਮੈਨੂੰ ਪੁੱਛ ਲੈਣਾ ਸੀ ਪਰ ਅੱਛਾ ਜੋ ਹੋ ਗਿਆ ਠੀਕ ਹੈ ਉਹ ਗੱਲ ਤੂੰ ਅਕਲਮੰਦੀ ਵਾਲੀ ਨਹੀਂ ਕੀਤੀ ਬਰੇ ਦਿਨਾਂ ਦੇ ਦਿਨ ਲక్ష్ਮੀ ਘਰੋਂ ਕੱਢਦੀ ਚਲੋ ਕੋਈ ਗੱਲ ਨਹੀਂ ਖੈਰ ਮੋਦਨ ਨੂੰ ਸਿਰਫ ਰੁੱਲਦੂ ਦੇ ਕਹਿਣ ਤੇ ਯਾਦ ਆਇਆ ਕਿ ਜਿੱਦਣ ਦਾਨੀਤੂਰੀ ਸੀ ਉਦੋਂ ਦੁਸਹਿਰੇ ਦਾ ਦਿਨ ਸੀ ਧੰਨਵਾਦ